Направо къде се върна, кой е супала. Матрава съпто жада пала. Направо къде се върна, оле. Бохат хи срещ кисъм да пала хорн, оле. Хо жада направо къде се върна, оле. ਪਲੇ ਤਾਂ ਹੋਰ ਵੀ ਨੇ, ਜਿੰਨਾ ਕੁ ਆਰਾਮ ਆਈ ਜਾਂਦਾ ਬਿਮਾਰੀ ਨੂੰ ਭਲਾ ਹੀ ਭਲਾ ਉਹਨਾਂ ਭਲਾ ਕੀ ਹੁੰਦਾ ਕਿਸੇ ਚੀਜ਼ ਤੋਂ ਸਾਨੂੰ ਛੁਟਕਾਰਾ ਮਿਲ ਗਿਆ ਕਿਸੇ ਮੁਸੀਬਤ ਤੋਂ। ਇਹ ਜਿਹੜੀ ਅਹੰਕਾਰ ਦੀ ਮੁਸੀਬਤ ਹੈ ਤਾਂ ਛੁਟਕਾਰਾ, ਜੰਮਣ ਮਰਨ ਦੀ ਮੁਸੀਬਤ ਹੈ, ਚਲੋ ਇਹ ਕਹਿ ਲਓ, ਇਹ ਹੋਮੇ ਦਾ ਰੋਗ ਹੈ, ਸਾਡਾ ਭਰਮ। ਜਿੰਨਾ ਕੁ ਭਰਮ ਘੱਟ ਜਾਵੇ ਛੁਟਕਾਰਾ ਹੋ ਜਾਂਦਾ, ਉਨਾ ਭਲਾ ਹੋ ਜਾਂਦਾ। ਹੁਣ ਇੱਥੇ ਸੁਭਲੇ ਦਾ ਮਤਲਬ ਟੋਟਲ ਤੰਕਾਰ ਦਾ ਨਾਸ ਹੋ ਜਾਣਾ, ਬਸ ਇਦੋਂ ਗਾਹਾਂ ਭਲੇ ਦੀ ਜ਼ਰੂਰਤ ਨਹੀਂ ਰਹਿਣੀ ਫਿਰ। ਹੁਣ ਸੁਭਲੇ ਦਾ ਸਮਝ ਆ ਗਈ ਕੀ ਹੈ, ਜਿਹੜਾ ਭਲਾ ਹੋਣਾ ਚਾਹੀਦਾ ਸੀ ਟੋਟਲ ਹੋ ਜਾਣਾ ਹੈ। ਆਖਰੀ ਜਨਮ ਹੈ, ਹਰ ਜਨਮ ਚ ਭਲਾ ਹੁੰਦਾ ਹੀ ਆਇਆ, ਹੁਣ ਉਹ ਭਲਾ ਹੋਣਾ, ਜਿਹ ਤੋਂ ਬਾਅਦ ਭਲੇ ਦੀ ਲੋੜ ਨਹੀਂ ਹੁਣ, ਬਸ ਫਿਰ ਆਪੇ ਭਲੇ ਆਦਮੀ ਬਣ ਕੇ। ਉਹ ਭਲੇ ਸੀ, ਭਲੇ ਨਹੀਂ ਸੀਗਾ, ਭਲੇ ਅਮਰਦਾਸ ਗੁਣ ਤੇਰੇ ਹੈ, ਤੇਰੇ ਚ ਗੁਣ ਜਿਹੜੇ ਭਲੇ ਨੇ, ਚੰਗੇ ਨੇ, ਭਲਾ ਕਰਨ ਵਾਲੇ ਗੁਣ ਨੇ, ਇਹਨਾਂ ਗੁਣਾਂ ਨੇ ਤੇਰਾ ਵੀ ਭਲਾ ਕੀਤਾ। ਜਿਹੜਾ ਕੋਈ ਹੋਰ ਧਾਰਨ ਕਰ ਲੂ ਉਹਦਾ ਵੀ ਭਲਾ ਹੋਊਗਾ। ਇਹ ਗੁਣ ਭਲੇ ਨੇ, ਅਮਰਦਾਸ ਗੁਣਾਂ ਕਰਕੇ ਭਲਾ ਹੋ ਗਿਆ, ਭਲਾ ਹੋ ਗਿਆ। ਇਹ ਭਲਾ ਨੀ ਭਲੇ ਲੱਭਦਾ, ਭਲਾ ਲੋਕ ਹੋ ਗਿਆ ਉਹ। ਭਲਾ ਲੋਕ ਹੁੰਦਾ ਸਭ ਦਾ ਭਲਾ ਕਰਨ ਵਾਲਾ, ਸਭ ਦਾ ਭਲਾ ਸੋਚਣ ਵਾਲਾ, ਭਲਾ ਹੁੰਦਾ। ਭਲਾ ਕੋਈ ਸ਼ਬਦ ਨਹੀਂ ਹੈ, ਵਿਗੜ ਕੇ ਬਣਿਆ ਭਲੇ ਤੋਂ ਭਲਾ। ਪ੍ਰਭ ਕੇ ਸਿਮਰਨ ਨਾਲ ਉਹ ਭਲਾ ਹੋ ਜਾਂਦਾ, ਜਿਸ ਤੋਂ ਬਾਅਦ ਭਲੇ ਹੋਰ ਭਲੇ ਦੀ ਲੋੜ ਨਹੀਂ ਹੈ। ਜਿੰਨਾ ਭਲਾ ਹੋਣ ਚਾਹੀਦਾ ਸੀ, ਪੂਰੀ ਤੌਰ ਤੇ ਅਹੰਕਾਰ ਦਾ ਨਾਸ ਹੋ ਜਾਂਦਾ, ਭਰਮ ਦਾ ਨਾਸ ਹੋ ਜਾਂਦਾ, ਬਸ ਗੁਰਪ੍ਰਸਾਦ ਐਸਾ ਗਿਆਨ ਦਾ ਪ੍ਰਸ਼ਾਦ ਮਿਲਣਾ, ਐਸੀ ਇੱਥੇ ਮੱਤ ਮਿਲਣੀ ਹੈ। ਜਿਹਨੇ ਇਹ ਜਿਹੜੇ ਅੰਦਰ ਵਕਾਲ ਨੇ ਨਾ, ਇਹਨਾਂ ਨੂੰ ਬਰੀਕੀ ਨਾਲ ਅਹੰਕਾਰ ਬੁੱਝਣ ਵਾਲੀ ਚੀਜ਼ ਹੈ, ਹੋਮੇ ਬੁੱਝੇ। ਹੁਣ ਉਹ ਬੁੱਧੀ ਜਿੰਨਾ ਚਿਰ ਪ੍ਰਗਟ ਨਹੀਂ ਹੁੰਦੀ ਜਿਹੜੀ ਹੋਮੇ ਬੁੱਝ ਲਵੇ, ਹੋਮੇ ਨੂੰ ਬੁੱਝ ਕੇ ਤਾਂ ਘਰੋਂ ਕੱਢ ਹੁੰਦੀ ਹੈ। ਜਿੰਨੀ ਕੁ ਹੋਮੇ ਦੇਖੀ ਸਮਝ ਆ ਗਈ ਉਨੀ ਕੱਢਤੀ, ਜਿਹੜੀ ਨਾ ਸਮਝ ਆਈ ਉਹ ਤੁਰੇਗੀ। ਬਸ ਫਿਰ ਜਦ ਬਿਲਕੁਲ ਵੀ ਨਹੀਂ ਦੀਦੀ ਨਾ ਵੀ ਕਿਤੇ ਹੈ, ਫਿਰ ਬੁੱਝਣ ਵਾਲੀ ਗੱਲ ਹੈ।
ਫਿਰ ਬੁੱਝਣੀ ਪੈਂਦੀ ਹੈ ਹੋਮੇ ਹੋਮੇ ਦੇ ਜਿਹੜੀਆਂ ਨਿਸ਼ਾਨੀਆਂ ਦਿੱਤੀਆਂ ਹੋਈਆਂ ਉਹ ਨਿਸ਼ਾਨੀਆਂ ਸੂਖਸ਼ਮ ਹੋਈ ਜਾਂਦੀਆਂ ਹੋਮੇ ਰਹਿੰਦੀ ਹੁੰਦੀ ਹੋਈ ਹੈ ਫਿਰ ਉਹ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੋਮੇ ਤਾਂ ਨਹੀਂ ਪਤਾ ਲੱਗਦਾ ਬਿਲਕੁਲ ਵੀ ਗਾਹ ਜਾ ਕੇ ਵੀ ਮੇਰੇ ਚ ਹੈ ਜਾਂ ਨਹੀਂ ਹੈ ਹੁਣ ਇਹ ਨਹੀਂ ਪਤਾ ਲੋਕਾਂ ਨੂੰ ਗਾਹ ਜਾ ਕੇ ਕਿੱਥੋਂ ਪਤਾ ਲੱਗੂ ਇਸ ਕਰਕੇ ਮੈਂ ਕਹਿਣ ਲੱਗ ਜਾਂਦਾ ਫਿਰ ਓਪਰੇਸ਼ਨ ਉੱਥੇ ਜਾ ਕੇ ਉੱਥੇ ਉਹ ਪਤਾ ਨਹੀਂ ਪਤਾ ਲੱਗਦਾ ਇਹ ਵੀ ਪਰਮਾ ਜਾ ਤੂੰ ਆਣ ਮੈਂ ਦੋ ਹੀ ਨੇ ਇੱਕੋ ਹੀ ਉਹ ਉਹਨੂੰ ਨਹੀਂ ਸੀ ਕਿਹਾ ਆਪਸ ਵਿੱਚ ਹੀ ਕਹੀ ਸੀ ਉਹ ਗੱਲ ਤੂੰ ਆਣ ਮੈਂ ਅੱਧਾ ਅੱਧਾ ਸੀ ਜਿਹੜੇ ਉਹਨਾਂ ਦੀ ਬੋਲੀ ਗਾਹਾਂ ਦੀ ਚੱਲਦੀ ਹੈ ਗਾਹਾਂ ਦੀ ਬੋਲੀ ਹੋਰ ਹੈ ਜਿਹੜੇ ਇੱਥੇ ਤੱਕ ਦੀ ਬੋਲੀ ਜਾਣਦੇ ਨੇ ਉਹਨਾਂ ਨੂੰ ਉਹਦਾ ਨਹੀਂ ਪਤਾ ਗਾਹਾਂ ਨਹੀਂ ਦਾ ਦਰਗਾਹ ਦੀ ਬੋਲੀ ਹੋਰ ਹੁੰਦੀ ਹੈ ਇੱਥੇ ਵਾਲੀ ਹੋਰ ਹੈ ਦੋ ਪਦਾਰਥਾਂ ਦੇ ਬਾਅਦ ਜਿਹੜੀ ਬੋਲੀ ਬਦਲ ਜਾਂਦੀ ਹੈ ਉਹ ਜਿਹੜੇ ਦੂਏ ਪਹਿਲੇ ਲਫ਼ਜ਼ ਨੇ ਉਹਨਾਂ ਦਾ ਉਹ ਵੈਲਿਊ ਉੱਥੇ ਦੀ ਪਲੇਸ ਵੈਲਿਊ ਹੁੰਦੀ ਹੈ ਲਫ਼ਜ਼ਾਂ ਦੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਨਾਲ ਸ਼ੁਭ ਭਲਾ ਸ੍ਰੇਸ਼ਟ ਭਲਾ ਹੁੰਦਾ ਸ੍ਰੇਸ਼ਟ ਉਹਦਾ ਚੰਗਾ ਭਲਾ ਹੀ ਨਹੀਂ ਕੋਈ ਐਂਡ ਫੇਰ ਪ੍ਰਭ ਕੇ ਸਿਮਰਨ ਨਾਲ ਫਲ ਲੱਗਦਾ ਸੁਫਲ ਫਲਾ ਫਿਰ ਗਿਆਨ ਫਲ ਲੱਗਦਾ ਸ੍ਰੇਸ਼ਟ ਗਿਆਨ ਦੇ ਫਲ ਲੱਗਦਾ ਇਹ ਹੈ ਨਾਨਕ ਗੁਰ ਸੰਤੋਖ ਰੁੱਖ ਜਿਹੜਾ ਸਤਿਗੁਰ ਹੈ ਉਹ ਰੁੱਖ ਰੂਪ ਹੈ ਸੰਤੋਖ ਹੈ ਜਿਹੜਾ ਉਹਦੇ ਵਿੱਚ ਉਹ ਇੱਕ ਸੰਤੋਖੀ ਹੈ ਸੰਤੋਖ ਦਾ ਬਿਰਛ ਹੈ ਥਿਰ ਹੈ ਬਿਰਛ ਥਿਰ ਹੁੰਦਾ ਨਾ ਇੱਕ ਜਗ੍ਹਾ ਹਿਲਦਾ ਨਹੀਂ ਇਵੇਂ ਉਹਦਾ ਮਨ ਅਡੋਲ ਹੈ ਪਰ ਬਿਰਛ ਰੂਪ ਹੈ ਖਿੜਿਆ ਫੁੱਲ ਫਲ ਲੱਗੇ ਨੇ ਪੰਛੀ ਕੇਲ ਕਰੰਤ 12 ਮਹੀਨੇ ਫਲ ਲੱਗਦੇ ਨੇ ਪੱਤਾ ਕਦੇ ਝੜਦਾ ਹੀ ਨਹੀਂ ਪਤਝੜ ਵਿੱਚ ਹੁੰਦੀ ਹੋਈ ਨਹੀਂ ਬਾਰਿਸ਼ ਹਰ ਵਕਤ ਹੁੰਦੀ ਰਹਿੰਦੀ ਹੈ ਬੂੰਦਾਂ ਬਾਂਦੀ ਐਸਾ ਨਕਸ਼ਾ ਉਸ ਬਿਰਛ ਦੇ ਉੱਤੇ ਹੈ ਮਿਹਰ ਉਹ ਕਿਰਪਾ ਕਿਰਪਾ ਦ੍ਰਿਸ਼ਟੀ ਦੀ ਵਰਖਾ ਹੁੰਦੀ ਰਹਿੰਦੀ ਹੈ ਦਰਗਾਹ ਤੇਰੀਆਂ ਨੂਰ ਵਰਸਦਾ ਉਹਦੇ ਉੱਤੇ ਉਹ ਜਿਹੇ ਨਕਸ਼ੇ ਦਿੱਤੇ ਹੋਏ ਨੇ ਮਿਹਰ ਦਾ ਨੂਰ ਵਰਸਦਾ ਹੋਰ ਕੀ ਹੈ ਕਿਰਪਾ ਦ੍ਰਿਸ਼ਟੀ ਹੈ ਉਹਦੇ ਤੇ ਉੱਥੇ ਜਾ ਕੇ ਜੇ ਉਸ ਅਵਸਥਾ ਦੇ ਵਿੱਚ ਇੰਨੀ ਸੂਕਸ਼ਮ ਹੋ ਜਾਂਦੀ ਹੈ ਲਕੀਰ ਖੰਨੇ ਉਹ ਤਿੱਖੀ ਬਾਲਾਂ ਦੀ ਕੀ ਰਹਿ ਜਾਂਦੀ ਹੈ ਖੰਡੇ ਦੀ ਧਾਰ ਵਰਗੀ ਹੋ ਰਹਿ ਜਾਂਦੀ ਹੈ ਬਹੁਤ ਬਰੀਕ ਸੂਕਸ਼ਮ ਉਸ ਵੇਲੇ ਇੰਨੀ ਬਰੀਕਾ ਚੀਜ਼ ਕੋਈ ਦੇਖੀ ਨਹੀਂ ਹੋਣੀ ਉਹਨਾਂ ਨੇ ਚਲੋ ਬਰੀਕ ਤੋਂ ਬਰੀਕ ਚੀਜ਼ ਵਾਲਿਆਂ ਨੇ ਕੀ ਕਹਿ ਦਿੱਤਾ ਇੱਥੇ ਫਿਰ ਬੁੱਝਣ ਵਾਲੀ ਗੱਲ ਰਹਿ ਗਈ ਹੁਣ ਉਹ ਮੈਂ ਬੁੱਝਿਆ ਤਾਂ ਦਰ ਸੂਝੇ ਹੁਣ ਸਵਾਲ ਬੁੱਝਿਆ ਕਿਵੇਂ ਜਾਊਗਾ ਉਹ ਕਹਿੰਦੇ ਵੀ ਨਿਸ਼ਾਨੀ ਦੱਸ ਦਿੰਦੇ ਬੁੱਝਣ ਵਾਲੀ ਤੇ
ਤੈਨੂੰ ਜਿਹੜੀ ਆ ਨਾ ਪੀੜਾ, ਚਿੰਤਾ, ਇਹਦਾ ਮਹਿਸੂਸ ਹੋਊਗੀ ਥੋੜੀ ਵੀ ਜ਼ਿਆਦਾ। ਚਿੰਤਾ ਥੋੜੀ ਹੋਵੇ ਜ਼ਿਆਦਾ ਮਹਿਸੂਸ ਹੁੰਦੀ ਹੈ, ਛੋਟੀ ਚਿੰਤਾ ਵੱਡੀ ਲੱਗਦੀ ਹੈ। ਵੱਡੀ ਚਿੰਤਾ ਸਾਰ ਨਹੀਂ ਹੁੰਦੀ, ਹਾਰਟ ਅਟੈਕ ਹੋ ਜਾਂਦਾ। ਜਿੰਨੀ ਵੱਡੀ ਚਿੰਤਾ ਸਾਰ ਸਕਦਾ ਜਿਹੜਾ, ਉਹਨਾਂ ਹੀ ਹਾਰਟ ਅਟੈਕ ਨੂੰ ਸਟਰੋਂਗਲੀ ਫੇਸ ਕਰ ਸਕਦਾ। ਉਹ ਜਿਹੜੇ ਭਾਣਾ ਮੰਨਣ ਵਾਲੇ ਨੇ, ਉਹ ਕੁਛ ਵੀ ਉਹ ਜਿਹੇ ਡੋਲ ਲੈਂਦੇ ਨੇ, ਉਹਨਾਂ ਨੂੰ ਹਾਰਟ ਅਟੈਕ ਦੀ ਨਹੀਂ ਹੋ ਸਕਦਾ ਹੁੰਦਾ ਹੁੰਦਾ ਉਹਨਾਂ ਨੇ ਅਸਰ ਨਹੀਂ ਪੈਣਾ ਗਾ ਵੀ ਕੋਈ ਚੀਜ਼ ਦਾ, ਜਿਹਦੇ 'ਤੇ ਇਹ ਬਹੁਤ ਘੱਟ ਅਸਰ ਪਊਗਾ। ਹਾਰਟ ਅਟੈਕ ਬਹੁਤ ਤਕੜਾ ਅਸਰ ਪੈ ਜਾਵੇ ਤਾਂ ਹੁੰਦਾ, ਛੋਟੇ ਮੋਟੇ ਨਾਲ ਹਾਰਟ ਅਟੈਕ ਨਹੀਂ ਹੁੰਦਾ ਹੈ। ਪ੍ਰਭਾਵ ਮੰਨਣ ਦੀ ਗੱਲ ਹੈ, ਸਾਰੀ ਦੁਨੀਆ ਕਿਤੇ ਬਣਦੀ ਹੈ, ਸਾਰਿਆਂ 'ਤੇ ਹੁੰਦੀ ਹੈ ਮੁਸੀਬਤਾਂ। ਹਾਰਟ ਅਟੈਕ ਕਿੰਨੇ ਅਗਰ ਹੁੰਦਾ, ਅਸਲ 'ਚ ਹਾਰਟ ਅਟੈਕ ਉਹਨਾਂ ਨੂੰ ਹੁੰਦਾ ਜਿਹਨਾਂ ਦੇ ਅੰਦਰ ਤ੍ਰਿਸ਼ਨਾ ਕਲਪਨਾ ਜ਼ਿਆਦਾ ਹੈ, ਜਿਨ੍ਹਾਂ ਦੇ ਸਬਰ ਦਾ ਬੰਨ ਟੁੱਟ ਚੁੱਕਿਆ, ਜਿਨ੍ਹਾਂ ਦੇ ਮਾਇਆ ਦੀ ਜ਼ਿਆਦਾ ਭੁੱਖ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਇਹ ਸੰਸਾਰੀ ਇੱਜ਼ਤ ਦੀ ਭੁੱਖ ਹੈ, ਦੌੜ 'ਚ ਲੱਗੇ ਹੋਏ ਇਹਨਾਂ ਨੂੰ ਹੁੰਦੀ ਹੈ। ਇਹ ਬੜੇ ਬੜੇ ਸੰਤ ਵੀ ਹੋਏ, ਬੜੇ ਬੜੇ ਜਿਹੜੇ ਸਿਆਸਤਦਾਨ ਹੋਏ, ਬੜੇ ਬੜੇ ਵਪਾਰੀ ਹੋਏ, ਇਹ ਇਹਨਾਂ ਨੂੰ ਅਟੈਕ ਹੁੰਦੇ ਨੇ ਛੇਤੀ, ਜ਼ਿਆਦਾ ਚਿੰਤਾ ਜ਼ਿਆਦਾ ਕਰਦੇ ਨੇ। ਜਿਹੜਾ ਚਿੰਤਾ ਹੋਰ ਕਰੂ ਉਹਨੂੰ ਹਾਰਟ ਕਮਜ਼ੋਰ ਹੋ ਜਾਂਦਾ। ਗੁਰਮਤ ਮਨ ਨੂੰ ਮਜ਼ਬੂਤ ਕਰਦੀ ਹੈ। ਇਹ ਜਿਹੜੀਆਂ ਘਾਟੇ ਵਾਧੇ ਨੇ ਜੋ ਹੁੰਦੇ ਰਹਿੰਦੇ ਨੇ, ਇਹ ਹੁੰਦੇ ਰਹਿਣਗੇ। ਜੇ ਅਸੀਂ ਇਹਨਾਂ ਦੀ ਚਿੰਤਾ ਕਰਾਂਗੇ, ਉਹਦਾ ਘਾਟਾ ਪੈ ਗਿਆ ਤਾਂ ਪੈ ਗਿਆ, ਸਰੀਰਕ ਹੋਰ ਨੁਕਸਾਨ ਹੋਜੂ, ਅਕਲ ਦਾ ਨੁਕਸਾਨ ਹੋਜੂ, ਉਸ ਨੁਕਸਾਨ ਤੋਂ ਜਿਹੜਾ ਹੋਰ ਫਰਦਰ ਨੁਕਸਾਨ ਹੋਣਾ, ਨੁਕਸਾਨ ਉਹਨੂੰ ਬਚਾਉਣਾ ਅਕਲ ਹੈ, ਅਕਲਬੁੱਧੀ ਹੈ। ਜੇ ਤੁਸੀਂ ਉਹ ਨਹੀਂ ਬਚਾ ਸਕਦੇ, ਤੁਸੀਂ ਬੇਅਕਲ ਹੋ, ਉਹ ਹੋ ਗਿਆ, ਉਹ ਨਹੀਂ ਹਟ ਸਕਦਾ। ਉਹਦੀ ਚਿੰਤਾ ਕਰਕੇ ਹੋਰ ਫਰਦਰ ਨੁਕਸਾਨ ਕਰਨਾ, ਇਹ ਕਿੱਥੇ ਦੀ ਅਕਲ ਹੈ? ਇਸ ਕਰਕੇ ਲੋਕ ਬੇਅਕਲ ਨੇ, ਆਪਣਾ ਮਨ ਦੇ ਨਾਲ ਪਿੱਛੇ, ਆਪਣੀ ਮਨ ਦੀ ਜਿਹੜੀ ਅਕਲ ਹੈ ਨਾ, ਆਪਣਾ ਕਾਲ ਹੁੰਦੀ ਹੈ, ਕਰਦੇ ਉਹੀ ਨਾ ਲੋਕ ਆਪਣੀ ਬੁੱਧੀ ਨੂੰ ਇਸਤੇਮਾਲ ਸਾਰੀ। ਜਿਹੜਾ ਨੂੰ ਥੋੜੀ ਮੰਨਦਾ ਉਹ ਆਤਮਦਰਸ਼ੀ ਹੋ ਜਾਂਦਾ, ਉਹਦੀ ਬੁੱਧ ਪਤਾ ਕਹਿ ਜਾਂਦੀ ਹੈ। ਜਿਹੜੇ ਭਗਤ ਨੇ ਉਹ ਦੇਖ ਲਓ, ਸਾਰੇ ਉਹੀ ਸੀ, ਅਡੋਲ ਰਹੇ ਨੇ, ਬੰਦ ਬੰਦ ਕੱਟੇਗਾ, ਹਿੱਲੇ ਵੀ ਨਹੀਂ।
ਤੁਸੀਂ ਇਮੇਜਿਨ ਕਰਕੇ ਵੀ ਕੰਮ ਜੂਗਾ ਦਿਲ ਤੁਹਾਡਾ, ਇਮੇਜਿਨ ਨਹੀਂ ਹੋਏ ਤਾਂ ਸਾਡਾ ਇੱਥੇ ਆ ਕੇ ਜਿਹੜੀ ਚਿੰਤਾ ਮਹਿਸੂਸ ਹੁੰਦੀ ਹੈ ਸਾਨੂੰ, ਜਿਹੜੀ ਮੌਤ ਦਾ ਵੀ ਕਾਰਨ ਬਣ ਜਾਂਦੀ ਹੈ ਚਿੰਤਾ, ਉਹ ਮਹਿਸੂਸ ਹੋਵੇ ਕਿਵੇਂ ਦਾ? ਮੌਤ ਦਾ ਕਾਰਨ ਬਣ ਜਾਣੇ ਨੇ। ਚਿੰਤਾ ਥੋੜੀ ਜ਼ਿਆਦਾ ਲੱਗਦੀ ਹੈ, ਹੰਕਾਰ ਜ਼ਿਆਦਾ ਜਿੰਨਾ ਹੋਵੇ ਉਹਨੂੰ ਥੋੜਾ ਲੱਗਦਾ, ਥੋੜਾ ਬਸ ਇੱਕ ਦੂਏ ਦੀ ਆ ਰੇਸ਼ੋ ਇਹਨਾਂ ਦੀ। ਅਸਲ ਚ ਚਿੰਤਾ ਹੰਕਾਰ ਦੀ ਜੜ ਹੈ, ਜੜ ਵੱਡੀ ਹੈ ਪੌਦਾ ਸੂਖਸ਼ਮ ਉੱਤੇ, ਪਹਾੜ ਤੋਂ ਵੀ ਵੱਡਾ ਦੱਸਿਆ ਗੁਰੂਆਂ ਨੇ ਤਾਂ, ਗੁਰਬਾਣੀ ਨੇ ਤਾਂ ਕਹਿੰਦੇ ਇੱਤਾ ਗੱਬ ਅਸਮਾਨ ਨਾ ਮਾਵਤ, ਹੰਕਾਰ ਇੰਨਾ ਅਸਮਾਨ ਵਿੱਚ ਨਹੀਂ ਸਮਾ ਸਕਦਾ, ਅਸਮਾਨ ਨਾ ਵੱਡਾ। ਆ ਜਿਹੜੇ ਤਿੰਨਾਂ ਲੋਕਾਂ ਦਾ ਰਾਜ ਲੈ ਕੇ ਵੀ ਭੁੱਖਾ ਹੈ, ਜੋ ਹੋਰ ਵੀ ਦਿਓ ਕੁਛ, ਐਡਾ ਹੰਕਾਰ ਹੈ ਅਸਮਾਨ ਦੇ ਵਿੱਚ ਵੀ ਆਉਂਦਾ ਨਹੀਂ, ਹੰਕਾਰ ਛੋਟਾ। ਫਿਰ ਜਿਹੜਾ ਹੰਕਾਰ ਦੇ ਨਾਲ ਹੋਰ ਛੱਜ ਬੰਨ ਲੈਣਾ ਚੌਧਰ ਦਾ, ਹੰਕਾਰ ਤਾਂ ਸਭ ਦਾ ਏਡਾ ਏਡਾ ਤਾਂ ਸਾਜੇ ਹੈ, ਸਾਈਜੇ ਹੈ, ਜਿਹੜੀ ਚੌਧਰ ਦੀ ਭੁੱਖ ਆ ਛੱਜ ਆ। ਕਹਿੰਦੇ ਚੂਹਾ ਖੱਡ ਨਾ ਮਾਵੀ, ਚੂਹਾ ਖੱਡ ਤਾਂ ਵੱਢ ਨਹੀਂ ਸਕਦਾ, ਚੂਹਾ ਮੋਟਾ ਖੁੱਡ ਛੋਟੀ ਹੈ। ਕਹਿੰਦੇ ਛੋਟੇ ਜਾਨਵਰ ਦੀ ਖੁੱਡ ਆ ਚੂਹੇ ਦੀ, ਉਹ ਖੁੱਡ ਛੋਟੇ ਦੀ ਸਾਈਜ਼ ਦੀ, ਇਹ ਵੱਡਾ ਉਹ ਚ ਵੜਤਾ ਸਕਦਾ ਨੀ, ਪਹਿਲੇ ਨੀ ਵੜਦਾ ਖੁੱਡ ਚ ਵਿਆਹੁੰਦਾ, ਵਿਆਹੁੰਦਾ ਮਤਲਬ ਵੜਦਾ ਮਿਆਨ ਦੇ, ਮਿਆਨ ਹੁੰਦਾ ਨਾ ਕਿਰਪਾਨ ਦਾ, ਕਿਰਪਾਨ ਵਿਆਹੁੰਦੀ ਹੈ, ਵਿਆਹੁੰਦਾ ਮਿਆਨ ਕਰ ਲਓ ਬੰਦ ਕਰ ਲਓ ਵਿੱਚ। ਚੂਹਾ ਖੱਡ ਨਾ ਮਾਵੀ ਤਿੱਕੜ ਬੰਨੇ ਛੱਜ, ਤੀਏ ਥੋਂ ਛੱਜ ਹੋਰ ਬੰਨਿਆ ਪਿੱਛੇ, ਛੱਜ ਤੇਰੇ ਨਾਲ ਛੱਜ ਖੱਡ ਚ ਵੜ ਜੂ, ਤੂੰ ਤਾਂ ਵੜ ਨੀ ਸਕਦਾ। ਉੱਪਰ ਦੀ ਲੈ ਲਵੇ ਰਾਜ ਦੀ ਇੱਛਾ, ਕਿੱਥੇ ਵੜ ਜੂਗਾ? ਉਹ ਤਾਂ ਰਾਈ ਦਾ 10-5 ਹਿੱਸਾ, 8 ਹਿੱਸਾ, ਉਹ ਜਿੱਥੇ ਦੀ ਲੰਘਣੀ ਹਵਾ, ਹਵਾ ਕਿੰਨੇ ਦਿਨ ਲੰਘ ਜਾਂਦੀ ਹੈ? ਪਵਨ ਰੂਪ ਹੋ ਜਾਵੇਂਗੇ ਕਿਹਾ ਉਹਨੇ, ਉਹ ਪਵਨ ਨੀ, ਉਹ ਕਹਿ ਹੋ ਜਾਣਾ ਪਵਨ ਰੂਪ ਹੋ ਜਾਣਾ, ਪਵਨ ਵਾਂਗੂ, ਜਿਵੇਂ ਪਵਨ ਬਹੁਤ ਬਰੀਕ ਸੌਂਦੀ ਲੰਘ ਜਾਂਦੀ ਹੈ, ਲੰਘ ਜਾਂਗੇ। ਮਤਲਬ ਇਹ ਹੈ ਜਿੰਨੇ ਥਾਂ ਦੀ ਪਾਣੀ ਲੰਘਦਾ ਬਰੀਕ ਸੀ, ਰੁਕ ਜਾਂਦਾ ਪਾਣੀ ਲੰਘਣ ਤੇ ਹਵਾ ਲੰਘ ਜਾਂਦੀ ਹੈ। ਹਵਾ ਤਾਂ ਲੰਘ ਜਾਂਦੀ ਹੈ ਬਿੰਦੀ, ਪੈਂਚਰ ਹੁੰਦਾ ਟਿਊਬ ਦਾ, ਜਿਹਦਾ ਵੀ ਨਹੀਂ ਹੁੰਦਾ, ਹਵਾ ਨਿਕਲ ਜਾਂਦੀ ਹੈ। ਇਸ ਕਰਕੇ
ਪਵਣ ਰੂਪ ਉਹ ਸੁਰਾ ਕਹਿੰਦਾ ਤੇਰਾ ਹੱਥ ਹੀ ਕਿਵੇਂ ਨਿਕਲ ਜੂ ਉੱਥੇ ਦੀ, ਮਨ ਤੋਂ ਮੈਗਲ ਹੋ ਰਿਹਾ। ਸੁਰਾਖ ਬਰੀਕ ਚ ਨਿਕਲਣਾ, ਬਣੀ ਹੱਥੀ ਜਾਂਦਾ ਹੰਕਾਰ ਚ। ਬੜਾ ਧਰਮੀ ਆਦਮੀ ਹੈ ਬਈ, ਬਹੁਤ ਗਿਆਨਵਾਨ। ਇਹ ਮਨ ਨੂੰ ਜਿਹੜਾ ਪੱਥਰ ਏਡਾ ਬੜਾ ਕਰ ਲਿਆ ਤਾਂ ਭਾਰੀ, ਇਹਨੂੰ ਕਸਾਈ ਜਾਈ ਹੁਣ ਛੋਟਾ ਕਰ ਉੱਥੇ ਨਿਭਾਉਣ ਵਾਸਤੇ। ਹੁਣ ਕੱਸ ਕੇ ਬਰੀਕ ਕਰਨਾ ਪਊਗਾ, ਕਸਾ ਕੇ ਟਾਈਮ ਬਹੁਤ ਲੱਗੂਗਾ। ਹੁਣ ਜਿੱਦਾਂ ਮੋਟਾ ਕਰ ਲਿਆ ਹੈ, ਇਹ ਹੰਕਾਰ ਨੂੰ ਘਟਾਉਣ ਨੂੰ ਬਹੁਤ ਚਿਰ ਲੱਗੂ। ਹੁਣ ਹੰਕਾਰ ਘਟਾਉਣ ਲੱਗ ਗਏ, ਕਹਿੰਦੇ ਪਾਠ ਪੜਿਆ ਕਰੋ, ਹੰਕਾਰ ਦਾ ਇਲਾਜ ਕਰੀਏ। ਗੀਤਾ ਹੈ, ਵੇਦ ਪੜ੍ਹਨ ਲਾਤੇ, ਇਹਨੂੰ ਵਿਚਾਰਿਆ ਵੀ ਕਰੋ, ਵੇਦ ਨੂੰ ਵਿਚਾਰਨ ਵੀ ਲਾਤੇ, ਪਰ ਮੰਨਣ ਨੂੰ ਨੀ ਕਿਹਾ ਵੀ ਮੰਨਿਓ ਵੀ। ਵਿਚਾਰੀ ਕਹਿ ਮੰਨੇ ਹਾਂ ਜੀ, ਵਿਦਵਾਨ ਵਿਚਾਰ ਵਿਚਾਰਦੇ ਨੀ, ਵਿਚਾਰ ਵੀ ਲੈਂਦੇ ਨੀ, ਮੰਨਦੇ ਨੀ, ਮੰਨਦੇ ਨੀ। ਬਸ ਮੰਨਣ ਨੂੰ ਕਹਿੰਦੇ ਕਿਹਾ, ਵਿਚਾਰ ਨੂੰ ਕਿਹਾ ਸੀ। ਉਧਰ ਉਹਨਾਂ ਨੇ ਇੱਥੇ ਤਪੜਤ ਰਹਿ ਕੇ ਇੱਥੇ ਹੀ ਰਹਿ ਗਏ। ਉਧਰ ਨਿਬਲ ਭੰਜਾਂ ਨੂੰ ਵਸਾਦੇ, ਨਿਉੜੀ ਕਰਮ ਕਰਨ ਵਾਸਤੇ ਕੁੰਡਲੀ ਜਾਗ ਜੂ, ਇਹ ਕਹੂ ਜੂ, ਉਹ ਜੂ, ਦਰਸ਼ਨ ਹੋ ਜਾਣਗੇ। ਮਿਲਿਆ ਉਹਨਾਂ ਨੂੰ ਵੀ ਕੁਛ ਨੀ, ਮਿਲਿਆ ਕੀ? ਜੇ ਮਿਲਿਆ ਤਾਂ ਮਿਲਿਆ ਕੀ? ਪੰਜ ਜਣਾਂ ਤੋਂ ਸੰਗਣਾ ਛੁੱਟ ਕੇ, ਇਹ ਜਿਹੜੇ ਪੰਜ ਕੰਮ ਕਰੋ ਸੀ, ਇਹ ਵੱਡੇ ਔਗਣ ਸੀ ਜਿਹੜੇ, ਇਹਨਾਂ ਨਾਲ ਤਾਂ ਸੰਗ ਛੁੱਟਿਆ ਨੀ। ਅੱਧ ਕਾਹ ਬੁੱਧ ਵੱਧਦੇ, ਹੰਕਾਰ ਹੋਰ ਵੱਧ ਗਿਆ, ਪਰਮ ਹੋਰ ਵੱਧ ਗਿਆ ਕਿ ਅਸੀਂ ਧਾਰਮਿਕ ਬੰਦੇ ਹਾਂ, ਆ ਪਾੜ ਲਿਆ ਪਰਮ। ਜਿਵੇਂ ਆਮ ਲੋਕਾਂ ਨੂੰ ਹੈ, ਸਿੱਖਾਂ ਨੂੰ ਅਸੀਂ ਧਰਮੀ ਹਾਂ, ਇਹ ਪਰਮ ਪਾੜ ਲਿਆ, ਧਰਮ ਨੀ ਹੈਗਾ ਇਹ, ਪਹਿਲਾਂ ਵੀ ਸੀਗਾ ਇਹ ਜੇ। ਅੱਧ ਕਾਹ ਬੁੱਧ ਵੱਧਦੇ ਗਏ ਤੇ ਤੁਹਾਡਾ ਵੀ ਸਿੱਖਾਂ ਦੀ ਅਹੰਕਾਰ ਵਧਿਆ ਹੋਇਆ। ਇਹਨੇ ਨੇਕੀ ਨੂੰ ਕੀ ਨੀ ਬੋਲਦੇ ਨੇ, ਤੁਹਾਨੂੰ ਭਰਮ ਹੈ ਵੀ ਸਾਨੂੰ ਧਰਮ ਦਾ ਪਤਾ ਹੈ, ਇਹ ਜੇ ਅੱਗੇ ਵੀ ਸੀ। ਉਹ ਤਾਂ ਆ ਕੁਛ ਕਰਦੇ ਤੇ, ਪਾਠ ਪੜ੍ਹਿਓ ਔਰ ਵੇਦ ਵਿਚਾਰੇ, ਤੁਸੀਂ ਤਾਂ ਉਹ ਵੀ ਨੀ ਕਰਦੇ, ਤੁਸੀਂ ਕੀ ਕਰਦੇ ਹੋ? ਕੀ ਜਾਣਿਆ ਕੀ ਕੀਤਾ? ਧਰਮ ਦਾ ਕਿੱਥੋਂ ਗਿਆਨ ਹੋ ਗਿਆ? ਕੀ ਪੜ੍ਹ ਲਿਆ? ਕਿਹੜੇ ਕੈਪਸੂਲ ਖਾ ਲਏ? ਸਾਨੂੰ ਵੀ ਦੱਸ ਦਿਓ, ਜੇ ਕੋਈ ਦਵਾਈ ਅਸੀਂ ਹੋਰ ਲੋਕਾਂ ਨੂੰ ਖਿਲਾ ਦਈਏ, ਸਾਰੇ ਬਣ ਜਾਣ ਧਾਰਮਿਕ। ਉਹਦੀ ਜ਼ਰੂਰ ਮਾਗਜ ਮਾਰਨਾ, ਇੰਨਾ ਬੋਲੀ ਜਾਣਾ, ਤੁਹਾਡੇ ਵਾਲੀ ਤੇ ਗੱਲਵਾ ਦਿੰਦੇ ਹਾਂ ਜੇ ਕਿਤੋਂ ਮਿਲਦੇ ਨੇ। ਪਰ ਧਰਮ ਹੋਵੇ, ਭਰਮ ਨਾ ਹੋਵੇ, ਧਰਮ ਦਾ ਭਰਮ, ਤੁਹਾਡੇ ਕੋਲ ਧਰਮ ਦਾ ਭਰਮ ਹੈ। ਉਹਦੇ ਨਾਲ ਅੱਧ ਕਾਹ ਬੁੱਧ ਵੱਧਦੇ, ਹੰਕਾਰ ਵੱਧ ਜਾਂਦਾ ਉਹਦੇ ਨਾਲ। ਕਿ ਪੰਜ ਜਣਾਂ ਤੋਂ ਸੰਗ ਨਾ ਛੁੱਟ ਗਿਓ, ਪੰਜ ਜਣਾਂ ਨੂੰ ਸੰਗ ਛੁੱਟ ਗਿਆ ਪਹਿਲਾਂ ਇਹ ਸਾਬਤ ਕਰ ਲਓ, ਫਿਰ ਅਸੀਂ ਕਹਾਂ ਮੰਨੋਗੇ। ਕਾਮਨਾਵਾਂ ਇੱਛਾ ਤੇ ਕਿੰਨਾ ਕੰਟਰੋਲ ਹੈ, ਧਰਮ
ਧਾਰਨ ਕਰਕੇ ਧਰਮ ਦੀ ਗੱਲ ਕਰੀ ਦੀ ਹੈ, ਕੁਛ ਕਰਕੇ ਦਿਖਾ ਕੇ ਕਮਾਈ। ਆ ਚਤਰਾਈ ਨਾਲ ਨੀ ਘੁੰਮਿਆ ਕਿਸੇ ਨੂੰ, ਬਸ ਚੱਲ ਚੱਲ ਆ ਚਤਰਾਈ ਕਿਰਨ ਇਹ ਜਿਹੇ ਬਥੇਰੇ ਸੀ ਪਹਿਲਾਂ ਵੀ, ਕੁਛ ਨੀ ਫਰਕ ਪੈਂਦਾ, ਸਾਰੇ ਜਾਣਦੇ ਹੀ ਨੇ ਧਰਮ ਕੀ ਹੁੰਦਾ। ਤੁਹਾਨੂੰ ਕੀ ਪਤਾ ਧਰਮ ਕੀ ਹੁੰਦਾ? ਕਦ ਤੁਸੀਂ ਪੜ੍ਹਿਆ ਕੀ, ਤੁਸੀਂ ਜ਼ਿੰਦਗੀ ਛੱਡਿਆ ਕੀ, ਤਿਆਗਿਆ ਕੀ, ਤੁਸੀਂ ਆਪਣੀ ਉਹਦੇ ਖਾਤਰ ਮਿਹਨਤ ਕੀਤੀ ਹੈ? ਕੋਈ 2000 ਕਿਤਾਬਾਂ ਪੜ੍ਹ ਲਈਆਂ ਉਹਨਾਂ ਦੀਆਂ, ਜਿਹਨਾਂ ਨੂੰ ਪਤਾ ਹੀ ਧਰਮ ਕੀ ਹੁੰਦਾ, ਉਹਨਾਂ ਨੂੰ ਨਹੀਂ ਪਤਾ ਧਰਮ ਕੀ ਹੁੰਦਾ। ਧਰਮ ਦਾ ਵਿਰੋਧ ਕਰਨ ਵਾਲੇ ਉਹਨਾਂ ਦਾ ਲਿਖਿਆ ਹੋਇਆ ਲਿਟਰੇਚਰ ਜਿਹੜੇ ਪੜ੍ਹਦੇ ਨੇ, ਉਹ ਵੀ ਤਾਂ ਲਿਖਣਗੇ ਵਿਰੋਧ ਵਾਲੀ ਲਿਖਦੇ ਹੁੰਦੇ, ਉਹਨੂੰ ਗੁਰਦਾਸ ਦੀਆਂ ਬਾਰੇ ਲਿਖੀਆਂ ਪਈਆਂ, ਵਿਰੋਧ ਆਈ ਆ ਹੋਰ ਕੀ ਆ। ਹੁਣ ਧਰਮ ਜਿਹੜਾ ਪਰਮ ਹੈ ਇੱਥੇ ਆ ਕੇ ਨੀ ਪਤਾ ਲੱਗਦਾ। ਕਹਿੰਦੇ ਚਿੰਤਾ ਜਾਏ ਮਿਟੇ ਹੰਕਾਰ, ਜਦੋਂ ਤੈਨੂੰ ਚਿੰਤਾ ਨਾ ਰਹੀ ਤੇਰਾ ਹੰਕਾਰ ਨੀ ਰਹਿਣਾ, ਜਾਏ ਨਿਸ਼ਾਨੀ ਹੈ। ਚਿੰਤਾ ਦਾ ਤੈਨੂੰ ਪਤਾ ਹੈ ਕਿ ਨਹੀਂ ਹੈ, ਚਿੰਤਾ ਟੈਸਟ ਕਰਨੀ, ਹੰਕਾਰ ਦੇ ਟੈਸਟ ਦੀ ਲੋੜ ਨਹੀਂ। ਜੜ ਵੱਢ ਦੇ ਜੜ ਚਿੰਤਾ ਦੀ, ਚਿੰਤਾ ਖਤਮ ਕੀਤੀ ਜਾ ਸਕਦੀ ਹੈ, ਹੰਕਾਰ ਖਤਮ ਕੀਤਾ ਹੀ ਨਹੀਂ ਜਾ ਸਕਦਾ। ਮਾਰਾ ਇੱਕ ਤਾਜਾ ਘਣੇ, ਚਿੰਤਾ ਨੂੰ ਮਾਰ ਲਓ, ਬਸ ਕਰ ਗਿਆ। ਹੁਣ ਚਿੰਤਾ ਕਿੱਥੋਂ ਪੈਦਾ ਹੁੰਦੀ ਹੈ? ਚਿੰਤਾ ਭਰਮ ਚੋਂ ਪੈਦਾ ਹੁੰਦੀ ਹੈ। ਭਰਮ ਹੈ ਮੇਰਾ ਤੇਰਾ ਤਾਂ ਚਿੰਤਾ ਹੈ, ਜੇ ਮੇਰਾ ਤੇਰਾ ਨਹੀਂ ਚਿੰਤਾ ਕਾਹਦੀ ਹੈ? ਜੋ ਕੁਛ ਮੇਰਾ ਹੈ ਹੀ ਨਹੀਂ ਮੁਝਵੇਂ, ਤਾਂ ਮੈਨੂੰ ਚਿੰਤਾ ਕਿਹੜੀ ਗੱਲ ਦੀ ਹੈ? ਪਰ ਚਿੰਤਾ ਨਾ ਮੰਨਣ ਦੀ ਸੁਣ ਲਿਆ ਮੰਨਿਆ ਨਹੀਂ ਹੈ, ਸੁਣ ਲਿਆ ਵਿਚਾਰਿਆ ਨਹੀਂ ਹੈ, ਫਿਰ ਚਿੰਤਾ ਹੈ। ਗਲਤੀ ਆਪਣੀ ਹੈ, ਕੀਤਾ ਕੁਛ ਵੀ ਨਹੀਂ, ਗੱਲਾਂ ਕਰਦੇ ਹੋ ਧਰਮ ਦੀਆਂ, ਕੀਤਾ ਕੀ ਹੈ? ਚਿੰਤਾ ਕਿਉਂ ਹੈ? ਪਰਮ ਪਰਮ ਦਾ ਵੀ ਪਤਾ ਲੱਗ ਗਿਆ, ਬੁੱਝਣ ਵਾਲੀ ਗੱਲ ਹੈ। ਹੰਕਾਰ ਦਾ ਵੀ ਪਤਾ ਲੱਗ ਗਿਆ, ਜੜ ਦੋਹਾਂ ਦੀ ਚਿੰਤਾ। ਜੜ ਚਿੰਤਾ ਚ ਹੈ ਪਰਮ ਦੀ ਵੀ, ਹੰਕਾਰ ਦੀ ਵੀ, ਦੋਵੇਂ ਬੁੱਝਣ ਵਾਲੇ ਨੇ। ਹੋ ਮੈਂ ਬੂਝਿਆ ਤਾਂ ਨਰ ਸੂਝਿਆ, ਸਮਝਿਆ ਨੀ? ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਹੋਵੇ ਵੀ ਪੁੱਜਣ ਵਾਲੀ ਗੱਲ ਨਾ ਚੀਜ਼ ਹੈ, ਜੇ ਹੋਵੇ ਪੁੱਜ ਲਈ
ਤਾਂ ਵੀ ਰਾਜਾ ਰਾਮ ਕੀ ਕਹਾਣੀ ਉਮਰ ਤੋਂ ਸ਼ੁਰੂ ਹੋਈ ਹੈ, ਤਾਂ ਵੀ ਸਭ ਕੁਝ ਚੱਲਿਆ। ਹੋਂ ਨੂੰ ਸਮਝ ਲਿਆ ਤਾਂ ਸਮਝ ਲਿਆ, ਮੈਂ ਨੂੰ ਸਮਝ ਲਿਆ ਤਾਂ ਮੈਂ। ਹੋਰ ਮੈਂ ਇਕੱਠੇ ਹੋ ਜਾਂਦੇ ਨੇ, ਉਹ ਪਹਿਲਾਂ ਮੈਂ ਬਾਅਦ ਚ ਮਿਲਦਾ। ਹੋ ਆਉਂਦਾ ਦੂਰੋਂ ਚੱਲ ਕੇ, ਮੈਂ ਨਹੀਂ ਆਉਂਦਾ। ਅੰਦਰਲਾ ਬੋਲਦਾ, ਉਹ ਕਈ ਜਨਮ ਲੈ ਕੇ ਆਇਆ, ਉਹ ਆਇਆ ਹੱਥ। ਹਾਂ ਆਇਆ ਦੂਰੋਂ ਚੱਲ ਕੇ, ਕਾਂ ਕਾਂ ਕੀ ਆ, ਮੈਂ ਇਹ ਕੌਣ ਹੈ, ਕਿਹਨੂੰ ਕਹਿੰਦਾ ਹੁਣ, ਇਹ ਕੌਣ ਹੈ, ਮੈਂ ਕਹਿਣ ਵਾਲਾ, ਮੈਂ ਕਹਿਣਾ ਮਨ ਬੁੱਧੀ ਹੈ, ਦੋ ਮਨ ਕਹਿ ਲਓ ਚਾਹੇ ਬੁੱਧੀ ਕਹਿ ਲਓ, ਜਾਂ ਚੱਲ ਕੇ ਆ ਗਿਆ ਨਾ ਮੇਰੇ ਘਰ, ਉਹ ਰਾਜਾ ਰਾਮ ਪਤਾਰਾ ਕਿਹਾ ਨਾ, ਉਹ ਕਰੇ ਪਤਾਰਾ ਆ ਗਿਆ ਚੱਲ ਕੇ, ਉਹ ਕਹਿੰਦਾ ਮੈਂ ਤੱਕੀ ਤੋਂ ਛੱਡਣਾ ਹੈ ਜੀ, ਮੈਂ ਤੇਰੀ ਛੱਡਣਾ ਗਿਆ। ਹੁਣ ਹੋ ਗਈ ਇੱਥੇ ਗੁਰੂ ਚੇਲੇ ਦੀ ਮਹਿਲ ਸੰਧੀ, ਗੁਰਚੇਲੇ ਕੀ ਸੰਧ ਮਿਲ ਗਈ। ਇਹ ਗੁਰਚੇਲੇ ਕੀ ਸੰਧ ਬਣਾਈ, ਮੈਂ ਤੱਕੀ ਤੋਂ ਛੱਡਣਾ ਹੈ ਜੀ। ਉਹ ਕਹਿੰਦਾ ਫਿਰ ਕਹਿੰਦਾ ਮੈਂ ਆਸਾ ਰੱਖੀ ਚਿੱਤ ਵਿੱਚ, ਇਹ ਚਿੱਤ ਚ ਆਸਾ ਰੱਖੀ ਸੀ, ਮੇਰਾ ਸਭੇ ਦੁੱਖ ਗਵਾਏ ਜੀ, ਹੁਣ ਮੇਰਾ ਸਾਰਾ ਜਿਹੜਾ ਦੁੱਖ ਹੈ ਇਹਦਾ ਨਾਸ ਕਰਦੇ। ਦੁੱਖ ਕੀ ਹੈ, ਚਿੰਤਾ, ਦੁੱਖ ਤੋਂ ਪਹਿਲਾਂ ਨਾ ਚਿੰਤਾ ਜੋ ਨਾ, ਦੋ ਅਰਫੀ ਗੱਲ ਆ ਕੋਈ ਲੈਣ ਨਾ ਸੀਣਾ, ਐਵੇਂ ਡੀ ਰਮਾਇਣ ਲਿਖਵਾਣੀ ਕੋਈ ਗੱਲ ਹੈ। ਇਹ ਸਭ ਜਿਹੜੇ ਨੇ ਨਾ, ਇਹ ਤਾਂ ਐਂ ਲੱਗਦੀ ਹੈ ਦੁਨੀਆਂ ਵੀ ਉੱਤੇ ਹੀ ਤੁਰੀ ਫਿਰਦੀ ਹੈ, ਸਭ ਜਿਹੜਾ ਸਭ ਉੱਤੇ ਦੀਦੀਆਂ, ਸਭ ਦੀਆਂ ਜਣਾ ਦੀਦੀਆਂ ਨੀ, ਕਿਉਂ ਸਭ ਦੀਆਂ ਜਣਾ ਦੀਦੀਆਂ, ਕਿੱਥੇ ਤੱਕ ਸੋਚ ਹੈ, ਕੀ ਸੋਚਦਾ, ਕਿੱਥੇ ਖੜਾ, ਆਪਾਂ ਵੀ ਤਾਂ ਉੱਥੇ ਦੀ ਐਂ ਲੰਘ ਕੇ, ਪਿੱਛੇ ਮੁੜ ਕੇ ਦੇਖਣ ਦੀ ਲੋੜ ਹੈ। ਪਰ ਮੋਢਾ ਫੇਰਨ ਦੀ ਲੋੜ ਨੀ ਪਿਛਲੇ ਪਾਸੇ, ਹਿੰਦੂਤ ਵਾਲਿਆਂ ਨੇ ਮੋਢਾ ਫੇਰ ਕੇ ਪਵਾਊ ਟਰਨ ਕਰ ਲਿਆ ਹਿੰਦੂਤ ਵੱਲ ਨੂੰ, ਇਹਨਾਂ ਨੂੰ ਪ੍ਰਚਾਰ ਕੀਤਾ ਵੀ ਪਿਛਲਾ ਜ਼ਮਾਨਾ ਚੰਗਾ ਸੀ, ਉਹ ਜ਼ਮਾਨਾ ਨਹੀਂ ਸੀ ਚੰਗਾ, ਆ ਚੰਗੇ ਵੱਲ ਨੂੰ ਅਸੀਂ ਜਾ ਰਹੇ ਹਾਂ। ਉਹ ਜੋ ਵੇਦ ਅਸੀਂ ਛੱਡਿਆ ਸੀ, ਉਹ ਬਿਮਾਰੀ ਉੱਥੇ ਸ਼ੁਰੂ ਹੋਈ ਸੀ, ਅਸੀਂ ਹੁਣ ਮੁੱਕਣ ਵੇਲੇ ਖੜੇ ਹਾਂ, ਮੁਕਾਉਣੀਆਂ ਸੀ, ਉਹਨਾਂ ਨੇ ਸ਼ੁਰੂ ਕੀਤੀ ਸੀ, ਉਹਨਾਂ 'ਚ ਕਮੀਆਂ ਸੀ, ਅਸੀਂ ਕਮੀਆਂ ਦੂਰ ਕਰਦੇ ਹਾਂ, ਸਾਡੀਆਂ ਆਖਰੀ ਕਮੀਆਂ ਰਹਿ ਗਈਆਂ, ਉਹ ਵਧਾਉਣ ਵਾਲੇ ਸੀ ਕਮੀ, ਅਸੀਂ ਘਟਾਉਣ ਵਾਲੇ ਹਾਂ ਕਮੀ, ਉਹਨਾਂ ਨੇ ਆਪਣੀਆਂ ਕਮੀਆਂ ਵਧਾਈਆਂ ਨੇ, ਆਪਣੇ ਬੰਦਿਆਂ 'ਚ ਕਮੀਆਂ ਵਧਾਈਆਂ ਨੇ, ਆਪਣੀ ਕੁੱਲ 'ਚ ਕਮੀਆਂ ਵਧਾਈਆਂ ਨੇ, ਕਿਉਂ ਬੜੇ ਸੀ ਉਹ, ਕਿਉਂ ਇੱਜ਼ਤ ਕਰੀ ਅਸੀਂ ਉਹਨਾਂ ਦੀ,
ਕਿਉਂ ਤਾਂ ਸੰਭਾਸ਼ਾ ਨਾ ਕਹਿਣ, ਇਹ ਕਿਸੇ ਭਏ ਇੱਕ ਗਏ ਇੱਕ ਫੇਰ ਭਏ, ਰਾਮ ਗੁਰ ਕ੍ਰਿਸ਼ਨ ਦੇ ਅਵਤਾਰ ਵੀ ਅਨੇਕ ਹੈ, ਕੀ ਕੀਤਾ ਉਹਨੂੰ ਥੱਲੇ ਨੂੰ ਲੈ ਕੇ ਗਏ, ਦੁਆਪਰ ਤੋਂ ਬਾਅਦ ਕਲਯੁਗ ਆਇਆ ਨਾ ਆਇਆ, ਫਿਰ ਉਹਨਾਂ ਨੇ ਦੁਆਪਰ ਚੈਂਡ ਕਿਉਂ ਨਾ ਕੀਤਾ, ਕਲਯੁਗ ਆਉਣ ਕਿਉਂ ਦਿੱਤਾ, ਉਹਨਾਂ ਦੀ ਜ਼ਿੰਮੇਵਾਰੀ ਹੈ ਕਲਯੁਗ ਆਉਣ, ਕੀ ਕਲਯੁਗ ਆਉਣ ਦੇ ਜ਼ਿੰਮੇਵਾਰ ਨਹੀਂ ਹੋ, ਇੱਕ ਪਹਿਰੇਦਾਰ ਹੋਵੇ ਉੱਥੋਂ ਦੀ ਉਹਦੇ ਸਾਹਮਣੇ ਦੀ ਲੰਘ ਕੇ ਆ ਜਾਏ ਨਰਕ ਨੂੰ ਲੋਕ, ਅਵਤਾਰ ਕਾਹਦਾ ਹੋਇਆ ਫਿਰ, ਉਹ ਰੋਕਿਆ ਗਿਆ ਉਹਨਾਂ ਕਲਯੁਗ, ਉਹਨਾਂ ਨੇ ਭਗਵਾਨ ਸੀ ਕਲਯੁਗ ਰੋਕ ਦਿੰਦਾ ਵੀ ਆਉਣ ਨਹੀਂ ਦੇਣਾ, ਮੈਂ ਕਿਹਦੇ ਹੁਕਮ ਨਾਲ ਕਲਯੁਗ ਆਇਆ, ਤੇਰੇ ਤਾਂ ਦੁਆਪਰ ਕਿਹਦੇ ਹੁਕਮ ਨਾਲ ਆਇਆ, ਭਗਵਾਨ ਤੁਸੀਂ ਹੁਕਮ ਕਿਸੇ ਹੋਰ ਦਾ ਚੱਲਦਾ, ਇਹ ਭਗਵਾਨਾਂ ਦਾ ਹੁਕਮ ਨਹੀਂ ਚੱਲਦਾ, ਜੇ ਸਾਰੇ ਭਗਵਾਨ ਦੇ ਜੀ ਨੇ ਤਾਂ ਫਿਰ ਕਲਯੁਗ ਕਿਉਂ ਹੋਣ ਦਿੱਤਾ, ਜੀ ਦੁਖੀ ਕਿਉਂ ਹੋਣ ਦਿੱਤੇ, ਅਗਿਆਨੀ ਕਿਉਂ ਹੋਣ ਦਿੱਤੇ, ਧਰਮ ਧਰਮ ਤੇ ਠੱਗੀਆਂ ਕਿਉਂ ਹੋਣ ਦਿੱਤੀਆਂ, ਸਭ ਕਰਪਸ਼ਨ ਕਿਵੇਂ ਆ ਗਈ ਧਰਮ ਚ, ਇਹਦਾ ਜਵਾਬ ਕੌਣ ਦਊ, ਇਹਨੂੰ ਧਰਮ ਨੂੰ ਕੌਣ ਮੰਨ ਲਵੇ, ਖੋਟੇ ਨੂੰ ਕਿਉਂ ਮੰਨ ਲਈਏ, ਖਰੇ ਕਿਉਂ ਨਹੀਂ ਤੁਸੀਂ, ਤੁਸੀਂ ਖਰੇ ਕਿਉਂ ਨਹੀਂ ਹੁੰਦੇ, ਸਾਨੂੰ ਕਹਿੰਦੇ ਹੋ ਧਰਮ ਕਰੋ, ਤੁਸੀਂ ਸਭ ਕੁਛ ਛੱਡਿਆ ਧਰਮ ਤੇ ਠੇਕੇਦਾਰ ਬਣੇ, ਧਰਮ ਦੇ ਗੋਲ ਤੁਸੀਂ ਖਾਧੀ, ਪੈਸੇ ਚੜਾਵੇ ਤੁਸੀਂ ਖਾਧੇ, ਤੁਸੀਂ ਤਾਂ ਸੁਧਰੇ ਨਹੀਂ, ਧਰਮ ਖੋਏ ਨਹੀਂ, ਰੋਲ ਮਾਡਲ ਬਣੇ ਨਹੀਂ, ਦੂਏ ਤੁਹਾਨੂੰ ਪੈਸੇ ਦਿੰਦੇ ਨੇ, ਕਹਿੰਦੇ ਦੂਏ ਨੂੰ, ਦੂਏ ਤੁਹਾਡੇ ਵਰਗੇ ਬਣਦੇ ਔਰ ਕਿਹੋ ਜਿਹੇ ਬਣ ਜਾਂਦੇ, ਤੁਸੀਂ ਕੀ ਭਣਕੇ ਦਿਖਾਇਆ, ਸਵਾਲ ਇਹ ਹੈ, ਤੁਸੀਂ ਜਾਇਦਾਦਾਂ ਦੇ ਕਬਜ਼ੇ ਕਰ ਲਏ, ਗੋਲਕਾਂ ਦੇ ਕਬਜ਼ੇ ਕਰ ਲਏ, ਪੜਾਵਾਂ ਦੇ ਕਬਜ਼ੇ ਕਰ ਲਏ, ਤੁਸੀਂ ਬਣ ਕੇ ਕੀ ਦਿਖਾਇਆ ਸਾਨੂੰ, ਰੋਲ ਮਾਡਲ ਕੀ ਬਣੇ, ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਕੀ ਦਿੱਤਾ, ਕੀ ਸਿਖਾਇਆ ਮੁੰਡਿਆਂ ਨੂੰ, ਜਿਹੜੇ ਸਿੰਘ ਨੇ ਸਾਰੇ ਸਜਾਏ ਹੋਏ, ਕੀ ਦਿੱਤਾ ਤੁਸੀਂ ਇਹਨਾਂ ਨੂੰ, ਕੀ ਸੇ ਦੇ ਰਹੇ ਹੋ, ਇਹਨਾਂ ਦੇ ਧਾਰਮਿਕ ਜੀਵਨ ਬਰਬਾਦ ਹੋਣ ਦਾ ਜ਼ਿੰਮੇਵਾਰ ਕੌਣ ਹੈ, ਅਗਵਾਈ ਤੁਹਾਡੇ ਕੋਲ ਹੈ, ਜਾਇਦਾਦ ਤੁਸੀਂ ਬਣੇ ਫਿਰਦੇ ਹੋ, ਪੜਾਵਾਂ ਖਾਤਰ ਤੁਸੀਂ ਲੜਦੇ ਹੋ, ਜ਼ਿੰਮੇਵਾਰੀ ਵੱਲ ਕੋਈ ਵੀ ਨਹੀਂ ਜਾਗਦਾ, ਜ਼ਿੰਮੇਵਾਰੀ ਕੀ ਹੈ ਤੁਹਾਡੀ, ਕੋਈ ਜ਼ਿੰਮੇਵਾਰੀ ਨਹੀਂ, ਤੁਹਾਡੀ ਇੱਕ ਸਿਹਤ ਕੀ ਸਿਹਤ ਹੈ, ਕੀ ਟਾਰਗੇਟ ਕੀ ਹੈ, ਜਿਹੜਾ ਟਾਰਗੇਟ ਗੁਰੂ ਨੇ ਦਿੱਤਾ ਸੀ ਉਹਦੇ ਖਾਤਰ ਤੁਸੀਂ ਕੀ ਕਰ ਰਹੇ ਹੋ, ਜੇ ਨਹੀਂ ਕਰ ਰਹੇ ਤੁਸੀਂ ਵਾਰਸ ਕਿਵੇਂ ਹੋ, ਫਿਰ ਕਿਹੜੀ ਗੱਲ ਦੇ ਵਾਰਸ, ਇਹ ਦੱਸੋ, ਇੱਕ ਟਾਰਗੇਟ ਹੈ, ਉਹ ਟਾਰਗੇਟ ਤੇ ਚੱਲਣਾ, ਟਾਰਗੇਟ ਨੂੰ ਪੂਰਾ ਕਰਨ ਵਾਸਤੇ ਸਾਰੀ ਵਰਲਡ ਇਕੱਠੀ ਹੋਈ ਹੈ, ਸਾਰੇ ਨਾਲ ਨੇ,
ਟਾਰਗੇਟ ਗੁਰੂ ਦਾ ਸਾਡਾ, ਸਾਰੀ ਦੁਨੀਆ ਦਾ ਟਾਰਗੇਟ ਹੈ, ਦੁਨੀਆ ਮੰਨਦੀ ਹੈ ਉਹਨੂੰ। ਹੁਣ ਉਹਦੇ ਟਾਰਗੇਟ ਨੂੰ ਦੁਨੀਆ ਨੇ ਮੰਨ ਲਿਆ ਵੀ 10-5 ਹਜ਼ਾਰ ਟਾਰਗੇਟ ਜਿਹੜਾ ਸੀ ਬਹੁਤ ਵਧੀਆ ਸੀ, ਸਾਰਿਆਂ ਵਾਸਤੇ ਚੰਗਾ ਸੀ। ਉਹ ਸਮਝਿਆ ਨੀ ਲੋਕਾਂ ਨੇ ਟਾਰਗੇਟ ਕੀ ਸੀ, ਸਮਝਾਇਆ ਪਤਾ ਲੱਗ ਗਿਆ ਟਾਰਗੇਟ ਤਾਂ ਹੋ ਰਿਹਾ, ਇਹ ਤਾਂ ਪ੍ਰਚਾਰ ਹੋ ਰਿਹਾ ਹੋਇਆ। ਉਹਨੇ ਕਿਹਾ ਧਰਮ ਚਲਾਵਣ, ਸੰਤੋ ਵਾਲ ਨੂੰ ਕਿਹਾ, ਤੁਸੀਂ ਤੇ ਅੱਗੋ ਵਾਲ ਨੂੰ ਕਿਹਾ, ਸੰਤੋ ਵਾਲ ਨੂੰ ਕਿਹਾ, ਤੁਸੀਂ ਵਾਲ ਨੇ ਸੰਤ ਉੱਤੇ ਲੈ ਕੇ ਆਉਣੇ, ਲਿਆਓ ਕਿਵੇਂ ਲਿਆਉਣੇ। ਸੰਤਾਂ ਦੀ ਅਵਸਥਾ ਉੱਚੀ ਕਰਨੀ ਹੈ, ਵਾਲ ਦਾ ਮਤਲਬ ਇਹ ਹੈ ਸੰਤ ਨੀਵੀਂ ਅਵਸਥਾ ਚ ਨੇ, ਖੜੇ ਮਾਲਾ ਫਿਰਦੇ ਨੇ, ਅਜੇ ਛਡਾਉਣੀ ਹੈ, ਗਿਆਨ ਗੁਰੂ ਦੇ ਦਰਸ਼ਨ ਕਰਾਉਣੇ ਇਹਨਾਂ ਨੂੰ, ਫਿਰ 10 ਪਾਤਸ਼ਾਹ ਦੀ ਇੱਜ਼ਤ ਪੈਣੀ ਹੈ ਇਹਨਾਂ ਦੇ ਖਾਨੇ ਚ ਵੀ ਉਹ ਕੀ ਸੀ, ਬਾਣੇ ਪਾਉਣ ਨਾ ਪਾਉਣ ਸਾਨੂੰ ਠੇਕਾ ਨੀ। ਅਸੀਂ 10 ਪਾਤਸ਼ਾਹ ਦੀ ਜਿਹੜੀ ਹੈ ਨਾ ਗਿਆਨ, ਉਹਦੀ ਛੱਡੀ ਇਹਨਾਂ ਦੇ ਸਿਰ ਤੇ ਦੀ ਫਿਰ ਦੇਣੀ ਹੈ। ਅਜੇ ਇਹਨਾਂ ਦਿਮਾਗ ਚ 10 ਪਾਤਸ਼ਾਹ ਦਾ ਗਿਆਨ ਨਹੀਂ ਹੈ, ਸਮਾਧੀ ਵਾਲਾ ਇਹਨਾਂ ਦਾ, ਤ੍ਰਿਕੁਟੀ ਵਾਲੀ ਸਮਾਧੀ, ਉਹ ਨਹੀਂ ਹੈਗਾ ਇਹਨਾਂ ਨੂੰ ਪਤਾ, ਜਿੱਥੇ ਜੰਮੇ ਨੇ ਜਿੱਥੋਂ ਆਏ ਨੇ ਸਾਨੂੰ ਪਤਾ। ਉਹ ਤਾਂ ਗ੍ਰੰਥ ਚ ਲੱਭਣ ਪਤਾ ਹੀ ਹੈ, ਪਰ ਉਹ ਕੁਛ ਨੀ ਕਰ ਦਿੰਦਾ ਜਿਹੜਾ ਕੋਈ ਕਰਦੇ ਨੇ, ਅਟੱਗੇ ਠੋਰੀਆਂ ਨੀ ਕਰ ਦਿੰਦਾ ਫਿਰ ਉਹ। ਇਹਨਾਂ ਨੂੰ ਆਦਤ ਰਸੇ ਚੱਪੜ ਦੀ, ਇਹਨਾਂ ਨੇ ਜਾਣੀ ਨੀ, ਅਸੀਂ ਰਸੇ ਚੱਪੜ ਦੇਣੇ ਨੀ, ਚੱਪੜੇ ਨੇ ਰਸੇ ਚੱਪੜ ਨਾਲੇ ਦਿੱਤਾ, ਅਸੀਂ ਇਹਦਾ ਦੰਦ ਕੱਢ ਦਿੰਦੇ ਹਾਂ, ਆਪ ਘਰ ਨੀ ਰੱਖਦੇ, ਨਾ ਦੰਦ ਹੋਣ ਕੇ ਨਾ ਰਸਾ ਚੱਪੂਗਾ। ਦੋ ਹੀ ਤਰੀਕੇ ਨੇ ਵੀ ਭਾਈ ਤਾਂ ਰਹਿਣਾ, ਦੰਦ ਦੰਦ ਕੜਾ ਦੇ, ਆਪੇ ਰਸਾ ਨੀ ਚੱਬੇਗਾ, ਤੇਰੀ ਆਪਣੇ ਘਰ ਨੂੰ ਜਾ, ਇੱਥੇ ਕੀ ਲੈਣਾ। ਸੱਚਖੰਡ ਵਿੱਚ ਐਂਟਰੀ ਨਹੀਂ ਹੈਗੀ ਕਿਸੇ ਦੀ ਹੋਰ, ਇੱਥੇ ਸੱਚਖੰਡ ਨੂੰ ਤਾਂ ਗੁਰੂ ਦਾ ਘਰ, ਇੱਥੇ ਲਿਹਾਜ ਕਿਸੇ ਨਾਲ ਵੀ ਨਹੀਂ, ਕੋਈ ਸੰਗਤ ਨਹੀਂ ਹੈਗੀ ਇੱਥੇ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨੋਮ ਵਿਖਾਣੀ ਹੈ, ਕੇਵਲ ਇੱਕ ਨੋਮ ਦੀ ਗੱਲ ਹੋਊਗੀ, ਉੱਥੇ ਦੂਜੀ ਹੋ ਹੀ ਨਹੀਂ ਸਕਦੀ। ਤੁਸੀਂ ਕਰਕੇ ਦਿਓ ਇੱਕ ਨੋਮ ਦੀ ਗੱਲ, ਦੇਖੋ ਮਨਾ ਕਿਹੜਾ ਕਰਦਾ ਥੋੜੇ ਜਿਹੇ ਸੰਤ, ਇਹ ਤਾਂ ਸੁਣੀ ਜਾਓ ਰੋਜ਼ ਬੈਠ ਕੇ, ਆ ਜਾਓ ਸਾਰੀ ਬਹਿ ਜੋੜਦਾ ਰਹੇ। ਇੱਕੋ ਨੋਮ ਇੱਕ ਨੋਮ ਦੇ ਵਿਖਿਆਨ ਹੋਊਗਾ ਰੋਜ਼, ਇਹ ਚਾਰ ਘੰਟੇ ਸੁਣੋਗੇ ਚਾਰੇ ਕਰੀ ਜਾਵਾਂਗੇ, ਸਾਨੂੰ ਕੀ ਫਰਕ ਪੈਂਦਾ, ਸੁਣਨ ਵਾਲੇ ਬਣੋ। ਕੋਈ ਤੇ ਅਸਰ ਪੈਂਦਾ, ਟੈਸਟ ਹੋ ਜਾ ਕਰਨਾ ਹਫਤੇ ਦੇ ਹਫਤੇ, ਹਾਂ ਤੇ ਪੜ ਪੜ ਗੱਡੀ ਲੱਦੀ ਵਾਲੀ ਆ, ਸੁਣ ਰਹੀ ਕੰਨਾਂ ਵਾਲੀ ਗੱਲ ਨੀ, ਟੈਸਟ ਨਾਲੇ ਆ ਹਫਤੇ ਦੇ ਹਫਤੇ, ਜਿਵੇਂ ਇੰਗਲੈਂਡ ਵਾਲੇ ਕਰਦੇ ਨੇ, ਆਹ ਹਜ਼ਾਰ ਤੋਂ ਜ਼ਿਆਦਾ ਮਹੀਨੇ ਵਾਲਾ ਅਲੱਗ।
ਤੂੰ ਕਿੰਨਾ ਬਦਲ ਗਿਆ, ਤੇਰੇ ਚ ਬਦਲਾ ਆ ਗਿਆ। ਤੈਨੂੰ ਪੈਰ ਪੈਰ ਤੇ ਟੋਕੀ ਜਾਣਾ, ਤਾਂ ਰਹਿਣਾ ਹੀ ਨਹੀਂ ਇੱਥੇ, ਭੱਜ ਜਾਣਾ। ਕਿਉਂ ਲਿਹਾਜ਼ ਨਹੀਂ ਨਾ ਹੈਗੀ ਇੱਥੇ, ਲਿਹਾਜ਼ ਕਰਦੇ ਨੇ ਉੱਥੇ, ਸਰ ਜਾਂਦਾ ਉੱਥੇ, ਮੌਜ ਹੈ। ਇੱਥੇ ਨਹੀਂ ਕੰਮ ਚੱਲਣਾ, ਇੱਥੇ ਆਈ ਹੋਊਗਾ। ਤਾਂ ਆਪਣਾ ਕਰਨਾ, ਆਪਣੇ ਘਰ ਨੂੰ ਜਾ, ਆਪੇ ਸ਼ੁਰੂ ਕਰ, ਸ਼ੁਰੂ ਘਰ ਨੂੰ ਚਲਾ ਜਾਊਗਾ। ਜਿੱਦਣ ਵਿਗਾੜ ਦੇ ਵਿੱਚ ਥੋੜੇ ਜਿਹੇ ਵੀ ਅਸੀਂ ਤਿਲ ਵਰਤੀ, ਵਿਗਾੜ ਵਧਣ ਲੱਗ ਜਾਂਦਾ ਹੁੰਦਾ। ਫਿਰ ਬਿਮਾਰੀ ਯਾਦ ਨਿਪਟਾ ਵੀ ਲੈਂਦੀ, ਬਲਡ ਬਸ ਪਹਿਲਾਂ ਸ਼ੁਰੂ ਚ ਰੋਕ ਦੋ ਬਿਮਾਰੀ ਨੂੰ, ਫਿਰ ਤਾਂ ਨਹੀਂ ਔਖਾ ਹੋ ਜਾਂਦਾ ਕੰਮ। ਸਮਝ ਲਓ 70-80 ਸਾਲ ਦੇ ਬਿਮਾਰੀ ਵਧੀ ਚੱਲੇ ਆਈ ਸੀ, ਜ਼ੋਰ ਪਹਿਲਾਂ ਚੱਲਿਆ ਆਇਆ ਉਹਨੂੰ ਤਾਂ, ਪਹਿਲਾਂ ਜ਼ੋਰ ਪਿਆ ਸੀ, ਪਹਿਲਾਂ ਮਿਸਲ ਬਣਾ ਕੇ ਕੱਢੇ ਸਾਰੇ ਵਿੱਚੇ ਸੀ ਰਲੇ, ਪਹਿਲਾਂ ਵੀ ਦਲਾਂ 'ਚ ਰਲੇ। ਉਹ ਕਿਵੇਂ ਮਿਸਲਾਂ ਬਣੀਆਂ, ਉਹ ਜਿਹਾ ਹਿਸਟਰੀ ਪੜ੍ਹਦੇ ਨੇ, ਇਹਨਾਂ ਦੇ ਲਾਲਾਂ ਫਿਰ ਛੁੱਟ ਪੈਂਦੀਆਂ ਨੇ ਵੀ ਚਲੋ 4 ਘੋੜੇ ਲੈ ਕੇ ਆਪਾਂ ਅੱਗੇ ਮੂੰਹੇ, ਫਿਰ ਜਥੇਬੰਦੀ ਕਰ ਲਈਏ, ਸ਼ਾਇਦ ਫਿਰ ਮਿਸਲਾਂ ਬਣ ਜਾਣਗੀਆਂ। ਪਤਾ ਵੀ ਉਹ ਜ਼ਮਾਨਾ ਹੋਰ ਸੀ, ਜ਼ਮਾਨਾ ਹੋਰ ਹੈ, ਉਦੋਂ ਰਾਜ ਹੋਰ ਸੀ। ਰਾਜ ਦੇ ਵਿੱਚ ਕੀ ਕਰਦਾ ਸੀ, ਲੋਕ ਕੌਣ ਸੀ, ਮੁਸਲਮਾਨ ਰਾਜ ਕਰਦੇ ਸੀ, ਦੁਖੀ ਸੀ, ਕੀ ਕਰਦੇ। ਅੱਜ ਦੇ ਰਾਜ ਦੇ ਵਿੱਚ ਤੁਸੀਂ ਆਏ ਗੱਲਾਂ ਸੋਚਦੇ ਹੋ, ਆ ਬਈ ਵਾ, ਬੜੇ ਅਕਲ ਵਾਲੇ ਤੁਸੀਂ ਤਾਂ। ਅਤਿਅੰਤ ਦਰਜੇ ਦੀ ਮੂਰਖਤਾ ਹੈ। ਗੁਰ ਕਾਹਿਆ ਸਾਕਾਰ ਕਮਾਵੋ ਵਾਲੀ ਗੱਲ ਕਰਦੀ ਹੈ। ਆਪ ਲੜੂ ਨਾ ਫੌਜ ਲੜਾਊਗੀ, ਉਹਨੇ ਕਹਿ ਦਿੱਤਾ, ਲੜਨ ਦੀ ਲੋੜ ਨਹੀਂ ਹੈ ਸਾਨੂੰ। ਜੇ ਧਰਮ ਲੜਨ ਲੱਗ ਗਿਆ, ਸੁਲਾਹ ਕੌਣ ਕਰਾਊ, ਧਰਮ ਤਾਂ ਲੜਾਈ ਹਟਾਉਣ ਵਾਲੇ ਹੁੰਦੇ ਨੇ, ਝਗੜਾ ਮਿਟਾਉਣ। ਉਹ ਕਹਿੰਦਾ ਹੋਰਾ ਝਗੜਾ, ਝਗੜਾ ਰਹਾ ਨਾ ਖੋਊ। ਝਗੜਾ ਕਰਨ ਵਾਲੇ ਪੰਡਿਤ ਮੁੱਲਾਂ ਦੇ ਚੇਲੇ ਹੁੰਦੇ ਨੇ, ਪੰਡਿਤ ਮੁੱਲਾਂ ਛੱਡ ਦਊ। ਗੁਰੂ ਦੇ ਸਿੱਖ ਝਗੜਾ ਨਹੀਂ ਕਰ ਸਕਦੇ, ਪੰਡਿਤ ਮੁੱਲਾਂ ਦੇ ਸਿੱਖ ਕਰ ਸਕਦੇ ਨੇ। ਇਸ ਕਰਕੇ ਗੁਰਮਤ ਦਾ, ਗੁਰਸਿੱਖੀ ਦਾ ਦੂਰ ਦਾ ਵੀ ਤੁਹਾਨੂੰ ਗਿਆਨ ਨਹੀਂ ਹੈ। ਜੋ ਇਸ ਵਕਤ ਪ੍ਰਚਾਰ ਹੋ ਰਿਹਾ ਹੈ, ਕਾਫੀ ਜੋ ਗੁਰਦੁਆਰਿਆਂ 'ਚ ਹੋ ਰਿਹਾ, ਤੁਹਾਡੇ 'ਚ ਹੋ ਰਿਹਾ, ਸਾਰਿਆਂ 'ਚ ਹੋ ਰਿਹਾ, ਇਹ ਪੰਡਿਤ ਮੁੱਲਾਂ ਦਾ ਪ੍ਰਚਾਰ ਹੈ, ਗੁਰੂ ਦਾ ਪ੍ਰਚਾਰ ਇਹ ਨਹੀਂ ਹੈ। ਤੁਸੀਂ ਕਹੋ ਗੁਰੂ ਦਾ ਪ੍ਰਚਾਰ ਹੈ, ਤੁਹਾਡੇ ਝਗੜੇ ਹੋ ਉਹਨੇ, ਫਿਰ ਇਹ ਦੱਸੋ। ਗੁਰੂ ਦੇ ਪ੍ਰਚਾਰ ਵੇਲੇ ਕੋਈ ਸਿੱਖਾਂ ਦਾ ਆਪਸੀ ਝਗੜਾ ਹੋਇਆ ਹੋਇਆ ਸਾਬਤ ਕਰੋ, ਹੁਣ ਕਿਉਂ ਹੁੰਦਾ, ਇਹਦਾ ਜਵਾਬ ਦਿਓ। ਤੁਹਾਡੇ ਚਾਰ ਹੁਣ ਚ ਕੀ ਤਬਦੀਲੀ ਸੀਗੀ, ਇਹ ਵੀ ਤੁਹਾਨੂੰ ਪਤਾ, ਦੁਨੀਆਂ ਨੂੰ ਪਤਾ, ਜਵਾਬ ਨਹੀਂ ਕਿਸੇ ਕੋਲ ਹੈ, ਕੋਈ ਤੁਹਾਨੂੰ ਪਿਛਲੇ ਅੱਜ ਕੋਈ ਨਹੀਂ ਹੈ, ਜਵਾਬ ਦੇਣਾ ਪਊਗਾ।
ਪਰਮੇਸ਼ਰ ਦਾ ਰਸਤੇ ਨੂੰ ਵਿਗਾੜਿਆ ਨਹੀਂ ਜਾ ਸਕਦਾ। ਸੁਧਾਰ ਵਿਗਾੜ ਵੀ ਹੁੰਦਾ ਰਿਹਾ, ਸੁਧਾਰ ਵੀ ਹੁੰਦਾ ਰਿਹਾ, ਰਿਫੋਰਮਰ ਵੀ ਆਉਂਦੇ ਰਹੇ ਨੇ, ਵਿਗਾੜ ਵੀ ਪੈਂਦੇ ਰਹੇ ਨੇ ਧਰਮਾਂ ਚ। ਰਿਫੋਰਮੇਸ਼ਨ ਜਾਂ ਰਿਫੋਰਮਰ ਆਉਂਦਾ ਲਿਹਾਜ ਨਹੀਂ ਕਰਦਾ ਕਿਸੇ ਨਾਲ। ਰਿਫੋਰਮੇਸ਼ਨ ਦਾ ਵਕਤ ਹੈ, ਗਿਰਾਵਟ ਪਤਾ ਸਭ ਨੂੰ, ਨਿਗਾਰ ਪਤਾ ਸਭ ਨੂੰ, ਨਿਗਾਰ ਆ ਚੁੱਕਿਆ, ਸਭ ਮੰਨਦੇ ਨੇ, ਲੇਕਿਨ ਰਿਫੋਰਮੇਸ਼ਨ ਦਾ ਸਭ ਕੌਣ ਕਰੇ? ਜੇ ਨਿਗਾਰ ਆ ਗਿਆ ਉਹਦਾ ਸੁਧਾਰ ਨਹੀਂ ਕਰਨਾ? ਸੁਧਾਰ ਹੈ, ਜਿਹੜਾ ਨਹੀਂ ਕਰਨਾ ਚਾਹੁੰਦਾ ਸਾਹਮਣੇ ਆ ਜਾਵੇ, ਸਾਹਮਣੇ ਆ ਕੇ ਕਰਨਾ ਸੀ ਨਹੀਂ ਕਰਨਾ, ਕਰ ਦੇਣਾ, ਟੱਡੇ ਬਾਣੇ ਕਰਨਾ ਕੀ ਮਤਲਬ? ਤਾਂ ਹੀ ਤਾਂ ਮੈਂ ਕਹਿੰਦਾ ਲਕੀਰ ਕੱਢ ਕੇ ਆ, ਪਤਾ ਵੀ ਲੱਗੇ ਵੀ ਸੁਧਾਰ ਨਹੀਂ ਕਰਨ ਦੇਣਾ ਚਾਹੁੰਦੇ। ਸਕੇ ਵੀ ਸਿੱਖੀ ਦੇ ਬਣੇ ਬੈਠੇ ਹੋ, ਦੁਸ਼ਮਣੀ ਵੀ ਸਿੱਖੀ ਨਾਲੇ ਕਰ ਰਹੇ ਹੋ, ਜਾਂ ਕੋਈ ਗੱਲ ਗਲਤ ਹੈ? ਔਰ ਡਾਇਲੋਗ ਦੀ ਟੇਬਲ ਤੇ ਆ ਜਾਓ, ਡਾਇਲੋਗ ਤੇ ਆ ਕੇ ਮੈਦਾਨ ਚਾਹੋ, ਦੱਸੋ ਕਿੱਥੇ ਕਰੀਏ ਡਾਇਲੋਗ। ਬਾਕੀ ਧਰਮ ਨਾਲ ਲੈ ਲੈਂਦੇ ਸਾਰਿਆਂ ਨੂੰ, 10-11 ਧਰਮ ਨੇ ਮੇਰੇ ਨਾਲ, ਕਰੋ ਡਾਇਲੋਗ। ਭੱਜਣ ਨੂੰ ਰਾਹ ਨਹੀਂ ਮਿਲਣਾ ਕਿਸੇ ਨੂੰ, ਤੁਹਾਡੇ ਬਾਪ ਦੀ ਜਗੀਰ ਨਹੀਂ ਹੈ ਧਰਮ ਕਿਸੇ ਦੇ, ਧਰਮ ਕੁਛ ਬੰਦੇ ਦੀ ਜਗੀਰ ਹੁੰਦਾ ਜਿਹੜੇ ਉਹਨੂੰ ਮੰਨਦੇ ਨੇ। ਮੰਨਣ ਵਾਲਿਆਂ ਦੀ ਜਗੀਰ ਹੈ, ਨਾ ਮੰਨਣ ਵਾਲਿਆਂ ਦੀ ਜਗੀਰ ਨਹੀਂ ਹੈ। ਨਾ ਮੰਨਣ ਵਾਲਿਆਂ ਦਾ ਅਟੈਕ ਸਮਝਿਆ ਜਾਂਦਾ, ਦਖਲ ਅੰਦਾਜ਼ੀ ਸਮਝੀ ਜਾਂਦੀ ਹੈ, ਸਾਡੇ ਧਰਮ ਦਖਲ ਦਿੰਦਾ। ਜਿਵੇਂ ਤੁਸੀਂ ਲੋਕਾਂ ਨੂੰ ਕਹਿੰਦੇ ਸਾਡੇ ਧਰਮ ਦਖਲ ਦਿੰਦਾ, ਦਰਅਸਲ ਤੁਸੀਂ ਅਕਾਲੀ ਜਿਹੜੇ ਹੁਣ ਪ੍ਰਚਾਰ, ਸਭ ਦਖਲ ਦਿੰਦੇ ਹੋ ਸਾਡੇ ਧਰਮ ਚ। ਜੇ ਮੈਂ ਕਲੇਮ ਕਰਾਂ, ਤੁਹਾਡੇ ਕੋਲ ਕੀ ਜਵਾਬ ਹੈ? ਤੁਸੀਂ ਆਪਣਾ ਜਵਾਬ ਤਿਆਰ ਕਰੋ। ਜੇ ਕੋਰਟ ਵਿੱਚ ਮੈਂ ਸੁਪਰੀਮ ਕੋਰਟ ਜਾਣਾ, ਗੱਲ ਸੁਣਨੀ ਪਊਗੀ, ਉਹਨਾਂ ਨੂੰ ਸੁਣਨੀ ਪਊਗੀ। ਕੋਰਟ UNO ਦੀ ਵੀ ਹੈਗੀ ਹੈ, ਫਿਰ ਦੱਸ ਦੂਗੀ ਸਾਰਿਆਂ ਨੂੰ ਵੀ ਧਰਮ ਕੀ ਹੁੰਦਾ। ਜਿਹਨਾਂ ਨੇ ਏਡਾ ਤਿਆਰ ਕੀਤਾ ਵੀ ਧਰਮ ਇੱਕੋ ਹੀ ਅਧੂ ਹੈ ਨੀ ਦੁਨੀਆਂ ਦਾ, ਕਰਨਾ ਹੈ। ਉਹ ਧਰਮ ਦੀ ਗੱਲ ਸੁਣ ਗਏ? ਸੁਣ ਗਏ ਕਿਉਂ ਨਹੀਂ? ਟਾਈਮ ਹੀ ਹੁਣ ਆਇਆ ਧਰਮ ਦੀ ਗੱਲ ਕਰਨ ਦਾ, ਅਸਲੀ ਦੀ ਨਕਲੀ ਦੀ। ਕੋਰਟ ਫੈਸਲਾ ਕਰੇ, ਜਿਹੜੇ ਜੱਜ ਬੈਠੇ ਨੇ ਬਾਕੀ ਫੈਸਲੇ ਕਰਦੇ ਨੇ, ਇਹ ਕਦ ਨਹੀਂ ਕਰਨ। ਕਬਜ਼ਾ ਕੀਤਾ ਧੱਕੇ ਨਾਲ ਧਰਮਾਂ ਦੇ, ਹੰਕਾਰੀਆਂ ਨੇ, ਹੰਕਾਰ ਦੇ ਧਰਮ ਖਿਲਾਫ ਹੈ, ਹੰਕਾਰੀਆਂ ਦਾ ਕਬਜ਼ਾ, ਸਾਡੇ ਦੁਸ਼ਮਣ ਦਾ ਕਬਜ਼ਾ। ਪੈਸੇ ਲੱਗਦੇ ਨੇ ਦੁਸ਼ਮਣੀ ਤੇ, ਹੁਣ ਤੇ ਲੱਗੇ ਜੀ ਗੋਲਕ ਦੇ। ਮੈਂ ਉੱਥੇ ਕਿਹਾ 1200 ਕਰੋੜ ਰੁਪਇਆ ਖਰਚ ਹੁੰਦਾ ਮੇਰੇ ਖਿਲਾਫ, ਜੋ ਮੈਂ ਬੋਲਦਾ ਤੇ ਖਿਲਾਫ, ਸਿਰਫ ਪੰਜਾਬ ਪੰਜਾਬ ਦਾ, ਬਾਕੀਆਂ ਦਾ ਮੈਨੂੰ ਪਤਾ ਨਹੀਂ ਕਰਨੇ ਨੇ। ਸਾਰਾ ਪੈਸਾ ਅੱਜ ਤੱਕ ਧਰਮ ਦੇ, ਸੱਚ ਧਰਮ ਦੇ ਖਿਲਾਫ ਇਸਤੇਮਾਲ ਹੋਇਆ। ਕੋਈ ਕਿਰਦਾਰ ਨਹੀਂ ਜਿੱਥੇ ਗੱਲ ਕਰ ਦਿੰਦੇ ਹੁਣ 50 ਸਾਲ ਤੋਂ, ਇਹ ਮੈਨੂੰ ਪਤਾ। ਆਹ ਗੱਲ ਨਾ ਜੀ ਕਹੋ, ਇੱਥੇ ਕਰੋ ਗੁਰਬਾਣੀ ਦੀ, ਜਿਹੜੀ ਹੰਕਾਰ ਨੂੰ ਸੱਟ ਮਾਰਦੀ ਹੋਵੇ ਉਹ ਗੱਲ ਨਾ ਕਰੋ। ਹੰਕਾਰ ਦੇ ਤਾਂ ਖਿਲਾਫ ਹੈ ਧਰਮ, ਇਹ ਨਾਮ ਨਾਲ ਹੋਵੇ ਤਾਂ ਵਿਰੋਧ ਹੈ, ਵਿਰੋਧੀ ਤਾਂ ਕਬਜ਼ਾ ਹੀ ਆ ਸਾਡੇ।
ਸੀਗਾ। ਜੇ ਸਾਬਤ ਹੋ ਗਿਆ ਕੋਰਟ ਦੇ ਵਿੱਚ ਕਿ ਤੁਸੀਂ ਹੰਕਾਰੀ ਹੋ, ਨਾਮਲਾ ਤਾਂ ਫਿਰ ਵਿਰੋਧ ਹੈ ਤੁਹਾਡਾ, ਤੁਸੀਂ ਕਿਵੇਂ ਮਾਲਕ ਹੋ ਇੱਥੇ ਦੇ, ਦੁਸ਼ਮਣ ਬਾਹਰ ਮਾਰੂ ਕੋਰਟ ਕੱਢ ਕੇ ਸਾਰਿਆਂ ਨੂੰ। ਇਹ ਤੁਸੀਂ ਦੱਸੋ ਕਿਵੇਂ ਹੱਕ ਹੈ ਤੁਹਾਡਾ, ਕਿਉਂ ਹੈ? ਗੁਰੂ ਦੀ ਸਿੱਖਿਆ ਹੈ, ਸਿੱਖੀ ਸਿੱਖਿਆ ਹੈ, ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ, ਐਸ ਸਿੱਖਿਆ ਕੀ ਹੈ ਕਿ ਉਹ ਸਿੱਖਿਆ ਤੋਂ ਤੁਸੀਂ ਖਰੇ ਉਤਰੇ ਹੋ, ਉਹ ਸਿੱਖਿਆ ਦਾ ਪ੍ਰਚਾਰ ਕਰਦੇ ਹੋ, ਇਹ ਸਾਬਤ ਕਰਨਾ ਪਊ। ਜਿਹਦਾ ਵਿਰੋਧ ਕੀਤਾ ਹੁਣ ਤੁਸੀਂ ਕਰ ਰਹੇ ਹੋ, ਫਿਰ ਕਰੀਓ। ਇੱਥੇ ਤੱਕੜੀਆਂ ਤੋਲੀ ਪਈ ਆ ਗੱਲ, ਦੱਸੋ ਵੀ ਗੁਰਬਾਣੀ ਕਹਿੰਦੀ ਹੰਕਾਰੀ ਦਾ ਕਬਜ਼ਾ ਚਾਹੀਦਾ, ਜਾਂ ਗੁਰਬਾਣੀ ਚੋਂ ਕੱਢੋ ਹੋਵੇ ਨਾਵੇਂ ਨਾਲ ਵਿਰੋਧ ਹੈ, ਇਹ ਗੱਲ ਕੱਢੋ। ਨਾਮ ਕੀ ਹੈ ਨਾਮ ਕੀ ਨਹੀਂ ਹੈ ਉਹ ਛੱਡੋ, ਹੋਵੇ ਦਾ ਉਹਦੇ ਨਾਲ ਵਿਰੋਧ ਹੈ। ਗੁਰੂ ਨਾਨਕ ਦੇ ਘਰ ਨਾਮ ਹੈ, ਕੇਵਲ ਨਾਮ ਹੈ, ਨਾਨਕ ਦੇ ਘਰ ਕੇਵਲ ਨਾਮ ਹੈ, ਤੁਸੀਂ ਹੰਕਾਰ ਦੇ ਪ੍ਰਧਾਨ ਹੋ, ਤੁਹਾਡਾ ਇਹਦੇ ਨਾਲ ਵਿਰੋਧ ਹੈ, ਸਾਬਤ ਕਰਦਾ ਮੈਂ। ਚਲੋ ਜਿੱਥੇ ਕਹੋ ਉੱਥੇ ਕਰਦਾ, ਤੁਸੀਂ ਕਰੋ ਸਾਬਤ। ਦੱਸੋ ਅਦਾਲਤ ਕੀ ਫੈਸਲਾ ਦਊਗੀ, ਭੱਜੇ ਕਿੱਧਰ ਨੂੰ ਭੱਜਦੀ ਹੈ ਅਦਾਲਤ, ਭੱਜੇ ਉਹ ਕਹੇ ਤੁਹਾਨੂੰ ਅਸੀਂ ਨਹੀਂ ਮੰਨਦੇ, ਗ੍ਰੰਥਾਂ 'ਚ ਲਿਖਿਆ ਸਾਡੇ ਧਰਮਾਂ ਦੇ ਫੈਸਲੇ ਧਰਮ ਗ੍ਰੰਥਾਂ 'ਤੇ ਆਧਾਰਿਤ ਹੋਣਗੇ, ਸਾਡੇ ਨਿਯਮ ਨੇ, ਕੋਰਟ ਦਾ ਨਿਯਮ, ਕੋਰਟ ਦੇ ਵੀ ਤਾਂ ਸਾਡੇ ਵਰਗੇ ਹੀ ਨਿਯਮ ਨੇ, ਉਹਨਾਂ ਦਾ ਕੋਈ ਫਰਕ ਨਹੀਂ ਹੈ। ਕੋਰਟ ਦਾ ਇਹ ਧਰਮ ਸੱਚ ਧਰਮ ਦਾ ਅੱਜ ਸਾਡੇ ਸੰਵਿਧਾਨ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ, ਇੱਕੋ ਹੀ ਗੱਲ ਹੈ ਜਿਹੜੀ ਮੈਂ ਗੱਲ ਕਹਿ ਰਿਹਾ। ਉਹ ਇੱਕ ਦੁਸ਼ਮਣ ਹੈ, ਉਹਦਾ ਵਿਰੋਧੀ ਹੈ, ਉਹਦੀ ਜਾਇਦਾਦ ਦਾ ਮਾਲਕ ਕਿਵੇਂ ਹੈ? ਪਾਕਿਸਤਾਨ ਸਾਡੇ ਹਿੰਦੁਸਤਾਨ ਦਾ ਮਾਲਕ ਕਿਵੇਂ ਹੈ? ਕਿਸੇ ਟੁਕੜੇ ਦਾ ਕੀ ਮੰਨ ਲਓਗੇ ਤੁਸੀਂ? ਪਾਕਿਸਤਾਨ ਸਾਡੇ ਹਿੱਸੇ ਦਾ ਕਿਵੇਂ ਦਾਅਵਾ ਕਰ ਸਕਦਾ ਸਾਡੀ ਜਾਇਦਾਦ ਦਾ? ਸਾਡੇ ਵਿਰੋਧ ਚ ਇਹ ਹੰਕਾਰ, ਅਸੀਂ ਕਹਿੰਦੇ ਮੂਲ ਉਪਾਲਣ, ਇਹਨਾਂ ਨੇ ਉਹ ਸੰਸਥਾਵਾਂ ਨੂੰ ਹੰਕਾਰੀ ਬਣਾ ਕੇ ਮੂਲ ਉਪਾਲਣ ਵਾਲੀ ਰਾਹ ਤੇ ਭਟਕਾ ਦਿੱਤਾ। ਸਾਈ ਤਾਂ ਇਹ ਸੱਚ ਹੈ, ਪੰਡਿਤਾਂ ਦੇ ਖਿਲਾਫ ਜਿੰਨੇ ਵੀ ਹੋਏ ਨੇ ਸਾਰੇ ਬਾਹਮਣ ਬਾੜ ਤੇ, ਉੱਥੇ ਪੰਡਿਤ ਪ੍ਰਚਾਰ ਹੋ ਰਿਹਾ ਕਰਤਾ ਸੱਚ ਦੀ, ਹੋਰ ਕੀ ਆ? ਪੜਦਾ ਫਾਸ਼ ਹੋ ਚੁੱਕਿਆ, ਜਾਂ ਪ੍ਰਚਾਰ ਸਹੀ ਕਰੋ ਨਹੀਂ ਛੱਡ ਕੇ ਪਾਸੇ ਹੋ, ਪ੍ਰਚਾਰ ਅਸੀਂ ਆਪੇ ਕਰ ਲਾਂਗੇ ਸਾਰੀ ਵਰਲਡ 'ਚ, ਕੋ ਧਰਮ ਹੈ। ਬਾਕੀ ਤਾਂ ਅਨੁਵਾਦ ਹੀ ਕਰਨਾ, ਗ੍ਰੰਥ ਸਾਰੇ ਇੱਕ ਮੰਤ ਨੇ, ਇੱਕੋ ਗੱਲ ਕਹਿੰਦੇ ਨੇ, ਗ੍ਰੰਥਾਂ 'ਚ ਕੋਈ ਫਰਕ ਨਹੀਂ ਹੈ, ਲਿਖਤਾਂ 'ਚ ਕੋਈ ਫਰਕ ਨਹੀਂ, ਫਰਕ ਤੁਹਾਡੇ ਪਾਏ ਹੋਏ ਨੇ, ਫਰਕ ਪੰਡਿਤ ਮੁੱਲਾਂ ਨੇ ਪਾਏ ਹੋਏ ਨੇ।
ਆਇਓ ਗੱਲ ਕਰ ਲਓ ਸਾਡੇ ਨਾਲ, ਜਿਹੜੀ ਪੰਡਿਤ ਮੁੰਡਾ ਨੂੰ ਅਕਲ ਹੈ ਸਾਨੂੰ ਪਤਾ ਕਿੰਨੀ ਕੁ। ਉਹਨਾਂ ਦੀਆਂ ਦਾਲ ਪੌੜੀਆਂ ਤੇ ਬਹਿ ਜਾਂਦੀ ਹੈ, ਲੰਗਰ ਇੰਨਾ ਕਿ ਹੁੰਦਾ, ਕਹਿੰਦਾ ਇਹ ਦਾਲ ਤੇ ਜਿਹੜੀ ਪੌੜੀਆਂ ਤੇ ਬਹਿ ਗਈ, ਇੰਨੀ ਕਿਹਾ ਉਹਨਾਂ ਕੋਲ ਦਾਲ, ਲੰਗਰ ਏਡਾ ਕਿਹਾ ਹੁੰਦਾ, ਇੱਥੇ ਲੰਗਰ ਉੱਠ ਵਰਤਦਾ ਰੋਜ਼, ਦੋ ਦਿਨ ਬੋਲ ਕੇ ਦਿਖਾਉਣ, ਘੰਟਾ ਬੋਲ ਕੇ ਦਿਖਾਉਣ, ਧਰਮ ਤੇ ਬੋਲ ਕੇ ਦਿਖਾਉਣ, ਧਰਮ ਕੀ ਹੁੰਦਾ ਸਮਝਾ ਕੇ ਦਿਖਾਉਣ ਕੀ ਹੈ, ਜਿਹੜਾ ਮਰਜ਼ੀ ਦਿਖਾਵੇ ਅਸੀਂ ਚੁੱਪ ਕਰ ਜਾਵਾਂਗੇ, ਸਾਰੇ ਆਈ ਜਾਣ, ਮੀਨਾ ਮੀਨਾ ਦੋ ਦੋ ਮਹੀਨੇ ਲਾਈ ਜਾਣ, ਜਾਂ ਥੱਕ ਜਾਣਗੇ ਫਿਰ ਅਸੀਂ ਬੋਲ ਪਾਵਾਂਗੇ, ਜੇ ਸਰ ਗਿਆ ਬਿਨਾਂ ਬੋਲੇ ਤਾਂ ਫਿਰ ਵੀ ਠੀਕ ਆ, ਉਹ ਵੀ ਸਾਡੇ ਵਰਗਾ ਹੀ, ਉਹ ਕਿਹੜਾ ਕੰਮ ਕਿਤੇ ਵੱਖਰਾ ਹੋਊਗਾ ਸਾਤੇ। ਉਹ ਸਮਾਂ ਕਿਤੇ 11 ਹੋ ਗਏ ਬੋਲਣ ਵਾਲੇ, ਤਾਂ ਚੰਗਾ ਹੀ ਆ, ਮਾੜੀ ਗੱਲ ਹੈ। ਹਾਂਜੀ, ਪ੍ਰਭ ਕਾ ਸਿਮਰਨ ਤੇ ਕੀ ਮਿਲਦਾ ਹੈ? ਉਹ ਭਲਾ ਹੋ ਜਾਂਦਾ ਹੈ ਜਿਹਦੇ ਬਾਅਦ ਭਲੇ ਦੀ, ਉਹ ਭਲਾ ਅਸੀਂ ਕਰਨਾ ਹੁਣ ਸਿਮਰਨ ਕਰਕੇ, ਅਸੀਂ ਆਪਣਾ ਕਰ ਲਿਆ, ਹੁਣ ਹੋਰ ਵੀ ਤਾਂ ਕਰਨਾ, ਆਹ ਕਰਨਾ ਅਸੀਂ, ਇਹ ਭਲਾ ਔਰ ਉਹ ਕਰਦੇ ਰਹੇ ਨੇ ਭਲਾ, ਆਪ ਵਾਰਸ ਅਸੀਂ ਹਾਂ ਗੁਰਦੁਆਰੇ ਦੇ, ਭਲਾ ਅਸੀਂ ਆਪਣਾ ਹੀ ਚਾਹੁੰਦੇ ਹਾਂ, ਕਿਸੇ ਦਾ ਚਾਹੁੰਦੇ ਹੀ ਨਹੀਂ, ਕਿਉਂ ਬਈ? ਗੁਰੂ ਇਹ ਜਾਂਦਾ ਪੈਸਾ, ਸਰਬੱਤ ਦਾ ਭਲਾ ਕਰਨ ਵਾਲੇ ਉਹਦੇ ਪੈਸੇ ਨੂੰ ਸਰਬੱਤ ਦੇ ਭਲੇ ਲਈ ਕਿਉਂ ਨਹੀਂ ਇਸਤੇਮਾਲ ਕੀਤਾ ਗਿਆ? ਜਿਹਨਾਂ ਮਿਸ਼ਨ ਭਲਿਆਂ ਦਾ ਸਰਬੱਤ ਦਾ ਭਲਾ ਹੈ, ਉਹਨਾਂ ਦੇ ਖਜ਼ਾਨੇ ਨੂੰ ਸਰਬੱਤ ਦੇ ਭਲੇ ਲਈ ਇਸਤੇਮਾਲ ਨਾ ਕਰਨਾ ਗੱਦਾਰੀ ਸੀ ਉਹਨਾਂ ਨਾਲ, ਉਹਨਾਂ ਉਸ ਮਿਸ਼ਨ ਨਾਲ ਧੋਖਾ ਸੀ, ਫਰੌਡ ਹੈ ਉਹ, ਉਸ ਪੈਸੇ ਨੂੰ ਕਿਤੇ ਹੋਰ ਖਰਚ ਕੀਤਾ ਗਿਆ। ਦਰਗਾਹ ਵਿੱਚ ਇੱਥੇ ਉੱਥੇ ਦੇਣਦਾਰ ਨੇ ਉਹ ਲੋਕ, ਇੱਥੇ ਵੀ ਉੱਥੇ ਵੀ, ਇੱਥੇ ਵੀ ਦੇਣਦਾਰ ਨੇ, ਕੋਈ ਜ਼ਰੂਰ ਨਹੀਂ ਅੱਜ ਹੈ, 50 ਸਾਲ ਬਾਅਦ ਵੀ ਕੋਈ ਪਿੱਛੋਂ ਕੇਸ ਚਲਾ ਸਕਦੇ ਨੇ ਲੋਕ ਇਹਨਾਂ ਦੇ ਬੱਚਿਆਂ ਤੇ, ਜਾਇਦਾਦ ਤੇ ਜ਼ਬਤ ਹੋ ਜੂਗੀ, ਹੈ ਕਿਉਂ ਬਣਾਈ ਇਹਨਾਂ ਨੇ? ਜਿਹਨੂੰ ਮਰਜ਼ੀ ਪੁਰਾਣਾ ਕੇਸ ਕੱਢ ਲਓ ਤੁਸੀਂ, ਜਾਇਜ਼ ਹੋਵੇ ਤੁਹਾਡਾ ਕੇਸ, ਫਿਰ ਉਦੋਂ ਤਾਂ ਅਦਾਲਤਾਂ ਹੀ ਸੱਚ ਵਾਲੀਆਂ ਹੋਣਗੀਆਂ, ਇਹੋ ਜਿਹੀਆਂ ਤਾਂ ਪੁੱਛਦਾ ਹੀ ਨਹੀਂ ਕੋਈ, ਇੱਕ ਦਿਨ ਚ ਫੈਸਲਾ ਕਰਕੇ ਆਪ ਹੀ ਛੱਡ ਜਾਣਾ ਲੋਕਾਂ ਨੇ, ਫਿਰ ਤਾਂ ਬੇਈਮਾਨੀ ਦਾ ਹੀ ਸਭ ਕੁਛ ਕੀਤਾ ਹੋਇਆ, ਅੰਦਰ ਬੇਈਮਾਨੀ ਬੜੀ ਹੈ ਸਭ ਦੇ, ਸਾਰੇ ਹੀ ਸੁਖੀ ਹੋ ਜਾਣ ਮਿੰਟਾਂ ਚ, ਬੇਈਮਾਨੀ ਹੰਕਾਰ ਹੈ ਬਸ, ਹੰਕਾਰ ਦੀ ਵਜ੍ਹਾ ਨਾਲ ਚਿੰਤਾ ਸਭ ਨੂੰ, ਪਰੇਸ਼ਾਨ ਸਾਰੇ ਹੀ ਨੇ, ਕਿਉਂਕਿ ਅਕਲ ਆਪਣੀ ਤੋਂ ਕੰਮ ਲੈਂਦੇ ਨੇ ਨਾ, ਸੁਫਲ ਫਲਾ ਇਹ ਸਿਮਰ ਨਾਲ ਫਲ ਲੱਗਦਾ।
ਆਹੀ ਫਲ ਲੱਗਦਾ ਜਿਹੜਾ ਵਰਤ ਰਿਹਾ ਲੰਗਰ, ਇਹ ਫਲ ਹੈ, ਇਹ ਫਲ ਲੱਗਣਾ, ਹੋਰ ਫਲ ਕੀ ਲੱਗੂਗਾ? ਗਿਆਨ ਫਲ ਲੱਗਦਾ ਹੁੰਦਾ, ਮੁੱਖ ਬੋਲਿਆ ਜੋ ਜਾਂਦਾ ਉਹ ਗਿਆਨ ਹੀ ਹੁੰਦਾ। ਕਿਹਨੂੰ ਲੱਗਦਾ, ਕੀ ਨਿਸ਼ਾਨੀ ਹੈ ਸੰਤੋਖ ਰੁੱਖ ਨੂੰ, ਫਲ ਕਿਹਨੂੰ ਲੱਗਦਾ, ਕਿਵੇਂ ਪਤਾ ਲੱਗੇ ਸੰਤੋਖ ਰੁੱਖ ਹੈ? ਧਰਮ ਫੁੱਲ ਫਲ ਗਿਆਨ ਹੈ, ਗਿਆਨ ਤਾਂ ਫਿਰ ਪ੍ਰਗਟ ਰੂਪ ਚ ਹੋਊਗਾ, ਫਲ ਜਿਹੜਾ ਖਾਊ ਉਹੀ ਦੱਸੂਗਾ। ਇੱਕ ਤਾਂ ਨਿਸ਼ਾਨੀ ਹੈ, ਫਲ ਕਾਰਨ ਫੁੱਲ ਹੀ ਬਣਦਾ ਹੈ, ਸਭ ਨੂੰ ਬਨਸਪਤੀ ਨੂੰ ਫੁੱਲ, ਇਸ ਕਰਕੇ ਆਉਂਦੇ ਨੇ ਕਿ ਫਲ ਪ੍ਰਾਪਤ ਹੋਵੇ। ਸਾਰੇ ਹੀ ਧਰਮ ਧਾਰਨ ਤਾਂ ਕਰਦੇ ਨੇ ਵੀ ਸਾਨੂੰ ਗਿਆਨ ਫਲ ਮਿਲੇ, ਫਲ ਲੱਗੇ। ਪਰ ਫਲ ਲੱਗਾ ਤਬ ਜਬ ਫੂਲ ਬੁਲਾਏ, ਜਬ ਨਹੀਂ ਇੱਥੇ ਲਿਖਿਆ ਹੋਇਆ, ਲੇਕਿਨ ਸ਼ਰਤ ਇਹੀ ਹੈ, ਫਲ ਜਦ ਪੈਂਦਾ ਜਾਂ ਫੁੱਲ ਝੜ ਜਾਂਦਾ। ਫੁੱਲ ਝੜੇ ਤੇ ਫਲ ਸ਼ੁਰੂ ਹੁੰਦਾ, ਬੜ ਲੋ। ਹੁਣ ਜਿੰਨਾ ਚਿਰ ਸ਼ਰਧਾਵਾਨ ਹੈ ਕੋਈ ਆਦਮੀ ਧਰਮ ਦਾ, ਉਹ ਫੁੱਲੇ ਫੁੱਲ ਲੱਗੇ ਨੇ, ਫਲ ਨਹੀਂ ਲੱਗਦਾ ਉਹਨੂੰ। ਜਦ ਉਹ ਕੜਿਆ ਕਲਮ ਕਾਂਡ ਜਿਹੜੀ ਹੈ ਸ਼ਰਧਾ ਹੀ ਹੈ, ਜਿਹੜਾ ਸ਼ਰਧਾਵਾਨ ਧਰਮਾਂ ਚ ਕਲਮ ਕਾਂਡ ਬਹੁਤ ਹੁੰਦਾ। ਜਦੋਂ ਕਰਮਾ ਕਾਂਡ ਅਮਾੜਾ ਮੂੜਾ ਫਿਰ ਨਹੀਂ, ਕਰਮ ਕਾਂਡ ਜਾ ਜਾਂਦਾ, ਸਭ ਕੁਛ ਪੂਜਾ ਪਾਠ ਕਰਨਾ ਸਭ ਕਰਮ ਕਾਂਡ ਹੈ। ਜਦੋਂ ਗਿਆਨ ਦਾ ਫਲ ਲੱਗਣਾ, ਫਲ ਲੱਗੇ ਤਬ ਫੂਲ ਬਣਾ, ਫਿਰ ਸ਼ਰਧਾਵਾਨ ਨਹੀਂ ਰਹਿੰਦਾ। ਪਹਿਲੀ ਗੱਲ ਇਹ ਹੈ, ਲੋਕਾਂ ਰੀਤ ਨੂੰ ਨਹੀਂ ਮੰਨਦਾ, ਉਹ ਨਹੀਂ ਤੀਰਥ ਨੂੰ ਮੰਨ ਸਕਦਾ, ਜਿਹੜੀ ਭੀੜ ਇਕੱਠੀ ਹੁੰਦੀ ਹੈ ਤੀਰਥ ਬਾਹਰ। ਉਹ ਕਹਿੰਦੇ ਤੀਰਥ ਨਾਵਣ ਜਾਈਏ, ਤੀਰਥ ਨਾਮ ਹੈ, ਸ਼ਰਧਾਵਾਨ ਹੈ ਹੀ ਨਹੀਂ, ਬਾਹਰ ਤੀਰਥ ਹੁੰਦਾ ਹੀ ਨਹੀਂ, ਸ਼ਰਧਾਵਾਨਾਂ ਦੇ ਤੀਰਥ ਨੇ ਬਾਹਰ। ਤਾਂ ਇਹ ਸ਼ਰਧਾਵਾਨਾਂ ਦਾ ਜਿਹੜਾ ਧਰਮ ਹੈ ਬਾਹਰ ਹੁੰਦਾ, ਸੰਸਾਰ ਚ ਹੁੰਦਾ, ਸ਼ਰਧਾ ਹੀ ਦੇਖ, ਸ਼ਰਧਾ ਹੀ ਅੱਖਾਂ ਨਾਲ ਦੇਖੇ ਤੇ ਉਪਜਦੀ ਹੈ, ਫਿਰ ਦੇਖੇ ਉਪਜੇ ਨਹੀਂ ਆਸਾ। ਸ਼ਰਧਾ ਪੈਦਾ ਹੀ ਨਹੀਂ ਹੁੰਦੀ ਤੁਹਾਡੇ ਜੀ, ਜੇ ਕੋਈ ਤੁਸੀਂ ਦ੍ਰਿਸ਼ਟਵਾਨ ਹੈ ਜੀ, ਉਹਦੇ ਵਾਸਤੇ ਸ਼ਰਧਾ ਨਹੀਂ ਹੁੰਦੀ, ਉਹਦੇ ਵਾਸਤੇ ਉਹਦੇ ਤੇ ਭਰੋਸਾ ਹੀ ਕੀਤਾ ਜਾ ਸਕਦਾ ਹੈ। ਜੋ ਚੀਜ਼ ਦ੍ਰਿਸ਼ਟਵਾਨ ਨਹੀਂ, ਸ਼ਰਧਾ ਤਾਂ ਇੱਕ ਲੋਭ ਦੇ ਕਾਰਨ ਆਪਾਂ ਕਰਦੇ ਹਾਂ, ਜਾਂ ਚੀਜ਼ ਪ੍ਰਾਪਤੀ ਹੋਊਗੀ ਆਪਾਂ। ਸ਼ਰਧਾਵਾਨ ਜਾ ਕੇ ਮੰਗਾਂ ਹੀ ਮੰਗਦੇ ਨੇ ਦੇਵੀ ਦੇਵਤਿਆਂ ਤੋਂ, ਤਾਂ ਮਾਇਆ ਦੇ ਵਿੱਚ ਹੀ ਆ ਸਾਰੀ ਗੱਲ, ਸ਼ਰਧਾ ਦੀ ਤਾਂ ਭਗਤੀ। ਉਹਦੇ ਫੁੱਲ ਹੁੰਦੇ ਨੇ, ਫੁੱਲ ਛੇਤੀ ਉਹ ਰੰਗ ਲੈ ਵੀ ਜਾਂਦਾ, ਸ਼ਰਧਾ ਟੁੱਟ ਵੀ ਜਾਂਦੀ ਹੈ। ਉਹ ਸ਼ਰਧਾਵਾਨ ਹੀ ਹੈ, 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ, ਸ਼ਰਧਾਵਾਨ ਹੈ। 10 ਚੀਜ਼ਾਂ ਮੰਗਾਂ ਪੂਰੀਆਂ ਹੋ, ਇੱਕ ਨਾ ਪੂਰੀ ਹੋ ਜਦ ਸ਼ਰਧਾ ਟੁੱਟ ਗਈ, ਇੱਕ ਨਹੀਂ ਪੂਰੀ ਹੋਈ ਜੇ ਉਹਦੀ ਅਰਦਾਸ, ਸ਼ਰਧਾ ਟੁੱਟ ਗਈ, ਸ਼ੰਕਾ ਪੈਦਾ ਹੋ ਗਈ ਵੀ ਦੇ ਨਹੀਂ ਸਕਦਾ।
ਇੱਥੇ ਤੱਕ ਦੇ ਸਕਦਾ ਸੀ, ਅੱਗੇ ਨਹੀਂ ਇਹਦੀ ਤਾਕਤ ਹੈ, ਸ਼ੰਕਾ ਪੈਦਾ ਹੋ ਗਈ। ਸ਼ਰਧਾ ਦੀ ਭਗਤੀ ਇੱਥੇ ਤੱਕ ਹੀ ਹੈ, ਭਰੋਸੇ ਵਾਲੀ ਨਹੀਂ। ਭਰੋਸੇ ਵਾਲਾ ਤਾਂ ਮੰਗਦਾ ਨਹੀਂ, ਭਰੋਸੇ ਵਾਲਾ ਮੰਗਦਾ ਨਹੀਂ ਕੁਛ, ਕਹਿੰਦਾ ਵੀ ਯਾਰ ਦੇਣਾ ਤਾਂ ਫਾਇਦਾ ਹੀ ਇਹਦਾ ਆਪ ਹੈ, ਮੈਂ ਮੰਗਾ ਕਾਹਨੂੰ, ਬੋਲੇ ਸਭ ਕੁਝ ਜਾਣਦਾ, ਜਦ ਤੇ ਅਰਦਾਸ ਕਰਦੀ ਕੀ ਲੋੜ ਹੈ। ਭਰੋਸਾ ਕਰਦਾ ਇਸ ਗੱਲ ਤੇ ਕਿ ਬਿਨ ਬੋਲੇ ਸਭ ਕੁਝ ਜਾਣਦਾ, ਜੇ ਅਸੀਂ ਬਿਨ ਬੋਲੇ ਸਭ ਕੁਝ ਜਾਣਦਾ ਸੀ, ਭਰੋਸਾ ਕਰਦੇ ਹੋਈਏ ਬਾਣੀ ਤੇ, ਸਾਨੂੰ ਅਰਦਾਸ ਦੀ ਲੋੜ ਨਹੀਂ ਫਿਰ ਕਰਦੇ ਕਿਸੇ ਦੀ ਵੀ। ਬਾਣੀ ਤੇ ਭਰੋਸਾ ਜਦ ਨਹੀਂ ਹੈ ਸਾਨੂੰ, ਤਾਂ ਅਰਦਾਸਾਂ ਅਸੀਂ ਕਰਦੇ ਹਾਂ, ਤੇ ਭਰੋਸਾ ਅਰਦਾਸ ਦੀ ਲੋੜ ਹੈ ਨਹੀਂ। ਅਰਦਾਸ ਤਾਂ ਸਾਡੇ ਮਨ ਦੀ ਇੱਛਾ ਹੈ ਬਈ, ਅਸੀਂ ਸ਼ਰਧਾਵਾਨ ਕਰਦਾ ਅਰਦਾਸ ਤਾਂ, ਯਾਨੀ ਉੱਥੇ ਵੀ ਉਹ ਵਪਾਰ ਸੌਦਾ ਕਰਦਾ, ਮੈਂ ਸ਼ਰਧਾ ਕਰਦਾ ਤੈਨੂੰ ਮੰਨਦਾ, ਜਾਂ ਤਾਂ ਮੈਂ ਕੁਛ ਦੇ ਵੀ, ਮੈਂ ਕੁਛ ਦੇ ਵੀ ਨਹੀਂ ਸਕਦਾ ਤਾਂ ਵੀ ਮੈਂ ਬਸ ਮੰਨਦਾ, ਤੁਹਾਨੂੰ ਮੇਰਾ ਕੰਮ ਕਰ ਦੋ, ਮੈਂ ਤਰਲਾ ਕਰਕੇ ਕੰਮ ਕਰਾ ਲਿਆ। ਸ਼ਰਧਾਵਾਨ ਕਦੇ ਧਰਮ ਨਾਲ ਖੜੇ ਨਹੀਂ ਹੈ, ਉਹ ਨਹੀਂ ਖੜੇ ਸਿਰ ਦੇਣ ਨੂੰ ਕਦੇ ਵੀ, ਸ਼ਰਧਾਵਾਨ ਭਰੋਸੇ ਵਾਲੇ ਖੜਦੇ ਸਿਰ ਦੇਣ ਨੂੰ, ਸ਼ਰਧਾ ਕੱਚੀ ਹੈ। ਸ਼ਰਧਾ ਵਾਲੇ ਜਿਹੜੇ ਨੇ ਪੱਕੇ ਨਹੀਂ ਹੁੰਦੇ, ਉਹਦੇ ਬਾਅਦ ਤਾਂ ਜੋ ਭਾਈ ਫਲ ਹੈ, ਫੁੱਲ ਤੇ ਬਾਅਦ ਫਲ ਹੈ, ਫਲ ਤੇ ਬਾਅਦ ਫਿਰ ਬੀਜ ਬੀਜਣਾ, ਫਿਰ ਉਹ ਜੋ ਉੱਗਣਾ ਫਿਰ ਉਹਨੂੰ ਫਲ ਲੱਗਣਾ। ਗਿਆਨ ਫਲ ਹੈ, ਹੁਣ ਗਿਆਨ ਫਲ ਹੈ, ਗਿਆਨ ਫਲ ਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ, ਉਹ ਇਹਦਾ ਫਲ ਹੈ, ਉਹਦਾ ਭੋਜਨ ਹੈ, ਦੂਏ ਦਾ ਭੋਜਨ ਹੈ। ਕਹਿੰਦਾ ਬਿਰਛ ਦਾ ਫਲ ਹੈ, ਜਿਹੜਾ ਬਿਰਛ ਹੈ ਉਹਦਾ ਫਲ ਹੈ, ਫਲ ਉਹ ਦਿੰਦਾ ਹੁੰਦਾ, ਆਪ ਨਹੀਂ ਖਾਂਦਾ ਹੁੰਦਾ, ਉਹਦੇ ਫਲ ਨੂੰ ਕੋਈ ਖਾਂਦਾ ਹੁੰਦਾ। ਬਿਰਛ ਸੰਤੋਖ ਹੈ, ਸੰਤੋਖ ਫਲ, ਨਾ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਉਹ ਖਾਣ ਵਾਲੇ ਹੋਰ ਹੁੰਦੇ ਨੇ, ਜਿਹੜੇ ਜਨਮ ਨੇ ਬਿਰਛਾ ਕੇਲ ਕਰੰਤ, ਪੰਛੀ ਕੇਲ ਕਰੰਤ, ਗੈਰ ਫਲ ਬਹੁਤ ਸੰਘਣੇ ਫਲ ਲੱਗਦੇ ਨੇ, ਉਹ ਇਸੇ ਬਿਰਛ ਦੀ ਗੱਲ ਹੈ ਗਿਆਨ ਦੇ ਦੀ। ਬਾਰਾਂ ਮਾਸ ਫਲ, 12 ਮਹੀਨੇ ਹੀ ਉਹ ਗੱਲ ਕਰੀ, ਉਹ ਹੀ ਫਲ ਹੈ, ਜੋ ਇੱਕੋ ਫਲ ਹੈ, ਇਹ ਤਾਂ ਨੀ ਵੀ ਫਲਾਣੇ ਮਹੀਨੇ ਅੱਜ ਮੰਤਰ ਪੜ੍ਹੋ ਆਹ ਫਲ, ਉਹਨਾਂ ਦੇ ਡੋਟ ਲਿਖੇ ਹੋਏ ਨੇ, ਫਲਾਣੇ ਮਹੀਨੇ ਆਹ ਪੜ੍ਹੋ, ਫਲਾਣੇ ਮਹੀਨੇ ਉਹ ਪੜ੍ਹੋ। ਦੇਖੋ ਦੇਵੀ ਦੇ ਜਾਂਦੇ ਨੇ, ਅੱਠੇ ਨੂੰ ਜਾਣਾ ਚਾਹੀਦਾ, ਉਹ ਜਾਣਾ ਚਾਹੀਦਾ, ਉਹਨਾਂ ਦੇ ਟਾਈਮ ਬਣਾਏ ਹੋਏ ਨੇ, ਇੱਥੇ ਨੀ ਕੋਈ ਟਾਈਮ ਹੈਗਾ। ਸ਼ਰਧਾ ਦੀ ਜਿਹੜੀ ਹੈ ਨਾ, ਉਹ ਤਾਂ ਬਿਲਕੁਲ ਕੱਚੀ ਹੁੰਦੀ ਹੈ। ਸ਼ਰਧਾ ਅੰਨੀ ਗਿਆਨ ਬਿਨ, ਅੰਨੀ ਸ਼ਰਧਾ ਕਹਿੰਦੇ ਨੀ,
ਅਗਿਆਨੀ ਆਦਮੀ ਸ਼ਰਧਾ ਦੀ ਭਗਤੀ ਕਰਦੇ ਨੇ ਔਰ ਉਹ ਲੋਭੀ ਹੁੰਦੇ ਨੇ। ਲੋਭੀਆਂ ਦੀ ਭਗਤੀ ਸ਼ਰਧਾ ਦੀ ਭਗਤੀ ਹੈ। ਜਦੋਂ ਲੋਭ ਤੋਂ ਗਾਂ ਤਿਆਗ ਦਿੰਦਾ ਫਿਰ ਭਰੋਸੇ ਵਾਲੀ ਭਗਤੀ ਸ਼ੁਰੂ ਹੁੰਦੀ ਹੈ। ਇਹਦਾ ਮਤਲਬ ਹੈ ਜਦ ਕਹਿਣ ਤੇ ਸ਼ਰਧਾਵਾਨ ਸਿੱਖ ਚਾਹੀਦੇ ਨੇ, ਸਿੱਖ ਲੋਭੀ ਵੀ ਚਾਹੀਦੇ ਨੇ। ਸਾਤੋਂ ਅੱਗੇ ਅਰਦਾਸ ਕਰਾਉਣ ਮੰਗਣ ਤੇ ਸਾਨੂੰ ਵੀ ਆਮਦਨ ਹੋਵੇ, 20-50 ਹਜ਼ਾਰ ਰੁਪਇਆ ਦੇਣ, ਅਖੰਡ ਪਾਠ ਕਰਾਉਣ ਅਕਾਲ ਤਖ਼ਤ ਤੇ, ਚਾਹੇ 20 ਸਾਲ ਨੂੰ ਨੰਬਰ ਆਵੇ, ਪੈਸੇ ਸਾਨੂੰ ਹੁਣ ਦੇ ਦੇਣ। ਇਹਨਾਂ ਨੂੰ ਪੁੱਛਿਆ ਜਿਹੜੇ ਇੰਨੇ ਪੈਸੇ ਲੈ ਕੇ ਰੱਖ ਲਏ, ਤੁਹਾਡੇ ਖਜ਼ਾਨੇ 'ਚ ਪਏ ਨੇ, ਪੈਣਾ ਜਮਾਂ ਖਰਚ ਲਏ ਤੁਸੀਂ, ਸਾਰੇ ਖਰਚ ਲਏ ਹੋਣੇ ਨੇ, ਜੋ ਅੱਜ ਮੰਗ ਲੈਣ ਸਾਨੂੰ ਦੋ ਵਾਪਸ ਫੇਰ ਕਰਨਗੇ। ਇਹਨਾਂ ਨੇ ਕਿਉਂ ਨਾ ਰੱਖੇ ਹੋ ਜਮਾਂ ਕਰਕੇ ਪੈਸੇ ਰਿਜ਼ਰਵ, ਜਿਹਦਾ ਅਖੰਡ ਪਾਠ ਕੀਤਾ ਨੀ, ਪੈਸੇ ਰੱਖਣੇ ਚਾਹੀਦੇ ਸੀ ਜਮਾਂ ਇਹਨਾਂ ਨੂੰ ਬੈਂਕ 'ਚ। ਆਪਣਾ ਤਾਂ ਉਹਦੇ ਸਿਕਿਉਰਿਟੀ ਲੈ ਲੈਂਦੇ, ਚੈੱਕ ਲੈ ਕੇ ਰੱਖ ਲੈਂਦੇ ਬਸ। ਨਾਲੇ ਜਿਹਨੇ ਆਪ ਕਰਾਇਆ ਸੁੱਖਿਆ ਅਖੰਡ ਪਾਠ, ਚਲ ਜੇ ਪੈਸੇ ਵੀ ਜਮਾਂ ਉਹਨੇ ਕਰਾ ਦਿੱਤੇ, ਤੁਸੀਂ ਵਰਤੇ ਕਿਉਂ ਉਹ ਪੈਸੇ? ਵਰਤਣ ਜੇ ਨਾ ਵਰਤੇ ਹੁਣ ਚੰਗੀ ਗੱਲ ਹੈ, ਪਰ ਪੈਸੇ ਮੰਗ ਲੈਣੇ ਨੇ ਕਿਸੇ ਦਿਨ ਇਹਨਾਂ ਨੇ। ਹੁਣ ਬਾਬੇ ਦੋ ਅਸੀਂ ਨੀ ਕਰਾਉਣੇ ਫੜ ਫੜ, ਸਾਨੂੰ ਹੁਣ ਪਤਾ ਲੱਗ ਗਿਆ, ਫਿਰ ਕੀ ਕਹੋਗੇ? ਚਾਹੀਦਾ ਤਾਂ ਸਣੇ ਪਿਆ ਦੇਣੇ ਨੇ, ਤੁਸੀਂ ਠੱਗੀ ਮਾਰ ਕੇ ਲਏ ਹੋਏ ਨੇ। ਸਭ ਮੈਜ਼ਰਮੈਂਟਾਂ ਨੇ ਪੁੱਠੀਆਂ ਪੈ ਜਾਣੀਆਂ ਹੁਣ ਇਹ ਸਾਰੀਆਂ। ਉਹ ਕੌਣ ਆਦਮੀ ਹੈ ਜਿਹਨੇ ਤੁਹਾਨੂੰ ਦਿੱਤਾ, ਸੁਝਾ ਦਿੱਤਾ? ਉੱਥੇ ਕੀ ਹੋ ਜਾਂਦਾ, ਕੀ ਕਹਿ ਕੇ ਲਏ ਹੋਏ ਨੇ, ਕੀ ਪ੍ਰਚਾਰ ਕੀਤਾ, ਕਿਉਂ ਕੀਤਾ ਝੂਠਾ ਪ੍ਰਚਾਰ? ਇਹ ਧਰਮ ਇਹੋ ਜਿਹੇ ਪਹਿਲਾਂ ਵੀ ਹੋਏ ਨੇ ਜਿਹਨਾਂ ਨੇ ਕੁਛ ਕੀਤਾ। ਉਹ ਵੇਚਣ ਲੱਗ ਗਿਆ ਤਾਂ ਪਾਸ ਉੱਥੇ ਦੇ ਹੈ ਬੰਦੇ, ਤੁਸੀਂ ਉਹ ਵੀ ਵੇਚਣ ਲੱਗ ਜਾਂਦੇ, ਤਿਆਰੀ ਸੀ ਗੱਡੀ ਦਾ, ਟ੍ਰੇਨ ਤਾਂ ਲਾਤੀ ਸੀ ਜੂ ਸਾਹਿਬ, ਔਰ ਉੱਥੇ ਕਿਉਂ, ਉੱਥੇ ਟ੍ਰੇਨ ਭਰ ਕੇ ਜਾਂਦੀ ਆਮਦਨ ਤਾਂ ਹੀ ਹੁੰਦੀ ਸੀ, ਉੱਥੇ ਉਹਨਾਂ ਦੀ ਆਮਦਨ ਵੱਧ ਗਈ। ਤੁਸੀਂ ਗੌਰਮੈਂਟ ਤੋਂ ਲੈ ਲਿਆ ਹੋਊਗਾ ਛੋਟ, ਜੇ ਤੀਰਥ ਜਾਂਦੀਆਂ ਨੇ ਤੀਰਥ ਯਾਤਰਾ ਵਾਸਤੇ ਲੋਕ, ਗੱਲ ਤੁਹਾਡੀ ਆਪਣੀ ਆਮਦਨ ਦੀ ਸੀ, ਉਹ ਤੁਹਾਡੇ ਭੇਜ ਦਿੰਦੇ ਤੇ ਬੱਸਾਂ ਤੁਸੀਂ ਉਹਨਾਂ ਦੇ ਭੇਜ ਦਿੰਦੇ ਤੇ ਫਰਕ। ਦਰਸ਼ਨ ਦੇ ਬਹਾਨੇ ਕੀ ਲੈ ਕੇ ਆਏ ਦਰਸ਼ਨ ਕਰਕੇ ਉੱਥੋਂ, ਉਹ ਦਿਖਾਉਣ ਕੀ ਲੈ ਕੇ ਆਏ? ਕਿਸੇ ਵੀ ਚਲੇ ਜਾਓ, ਆਪਾਂ ਜਗ੍ਹਾ ਤਾਂ ਦੇਖਦੇ ਹੀ ਹਾਂ, ਹੋਰ ਕਿਤੇ ਉੱਥੋਂ ਕੀ ਸਪੈਸ਼ਲੀ ਕੀ ਲੈ ਕੇ ਆਏ? ਜਗ੍ਹਾ ਦੇਖਿਆ, ਦੇਖਣ ਲੋਕ ਜਾਂਦੇ ਹੀ ਨੇ, ਬਾਹਰੋਂ ਟੂਰਿਸਟ ਇੱਥੇ ਆਉਂਦੇ ਹੀ ਨੇ। ਟੂਰਿਜ਼ਮ ਤੇ ਸਵਾ ਉੱਥੇ ਕੀ ਸੀ, ਕੀ ਅਸਰ ਪਿਆ ਉਹਨੂੰ ਤੇ ਸਿੱਖੀ ਦਾ, ਕੀ ਅਸਰ ਉਹਨਾਂ ਲੋਕਾਂ ਤੇ ਆ ਦਸਮ ਪਾਤਸ਼ਾਹ ਦੇ ਪਲੈਨ ਦਾ, ਜਿੱਥੇ ਚਲਾ ਹਜ਼ੂਰ ਸਾਹਿਬ ਹੈ, ਜਿੱਥੇ ਪਟਨਾ ਸਾਹਿਬ ਹੈ।
ਜੋ ਉਹਨਾਂ ਦਾ ਮਿਸ਼ਨ ਸੀ ਉਹਦੇ ਖਾਤਰ ਕੀ ਪ੍ਰੋਗਰਾਮ ਪਟਨਾ ਸਾਹਿਬ ਵਾਲਿਆਂ ਤੋਂ? ਹੱਕ ਤਾਂ ਉਹਨਾਂ ਦਾ ਉੱਥੇ ਸ਼ੁਰੂ ਕਰਨਾ, ਜਾਂ ਹਜ਼ੂਰ ਸਾਹਿਬ ਵਾਲਿਆਂ ਦਾ ਹੱਕ ਹੈ ਉੱਥੇ ਸ਼ੁਰੂ ਕਰਨਾ, ਉਹ ਕਿਉਂ ਨਹੀਂ ਕਰਦੇ? ਕੌਣ ਕਰੂਗਾ? ਜਿਹੜਾ ਵਿਰਾਸਤ 'ਤੇ ਬੈਠਾ ਉਹ ਕਰੂਗਾ ਜਾਂ ਦੂਆ ਕੋਈ ਹੋਰ ਕਰੂਗਾ? ਜਾਂ ਫਿਰ ਜਿਹੜਾ ਕਰੂਗਾ ਉਹਦਾ ਵਿਰਾਸਤ 'ਤੇ ਹੱਕ ਮੰਨੋ? ਜਿਹੜਾ ਕਰੂਗਾ ਉਹੀ ਵਾਰਸ ਹੈ, ਕਰੂਗਾ ਦੂਆ ਕਿਵੇਂ? ਬਾਕੀ ਉੱਥੇ ਸਹਿਯੋਗ ਦੇਣਾ, ਮੱਥਾ ਟੇਕਣਾ, ਕਿਸੇ ਨੇ ਟੇਕਣਾ ਨਾ ਟੇਕਣਾ, ਆਪਣੇ ਖਾਤਰ ਟੇਕਣਾ, ਸਾਡੇ ਖਾਤਰ ਟੇਕਣਾ ਨਾ ਟੇਕਣਾ, ਅਸੀਂ ਤਾਂ ਕਹਿੰਦੇ ਪੈਸੇ ਨਾ ਟੇਕਣ ਨੂੰ ਟੇਕਿਆ, ਹੁਣ ਜਾ ਕੇ ਕੋਈ ਜ਼ਰੂਰੀ ਹੈ ਪੈਸੇ ਚੜਾਉਣੇ ਦੇ? ਉਹਨਾਂ ਦਾ ਮਿਸ਼ਨ ਹੈ ਪੈਸੇ ਚੜਾਉਣ ਦਾ, ਮਤਲਬ ਉਸ ਮਿਸ਼ਨ ਨੂੰ ਤੁਸੀਂ ਪੈਸੇ ਦਿੰਦੇ ਹੋ, ਚੰਗੀ ਗੱਲ ਹੈ, ਸਹਿਯੋਗ ਦਿੰਦੇ ਹੋ, ਚੰਗੀ ਗੱਲ ਹੈ, ਗੁਰੂ ਦਾ ਪ੍ਰੇਮ ਹੈ ਤੁਹਾਡੇ ਨਾਲ, ਤੁਸੀਂ ਪ੍ਰੇਮ ਕਰਦੇ ਹੋ ਗੁਰੂ ਦੇ ਮਿਸ਼ਨ ਨੂੰ, ਇਹ ਗੱਲ ਦੇ ਪੈਸੇ ਨਾ, ਹੋਰ ਪੈਸੇ ਕਾਹਦੇ ਨੇ? ਉਹਨਾਂ ਦਾ ਮਿਸ਼ਨ ਹੈ, ਉਸ ਮਿਸ਼ਨ 'ਤੇ ਪੈਸਾ ਖਰਚ ਹੋਣਾ ਚਾਹੀਦਾ। ਜੋ ਮਿਸ਼ਨ 'ਤੇ ਪੈਸਾ ਨਹੀਂ ਖਰਚ ਹੁੰਦਾ, ਫਿਰ ਕਿਉਂ ਫਿਰ ਲੋਕ ਦਿੰਦੇ ਨੇ ਸੰਗਤ? ਕਿਹੜੀ ਗੱਲ ਦਾ ਲੈਂਦੇ ਨੇ? ਕਿੱਥੇ ਖਰਚ ਕਰਦੇ ਨੇ ਸਾਰੇ ਗੁਰਦੁਆਰਿਆਂ ਵਾਲੇ ਪੈਸਾ? ਸਮਾਂ ਆ ਗਿਆ ਗੱਲ ਕਰਨ ਦਾ। ਜਦ ਤੁਸੀਂ ਉਹ ਮਿਸ਼ਨ ਵਾਸਤੇ ਕੁਛ ਕਰਨਾ ਹੀ ਨਹੀਂ, ਸੰਗਤ ਨੂੰ ਪੈਸਿਆਂ ਨੂੰ ਕਿਹੜੀ ਗੱਲ ਵਾਸਤੇ ਕਹਿੰਦੇ ਹੋ? ਮਿਸ਼ਨ ਆ ਜਾ ਸਾਡੇ ਨਾਲ ਸਿਰੇ ਚੜਾਉਣੇ, ਜਿਹੜਾ ਸਾਡੇ ਵਾਲਾ ਅਸੀਂ ਵੀ ਲਾਵਾਂਗੇ ਸਾਰਾ, ਤੇ ਨਹੀਂ ਤਾਂ ਜੇ ਹੋਰ ਨਹੀਂ ਕੁਛ ਕਰਨਾ, ਪੰਜਾਬ ਗਵਰਨਮੈਂਟ ਦਾ ਕਰਜ਼ਾ ਹੀ ਲਾ ਦਿਓ, ਪੰਜਾਬ ਸਰ ਉੱਥੇ ਦੇ ਦਿਓ ਸਾਰੀ ਜਾਇਦਾਦ, ਸਭ ਕੁਝ ਦੇ ਦਿਆ ਕਰੋ, ਉੱਥੇ ਚੜਾਵਾ ਉਹਨਾਂ ਨੂੰ ਕਹਿ ਦਿਓ, ਸਰਕਾਰ ਸਾਂਭ ਲਵੇ, ਸਰਬੱਤ ਦਾ ਭਲਾ ਆਪੇ ਕਰੀ ਜਾਵੇ, ਸਰਕਾਰ ਸਹਿਯੋਗ ਲੈ ਲੂ ਆਪੇ, ਸੇਵਾਦਾਰਾਂ ਦਾ, ਸੇਵਾ ਕਰਨ ਵਾਲਿਆਂ ਦਾ, ਕੋਈ ਪੈਸਾ ਕਿਤੇ ਨਹੀਂ ਲੈਣ ਦੀ ਲੋੜ, ਸਭ ਸੇਵਾ ਆਪੇ ਕਰੂਗੀ, ਗੁਰੂ ਤਾਂ ਤਨਖਾਹ ਨਹੀਂ ਲਈਦੀ ਹੁੰਦੀ, ਤਨਖਾਹ ਲਈਏ ਤਾਂ ਸਿੱਖੀ ਨਹੀਂ ਮਿਲਦੀ, ਸੇਵਾ ਲਈਦੀ, ਸੇਵਾਦਾਰ ਸੇਵਕ ਗੁਰੂ ਆਪ ਸੇਵਾ ਕਰਕੇ ਗਏ ਨੇ, ਤੁਹਾਡੇ ਤਨਖਾਹ ਲੈ ਕੇ ਆਏ ਨੇ, ਸੇਵਾ ਚ ਸਿੱਖੀ ਆ, ਸਭ ਸੇਵਾ ਚ ਹੀ ਆ, ਸੇਵਾ ਕਰਨ ਵਾਲੇ ਦੀ ਘਾਟ ਨਹੀਂ, ਨਾ ਕਰਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ, ਸੇਵਾ ਨਾ ਕਰਨ ਦੇਣ ਵਾਲੇ ਨੇ ਜਿਹੜੇ ਇਹ ਅਕਾਲੀ, ਫਿਰ ਇਹ ਖਾਣਗੇ ਕੀ ਜੇ ਸੇਵਾ ਕਰਨ ਵਾਲੇ ਆਵੜੇ, ਇਹ ਨੇੜੇ ਆਉਣ ਦਿੰਦੇ ਹੋ ਜਾ ਲੋਕਾਂ ਨੂੰ? ਜਿਹੜੇ ਬੋਲੀ ਪਾਉਣੇ ਨੇ ਉਹ ਤਾਂ ਸਿੱਖ ਧਰਮ ਦੇ ਨੁਕਸਾਨ 'ਚ ਖੜੇ ਨੇ, ਇਹ ਬੋਲੀ ਨਹੀਂ ਠੀਕ ਲੱਗਦੀ ਇਹਨਾਂ ਨੂੰ, ਉਹਨਾਂ ਦੇ ਮਿਸ਼ਨ ਵਾਸਤੇ, ਪ੍ਰਚਾਰ ਵਾਸਤੇ, ਮਿਸ਼ਨ ਦੀ ਪੂਰਤੀ ਵਾਸਤੇ ਇਕਜੁੱਟ ਕਿਉਂ ਨਹੀਂ ਹੋ ਰਹੇ? ਤਾਂ ਵਜ੍ਹਾ ਦੱਸੋ, ਬਿਆਨ ਕਰੋ, ਇਕੱਲਾ ਇਕੱਲਾ ਲੀਡਰ ਜੇ ਨਹੀਂ ਇਕਜੁੱਟ ਹੋ ਰਹੇ, ਸੋਚ ਰਹੇ ਹੈ, ਪਲਾਨ ਬਣਾ ਰਹੇ, ਜਿਹੜਾ ਕਿ ਬਣਿਆ ਹੋਇਆ ਪਿਆ ਹੈ ਤੁਹਾਨੂੰ ਵੀ ਪਤਾ ਹੈ, ਫਿਰ ਕੀ ਕਰ ਰਹੇ ਹੋ? ਸਿੱਖ ਕੌਣ ਦਾ ਕਿਉਂ ਹੱਕ ਹੈ ਤੁਹਾਨੂੰ?
ਸਿੱਖ ਆਈ ਜਾਓ, ਚੱਲ ਕੋਈ ਗੱਲ ਨਹੀਂ, ਸਿੱਖ ਦੀ ਤਾਂ ਕੋਈ ਗੱਲ ਨਹੀਂ, ਸਾਰੇ ਹੀ ਨੇ। ਖਾਲਸੇ ਦੇ ਵੋਟ ਕਿਹੜੀ ਗੱਲ ਦੇ ਲਾਏ ਹੋਏ ਨੇ? ਆਪਣੇ ਨਾਂ ਨਾਲ ਜਿਹਨੇ ਖਾਲਸਾ ਰੱਖਿਆ ਉਹਨੂੰ ਆਉਣਾ ਪਊਗਾ। ਵੀ ਦੋਵੇਂ ਹੱਥ ਖੜੇ ਕਰਕੇ ਕਹੇ ਵੀ ਰੱਬ ਦਾ ਬਾਤ ਤਾਂ ਮੈਂ ਖਾਲਸਾ ਨਹੀਂ ਹੈਗਾ, ਮੈਂ ਕੰਮ ਨਹੀਂ ਕਰ ਸਕਦਾ, ਇਹ ਤੈਨੂੰ ਵਿਧਾਨ ਜਾਵੇ। ਰੱਬਾ ਜਾ ਕਹਿੰਦਾ ਕਿਸ ਭਈਏ ਚ ਉਹ ਕਹਿੰਦੇ ਸੂਰ ਕਿਸਨ ਮੁਖ ਰਣ ਤੇ ਡਰ ਪੈ ਨਾ। ਕਬੀਰ ਦਾ ਹੀ ਐਸਾ ਸ਼ਲੋਕ ਹੈ, ਭਗਤ ਕਬੀਰ ਜੀ ਦਾ ਸ਼ਲੋਕ ਹੈ। ਜਦੋਂ ਕਹਿੰਦਾ ਗਗਨ ਦਾ ਮਾਮਾ ਬਾਜਿਆ ਪਰੇ ਨਿਸ਼ਾਨੇ ਕਹੋ, ਖੇਤ ਚ ਵੰਡਿਓ ਸੂਰ ਮਾਪ ਜੀ, ਉਹ ਗੱਲ ਉਸ ਸਮੇਂ ਆ, ਹੁਣ ਸਮਾਂ ਉਹੀ ਆ, ਨਵਾਬਾ ਵਜਿਆ ਚੈਲੰਜ ਕੀਤਾ ਸਾਡੇ ਧਰਮਾਂ ਨੂੰ, ਮਨਮੱਤਾ ਨੂੰ, ਦਬੰਬ ਖੇਤ ਚੋਂ ਮੰਡੇ ਸੂਰਮਾ ਆਪ ਦੂਤ ਜਿਹੜੇ ਪਤਾ ਹੋਣਾ ਉਹ ਸੂਰਮੇ ਜਿਹੜੇ ਨੂਰ ਗੁਰਮਤ ਧਰਮ ਨੂੰ ਸਾਰੇ ਸੰਸਾਰ ਚ ਫੈਲਾਇਆ ਜਾ ਸਕਦਾ ਹੈ, ਫੈਲੀ ਹੋਈ ਹੈ, ਫੈਲਾਉਣ ਨੂੰ ਸਾਰੇ ਨਾਲੇ ਨੇ। ਇਹ ਧਰਮ ਕੰਪਲੀਟ ਜਾਣਕਾਰੀ ਹੈ, ਵੇਦ ਵਾਲੀ ਇਸ ਭਾਸ਼ਾ 'ਚ ਪਈ ਸਾਡੇ ਕੋਲ ਉਪਲਬਧ। ਵੇਦ ਵਾਲੇ ਵੇਦ 'ਚੋਂ ਪੜ੍ਹਨ, ਗੱਲ ਇੱਕੋ ਹੀ ਹੈ, ਪੜ੍ਹ ਕੋਈ ਕਿਤੋਂ ਲਵੇ, ਕੋਈ ਕੁਰਾਨ 'ਚੋਂ ਪੜ੍ਹ ਲਵੇ। ਪਰ ਜਿਹੜੇ ਭੁਲੇਖੇ ਸੀ ਕੁਰਾਨ ਵਾਲਿਆਂ ਨੂੰ ਵੀ, ਗੁਰਬਾਣੀ ਵਾਲਿਆਂ ਨੂੰ ਵੀ, ਉਹ ਨਿਕਲ ਗਏ। ਲਿਖੇ ਹੀ ਨਿਕਲਿਆ ਨੇ, ਹੋਰ ਕੁਛ ਵੀ ਨਹੀਂ, ਲਿਖਤ ਉਹੀ ਹੈ। ਜਿਹੜੇ ਅਰਥਾਂ ਦੇ ਅਨਰਥ ਕੀਤੇ ਤੇ ਠੀਕ ਕੀਤੇ ਨੇ, ਅਨਰਥ ਕਰਦੇ ਹੁੰਦੇ ਨੇ। ਪਾਰਸਨਾਥ ਨੇ ਵੀ ਅਨਰਥ ਠੀਕ ਕੀਤੇ ਸੀ, ਜੋ ਗ੍ਰੰਥਾਂ 'ਚ ਅਰਥ ਹੁੰਦੇ ਨੇ ਦਿੱਤੇ ਹੋਏ ਲਿਖਤ, ਉਹਦੇ ਅਨਰਥ ਕਰ ਦਿੰਦੇ ਨੇ। ਨਿਰਮਲੇ ਹੀ ਕੰਮ ਦੇ ਐਕਸਪਰਟ ਨੇ, ਠੀਕ ਕੀਤਾ ਇਹਨਾਂ ਨੇ, ਐਕਸਪਰਟ ਨੇ ਉਹ। ਰਿਸ਼ੀ ਮੁਨੀਆਂ ਦੇ ਚੇਲੇ ਨੇ ਹੋ, ਰਿਸ਼ੀ ਮੁਨੀਆਂ ਐਕਸਪਰਟ ਸੀ ਇਸ ਗੱਲ ਦੇ, ਉਹਨਾਂ ਨੇ ਵੇਦ ਨੂੰ ਥੱਲੇ ਲਾਇਆ ਸੀ। ਇਹ ਹੋਰ ਵੇਦ ਵਰਗੇ ਜਿੰਨੇ ਆਉਂਦੇ ਨੇ ਉਹਨੂੰ ਲਾ ਦਿੰਦੇ ਥੱਲੇ, ਫਾਰਮੂਲਾ ਇੱਕੋ ਹੀ ਵਰਤਦੇ ਨੇ ਇਹ। ਜਿੰਨੇ ਵੀ ਧਰਮ ਨੇ ਉਹਨੂੰ ਸਾਰੇ ਖਜ਼ਾਨੇ ਨੇ। ਲੋਕ ਭਲਾਈ ਹੈ, ਪਰਮੇਸ਼ਰ ਧਰਮ ਵੀ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ। ਜੇ ਆਪਾਂ ਧਰਮ ਦਾ ਰਾਜ ਚਾਹੁੰਦੇ ਹਾਂ, ਚਲੋ ਮੰਨ ਲੈਂਦੇ ਹਾਂ। ਪਹਿਲਾਂ ਤਾਂ ਸਾਰੇ ਜਿਹੜੇ ਧਰਮ ਨੇ ਤੇ ਲੋਕ ਨੇ ਉਹ ਇਕੱਠੇ ਹੋਣ, ਫਿਰ ਜਿਹੜਾ ਧਰਮ ਹੈ ਉਹਦੇ ਵਿੱਚ ਡਾਇਲੋਗ ਕਰ ਲੈਣ। ਇੱਕ ਤਾਂ ਫਰੇਮ ਬਣਿਆ ਪਿਆ UNO 'ਚ, ਬਣਿਆ ਪਿਆ ਸਾਰਿਆਂ ਦਾ, ਉਹਦੇ ਜਿਹੜਾ ਸੰਸ਼ੋਧਨ ਕਰਨਾ ਤੁਸੀਂ ਕਰਾ ਲਓ ਨਾਲ ਆ ਕੇ, ਕੌਣ ਕਹਿੰਦਾ ਨਾ ਕਰਾਓ, ਬਣਾ ਲਓ ਇੱਕ। ਜਾਂ ਫਿਰ ਕਹੋ ਅਸੀਂ ਧਰਮ ਦਾ ਰਾਜ ਹੋਲਡ ਨਹੀਂ ਦੇਣਾ। ਫਿਰ ਤੁਸੀਂ ਸੇਵਾ ਨਹੀਂ ਕਰਦੇ, ਜਿਹੜਾ ਇਹ ਕਹਿੰਦਾ ਉਹ ਸੇਵਾ ਨਹੀਂ ਕਰਦਾ ਪਬਲਿਕ ਦੀ, ਉਹ ਸੇਵਾ ਵਾਸਤੇ ਨਹੀਂ ਆਇਆ, ਉਹ ਕਰਪਸ਼ਨ ਵਾਸਤੇ ਆਇਆ। ਐਨ ਕੇ ਹੋ ਜਾਊ, ਕਰ ਦਾਂਗੇ ਅਸੀਂ ਸੇਵਾ ਵਾਸਤੇ ਆਇਆ ਜੋ।
ਅਸੀਂ ਤਾਂ ਤਨਖਾਹ ਵੀ ਨਹੀਂ ਲੈਂਦਾ, ਰੋਟੀ ਘਰੋਂ ਖਾ ਲਾਂਗੇ, ਜੋ ਕੁਛ ਆ ਕੋਲ ਉਹ ਵੀ ਦੇ ਦਾਂਗੇ, ਛੱਡੋ। ਤੁਸੀਂ ਨਾ ਦਿਓ, ਤਨਖਾਹ ਵੀ ਲੈ ਲਿਓ ਪਰ ਜਾਇਜ਼ ਲੈ ਲਿਓ। ਨਜਾਇਜ਼ ਨਾ ਲਿਓ, ਜਿੰਨੀ ਗ੍ਰਹਿਤ ਕਰ ਸਕਦੇ ਹੋ ਗੁਰੂ ਨੂੰ ਉਨੀ ਕਰ ਲਿਓ। ਸੇਵਾ ਤੁਸੀਂ ਨਹੀਂ ਕਰਨੀ, ਨਾ ਕਰੋ, ਕੋਈ ਗੱਲ ਨੀ। ਜਿਹਦੇ ਕਰਮਾਂ ਚ ਉਹ ਕਰ ਲੂ, ਸੇਵਾ ਦਾ ਕੀ ਹੁੰਦਾ? ਇਹ ਤਾਂ ਆਪਣੇ ਕਰਮਾਂ ਦੀ ਨਾਲ ਮਿਲਦੀ ਹੈ। ਬਿਨ ਭਾਗਾਂ ਸਤਸੰਗ ਨਾ ਪਾਈਏ, ਨਾ ਬਿਨ ਕਰਮਾਂ ਸਤਸੰਗ ਨਾ ਪਾਈਏ। ਸਤਸੰਗ ਸੇਵਾ ਚ ਹੁੰਦੀ ਹੈ, ਜਿਹਦੇ ਸੇਵਾ ਉੱਥੇ ਸਤਸੰਗ ਹੈ। ਬਿਨ ਭਾਗਾਂ ਦੀ ਭਗਤਾ ਹੈ, ਭਾਗਾਂ ਦੇ ਮੈਨੂੰ ਭਗਤੀ ਨਹੀਂ ਹੁੰਦੀ। ਚਾਹੇ ਤੁਹਾਡੇ ਭਾਗਾਂ ਚੋਂ ਕੁਛ ਹੈ ਤੁਸੀਂ ਆਪਣਾ ਰੱਖ ਲਓ, ਜੇ ਤੁਹਾਨੂੰ ਚੰਗਾ ਲੱਗਦਾ ਹੈ ਮਾਇਆ ਨਾਲ ਚੰਗੇ ਭਾਗ ਨੇ, ਆਪਣਾ ਮਾਇਆ ਰੱਖ ਲਓ, ਜਾਇਜ਼ ਜਾਇਜ਼ ਰੱਖ ਲਓ। 3-3 ਲੱਖ ਰੁਪਇਆ ਨਾ ਦਿਓ ਤਨਖਾਹ ਆਦਮੀ ਨੂੰ, ਜੇ ਗੋਲ ਗੁਰੂ ਦੀ ਹੈ। ਗਿਆਨੀ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਫਿਰ ਗਾਹਾਂ ਦੀ ਤਾਂ ਗੱਲ ਤੁਸੀਂ ਆਪੇ ਸੋਚ ਲਓ ਕੀ ਹੈ, ਉਹ ਵੀ ਤਾਂ ਚਾਹੀਦਾ। ਜੇ ਗੁਰੂ ਕੋਈ ਕਹਿਣ ਵਾਲਾ ਨਹੀਂ ਹੈ, ਜਿਹਦਾ ਘਰ ਹੈ ਉਹ ਬੇਪਰਵਾਹ ਹੈ, ਤਾਂ ਸਾਨੂੰ ਵੀ ਤਾਂ ਕੋਈ ਸ਼ਰਮ ਚਾਹੀਦੀ ਸੀ ਸਿੱਖ ਹੁੰਦੇ ਹੋਏ। ਗੱਲਾਂ ਨੇ ਵਿਚਾਰਨ ਵਾਲੀਆਂ। ਹੁਣ ਅੱਖਾਂ ਨੇ ਤੈਨੂੰ ਚੱਕ ਆਉਣੀਆਂ ਕਿਸੇ ਦੀਆਂ ਵੀ, ਫੁੱਲੇ ਫਿਰਦੇ ਤੇ ਸਭ ਪਤਾ ਬਿਲ ਕਿੰਨੇ ਕਿੰਨੇ ਨੇ ਕਾਰਾਂ ਦੇ, ਪੈਟਰੋਲਾਂ ਦੇ, ਮੋਟਰਾਂ ਦੇ ਕੀ ਕਿਰਾਏ ਕੀ ਕਰਦੇ ਨੇ ਸਭ ਪਤਾ। ਗੋਲਕ ਦਾ ਪੈਸਾ ਕਿਵੇਂ ਉੜਿਆ, ਕਿੱਥੇ ਕਿੱਥੇ ਗਿਆ ਸਭ ਪਤਾ। ਅੱਗੇ ਹੈਗਾ ਬੈਠਾ, ਉਹਦੇ ਕੋਲ ਜਾਣਾ, ਕੋਈ ਨੀ, ਆਪੇ ਕਰ ਲੂਗਾ ਹਿਸਾਬ ਕਿਤਾਬ। ਉਹਦੇ 2 ਪੈਸੇ ਦੀ ਹਾਂਡੀ ਹੋ ਗਈ ਆ, ਉਹਦਾ ਬੋਲ ਨਹੀਂ ਗਿਆ, ਉਹਦਾ ਤਾਂ 2 ਪੈਸੇ ਦੀ ਹਾਂਡੀ ਹੋ ਗਈ, ਉਹਦਾ ਕੁਛ ਨਹੀਂ ਗਿਆ। ਉਹਦਾ ਕੀ ਗਿਆ? ਸੰਗਤ ਉਹ ਸੀ ਜਿਹੜੀ ਉਹਨਾਂ ਦੇ ਖਿਲਾਫ ਸੀ, ਖਿਲਾਫ ਵਾਲੀ ਸੰਗਤ ਸੀ ਜਿਹੜੀ ਗੁਰੂ ਵਾਲੀ ਤੱਥੀ, ਉਹ ਨਹੀਂ ਸੰਗਤ ਤੇ ਹੁਣ ਵੀ ਨਹੀਂ, ਹੁਣ ਵੀ ਗੁਰੂ ਵਾਲਾ ਹੋਊਗਾ ਪਿੱਛੇ ਹਟ ਜੂਗਾ। ਪ੍ਰੇਮ ਹੁੰਦਾ ਗੁਰੂ ਵਾਲਾ, ਉਹਨੂੰ ਗੱਲਣਾ ਪੈ ਜਾਂਦੀ ਸੰਗਤ ਵੀ ਤੁਸੀਂ ਕਹਿੰਦੇ ਹੋ ਪ੍ਰਚਾਰ ਉਲਟ ਹੋ ਗਿਆ। ਇਹ ਕਿਵੇਂ ਹੋ ਗਿਆ ਬਈ? ਲਗਾਓ ਹੈ ਨੀ ਗੁਰੂ ਨਾਲ ਕਿਸੇ ਦਾ, ਪਤਾ ਹੀ ਨੀ ਸਿੱਖੀ ਦੀ ਮਤਲਬ ਕੋਈ ਨੀ ਹੈ ਕਿਸੇ ਨੂੰ। ਗੱਲਾਂ ਬੜੀ ਬੜੀਆਂ ਗੱਲਾਂ, ਮੈਂ ਸਰਟੀਫਿਕੇਟ ਲੈਣੇ ਦਿੱਤੇ ਸਿੱਖੀ ਗੱਲ ਹੈ, ਦੱਸ ਇਹਦੇ ਸਰਟੀਫਿਕੇਟ ਵੀ ਹੁੰਦਾ ਨਾ। ਅਕਾਲ ਤਖ਼ਤ ਵਾਲੇ ਦੇ ਸਕਦੇ ਨੇ ਪੈਸੇ ਨੂੰ ਸਰਟੀਫਿਕੇਟ, ਸਾਡੇ ਕੋਲ ਤਾਂ ਹੈ ਨਹੀਂ ਸਰਟੀਫਿਕੇਟ, ਤਾਂ ਤੁਹਾਨੂੰ ਆਪੇ ਬਣਨਾ ਪਊਗਾ, ਹਿਰਦੇ ਹੀ ਲਿਖਣਾ ਪੈਂਦਾ। ਉਹਦਾ ਤੁਹਾਡੇ ਹਿਰਦੇ ਲਿਖਿਆ ਹੋਈ ਸਰਟੀਫਿਕੇਟ ਬਣ ਜਾਣਾ। ਆਪਣੇ ਅੰਦਰ ਲਿਖੋ, ਸਮੱਸਿਆ ਕੁਛ ਵੀ ਨਹੀਂ ਹੈ।
ਸਮੱਸਿਆ ਹੰਕਾਰ ਦੀ ਹੈ। ਤਾਂ ਕਿਹਾ ਸੀ ਦੁਨੀਆ ਕਿਆ ਬੜਿਆਈਆਂ ਅੱਗੀ ਸੇਤੀ ਜਾਲ। ਉਹ ਦੁਨੀਆ ਦੀ ਵਡਿਆਈ ਕਿੱਥੇ ਲੈ ਗਈ? ਦੁਬਦਾ ਮੈਂ ਦੋਨੋਂ ਗਏ, ਮਾਇਆ ਮਣੀ ਨਾ ਰਾਮ ਦੋਈ ਚਲੇ ਗਏ। ਲੋਕ ਪਰਲੋਕ ਦੋਏ, ਲੋਕ ਗਏ ਪਰਲੋਕ ਗਵਾਇਓ। ਲੋਕ ਦੀਆਂ ਨਜ਼ਰਾਂ ਚ ਵੀ ਗਿਰ ਗਏ, ਇਹ ਲੋਕ ਦੀ ਵੀ ਬਦਨਾਮੀ ਰੱਜ ਕੇ ਇੱਥੇ ਲੈ ਗਏ। ਸਿੱਖੀ ਨੂੰ ਇੰਨੇ ਗਰਕ ਹੋ ਗਏ ਦਸਮ ਪਾਤਸ਼ਾਹ ਦੇ ਗ੍ਰੰਥ ਨੂੰ ਕਹਿੰਦੇ ਰਹੇ ਕੰਜਰ ਖਿਤਾਬ, ਤੁਸੀਂ ਚੁੱਪ ਕਰਕੇ ਸੁਣੀ ਗਏ। ਹੁਣ ਨਗਰ ਕੀਰਤਨ ਕੱਢ ਕੱਢ 350 ਸਾਲਾ ਕਦ ਨੂੰ ਬਣਾਇਆ ਸੀ ਬਾਈ? ਉਹ ਕਰੋੜ ਇਕੱਠੇ ਕਰਨ ਨੂੰ ਬਣਾਇਆ ਸੀ। ਕਿੰਨੇ ਕਰੋੜ ਇਕੱਠੇ ਕਰਨੇ ਨੇ ਤਾਂ ਬਣਾਇਆ ਸੀ? ਜਾਂ ਕੰਜਰ ਕਿਤਾਬ ਗਿਆ, ਜਾਂ ਕੋਈ ਰੌਲਾ ਨਹੀਂ, ਉਹ ਕੋਈ ਰੌਲਾ ਨਹੀਂ। ਪ੍ਰਕਾਸ਼ ਚੁਕਾਤਾ ਤਾਂ ਚੁਕਾਤਾ, ਕਰ ਲਾਂਗੇ ਪ੍ਰਚਾਰ ਹੈ ਉਹਨਾਂ ਤੋਂ, ਕਰ ਲਾਂਗੇ। ਫਿਰ ਉਹ ਵੀ ਕਹੂਗਾ ਕੋਈ ਨੀ, ਸੁਣ ਲਾਂਗੇ ਫਰਿਆਦ ਤੇਰੀ। ਟੈਲੀਫੋਨ ਵੀ ਨੀ ਚੱਕਦਾ ਅਗਲਾ ਤੁਹਾਡੇ ਵਰਗਿਆਂ ਦਾ, ਫਿਰ ਅਰਦਾਸ ਸੁਣੀਆਂ ਨੇ, ਫਿਰ ਅਰਦਾਸ ਸੁਣ ਲੂ। ਕਿਹੜੀ ਗੱਲ ਦੀ ਸੁਣੇ ਤੁਹਾਡੀ ਅਰਦਾਸ ਬਈ? ਅਰਦਾਸ ਕਿਹੜੀ ਗੱਲ ਦੀ ਸੁਣੇ? ਅਰਦਾਸ ਹੁੰਦੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਕਰੇ, ਦੋਏ ਕਰ ਜੋਰ। ਜੇ ਇੱਕ ਮਨ ਇੱਕ ਚਿੱਤ ਹੋ ਕੇ ਵੀ ਅਰਦਾਸ ਕਰਾਂ, ਦੋਏ ਕਰ ਜੋੜ ਕਰੂੰ ਅਰਦਾਸ, ਤੈਂ ਭਾਣੇ ਤਾਂ ਆਵੇਂ ਰਾਸ। ਜੇ ਤੈਨੂੰ ਚੰਗੀ ਲੱਗ ਜਾਏ ਅਰਦਾਸ ਤਾਂ ਰਾਸ ਆਊਗੀ। ਤੁਸੀਂ ਪੁੱਛਿਆ ਕਦੇ ਉਹਨੂੰ ਚੰਗੀ ਲੱਗਦੀ ਹੈ ਜਿਹੜੀ ਤੁਸੀਂ ਅਰਦਾਸ ਕਰਦੇ ਹੋ? ਹਰੇਕ ਉਹਨੂੰ ਚੰਗੀ ਲੱਗਦੀ ਹੈ, ਅਰਦਾਸ ਵਾਸਤੇ ਆ ਲਿਖਿਆ ਤੁਸੀਂ ਕਰਦੇ ਹੋ, ਨਹੀਂ ਰਾਸ ਆਉਣੀ ਜੇ ਉਹਨੂੰ ਚੰਗੀ ਲੱਗਦੀ। ਤੁਸੀਂ ਅਰਦਾਸ ਕਰੇ 40 ਸਾਲ ਹੋ ਗਏ, ਉਹਨੂੰ ਚੰਗੀ ਲੱਗਦੀ ਪੂਰੀ ਕਰ ਦਿੰਦਾ, ਇੱਕ ਵਾਰ ਕਰਦੇ, ਦੋ ਵਾਰ ਕਰਦੇ, ਨਾ ਕਰਦੇ ਬਾਅਦ ਚ ਹੱਦ ਹੋ ਗਈ। ਗੁਰਬਾਣੀ ਨੂੰ ਮਤਲਬ ਕੋਈ ਨਹੀਂ ਹੈ। ਤੁਸੀਂ ਆਪਣੇ ਕਿਹੜੇ ਕੰਮ ਦੇ ਵਿੱਚ ਗੁਰਬਾਣੀ ਦਾ ਤੋਂ ਸੇਧ ਲਈ ਉਹ ਦੱਸੋ। ਜਦੋਂ ਕਿ ਲਿਖਿਆ ਹੈ ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਆਖੀਏ। ਪੜ੍ਹਦੇ ਇਹ ਹੋ ਤੁਸੀਂ, ਕਰਦੇ ਕੀ ਹੋ ਤੁਸੀਂ? ਕੋਈ ਜਵਾਬਦੇਹੀ ਹੋ ਨਹੀਂ ਤੁਹਾਡੀ, ਤੇ ਤੁਸੀਂ ਉਹ ਨਹੀਂ ਕਰੋਗੇ ਪੜ੍ਹਨ ਵਾਲੇ ਆਗੂ, ਕਰੂਗਾ ਕੌਣ? ਰੋਲ ਮਾਡਲ ਕੌਣ ਬਣੂ? ਤੁਸੀਂ ਇੰਨੇ ਪੈਸੇ ਅਰਬਾਂ ਰੁਪਈਏ ਕਾਹਦੇ ਤੇ ਲਾਏ? ਰੋਲ ਮਾਡਲ ਇੱਕ ਵੀ ਬਣਾਇਆ ਕੋਈ? ਆਪ ਬਣੇ? ਸੋਚਿਆ ਕੀ, ਕੀਤਾ ਕੀ, ਪਲਾਨ ਕੀ? ਦੁਨੀਆ ਵੀ ਕਾਲਜ ਬਣਾ ਕੇ ਪ੍ਰੋਪਰਟੀ
ਤੇ ਸ਼ੈਤਾਨ ਦਾ ਕੰਮ ਸੀ। ਇਹ ਤਾਂ ਵਿਕਾਸ ਵਿਨਾਸ਼ ਵਿੱਚ ਲੱਗ ਗਿਆ। ਉਹ ਵਿਕਾਸ ਦਾ ਪੈਸਾ ਵਿਨਾਸ਼ ਤੇ ਲਾਤਾ ਤੁਸੀਂ ਚੱਕ ਕੇ, ਤੇ ਵਿਕਾਸ ਹੋਣਾ ਸੀ ਪੈਸੇ ਨਾਲ ਤਾਂ, ਨਾਨਕ ਭਗਤਾਂ ਸਦਾ ਵਿਕਾਸ, ਤੁਸੀਂ ਲਾਤਾ ਵਿਨਾਸ਼ ਤੇ ਪੈਸਾ ਹੈ। ਉਹ ਤਾਂ ਨਾਸ ਆਪਣੀ ਵੀ ਹੋ ਗਈ, ਸਿੱਖਾਂ ਦੀ ਵੀ ਕਰਤੀ, ਪ੍ਰਕਾਸ਼ ਕਰਨੀ ਤੀ ਵਿਨਾਸ਼ ਕਰਤੀ ਬੁੱਧ। ਆਹ ਕੋਈ ਮਿਲ ਗਿਆ ਤੁਹਾਨੂੰ ਫਲ, ਮਿਲਿਆ ਕਿ ਨਹੀਂ ਮਿਲਿਆ? ਫਲ ਮਿਲਿਆ ਹੋਇਆ ਜੋ ਕੀਤਾ ਤੁਸੀਂ, ਜੋ ਪੈਸੇ ਚੜਾਏ ਨੇ ਸਾਰਿਆਂ ਨੂੰ ਫਲ ਮਿਲਿਆ ਹੋਇਆ। ਇਹ ਵੀ ਮਿਲਣਾ ਸੀ, ਹੋਰ ਕੀ ਮਿਲਦਾ? ਜਿਹੜਾ ਦੂਰ ਰਿਹਾ ਉਹ ਤਾਂ ਜੋ ਮੰਗੇ ਠਾਕਰ ਆਪਣੇ ਸੋਚ ਸੋਚ ਦੇਵੇ, ਤੁਸੀਂ ਇਹ ਮੰਗ ਲਿਆ ਤੁਹਾਨੂੰ ਇਹ ਮਿਲ ਗਿਆ। ਫਲ ਉਹਨੂੰ ਜਿਹੜਾ ਲੱਗਣਾ ਉਹ ਉਹੀ ਲੱਗੂਗਾ। ਤੁਸੀਂ ਜਿਹੜਾ ਬੀਜ ਬੀਜਿਆ ਬੀਜ ਬੀਜ ਲਿਆ, ਤੁਸੀਂ ਜਿਹੜਾ ਬੀਜ ਬੀਜਿਆ ਮਾਇਆ ਦਾ, ਉਹਨੂੰ ਫਲ ਤਾਂ ਮਾਇਆ ਦਾ ਹੀ ਲੱਗਣਾ। ਅੱਧ ਕਾਹ ਬੁੱਧ ਵੱਧੇ ਘਰ ਕਾਰੀ ਬੁੱਧ ਵੱਧ ਗਈ ਸਭ ਦੇ ਵਿੱਚ। ਹਰ ਕੋਈ ਚਾਹੁੰਦਾ ਮੈਂ ਜਹਿਦਾਰ ਬਣ ਜਾ, ਦੀਵਾ ਕੋਈ ਵੀ ਨਹੀਂ ਹੁੰਦਾ। ਸਭ ਇੱਕ ਤੇ ਕੁਛ ਦੋ ਦੋ ਆਦਮੀਆਂ ਨੇ ਜਥੇਬੰਦੀਆਂ ਬਣਾ ਲਈਆਂ। ਘਰ ਘਰ ਸੰਤ ਬਣ ਕੇ ਬਹਿ ਗਏ, ਘਰ ਘਰ ਪ੍ਰਕਾਸ਼ ਕਰ ਲਿਆ ਵੀ ਆਪਣਾ ਪੈਸਾ ਰੋਜ਼ ਇੱਥੇ ਜਿਹੜੇ ਚੜ੍ਹਨੇ ਗੁਰਦੁਆਰੇ ਘਰੇ ਰਹਿ ਜਾ ਕਰੇ। ਅੰਤ ਹੋ ਗਿਆ, ਅੰਤ ਹਰ ਚੀਜ਼ ਦਾ ਅੰਤ ਹੁੰਦਾ। ਉਹਦੇ ਬਾਅਦ ਫਿਰ ਅੰਤ ਦੇ ਬਾਅਦ ਕੀ ਹੁੰਦਾ? ਅੰਤ ਜਿੱਥੇ ਆ ਜਾਂਦਾ ਉੱਥੋਂ ਆਦਿ ਸ਼ੁਰੂ ਹੋ ਜਾਂਦਾ। ਜਿੱਥੇ ਰਾਤ ਮੁੱਕਦੀ ਹੈ ਉੱਥੇ ਦਿਨ ਚੜ੍ਹ ਜਾਂਦਾ, ਜੇ ਦਿਨ ਮੁੱਕਦਾ ਰਾਤ ਆ ਜਾਂਦੀ ਹੈ। ਇਹੀ ਚੱਲਦਾ ਚੱਕਰ। ਅਗਿਆਨਤਾ ਦੀ ਹੱਦ ਤੇ ਜਾ ਕੇ ਗਿਆਨ ਵੱਲ ਨੂੰ ਗੁਣਨ ਦਾ ਰੋਸ਼ਨੀ ਆ ਗਈ। ਰੋਸ਼ਨੀ ਦੇਖੀ ਉੱਥੇ ਦੀ ਜ਼ਮੀਨ ਦੇ ਸੂਰਜ ਦੀ, ਕਿਤੇ ਹੋਰ ਜਗ੍ਹਾ ਤੇ ਰੋਸ਼ਨੀ ਆਈ। ਉਹ ਰੋਸ਼ਨੀ ਜ਼ਮੀਨ ਦੇ ਉਤਲੇ ਨਹੀਂ ਹੈ, ਜ਼ਮੀਨ ਤੋਂ ਬਹੁਤ ਦੂਰ ਉੱਚੇ ਕਿਸੇ ਹੋਰ ਚੀਜ਼ ਦੀ। ਉਹਦਾ ਨਾਮ ਸੂਰਜ। ਸੂਰਜ ਦੀ ਉਪਮਾ ਦਿੱਤੀ ਪਰਮੇਸ਼ਰ ਦੇ ਸ਼ਬਦ ਨੂੰ, ਸ਼ਬਦ ਗੁਰੂ ਨੂੰ। ਉਹਦਾ ਗਿਆਨ ਜਿਹੜਾ ਆਉਂਦਾ ਉੱਪਰੋਂ ਆਉਂਦਾ, ਫਿਰ ਉਹ ਸੂਰਜ ਤੇ ਵੀ ਉੱਪਰੋਂ ਆਉਂਦਾ ਕਿ ਉੱਥੇ ਤੱਕ ਤਾਂ ਮਨ ਹੈ। ਜਿੱਥੇ ਤੱਕ ਅਮਰ ਭੰਡ ਹੈ, ਸਾਰਾ ਆਕਾਸ਼ ਹੈ, ਉੱਥੇ ਤੱਕ ਮਨ ਦਾ ਪੇਟ ਹੈ, ਉੱਥੇ ਤੱਕ ਸਾਡਾ ਵਜੂਦ ਹੈ ਆਪਣਾ ਹੁਣ ਆਦਮੀ ਦਾ। ਤੁਰਿਆ ਆਪਣੇ ਅੰਦਰ ਤੁਰਿਆ ਫਿਰਦਾ ਹੈ, ਟੋਲਦਾ ਉਹਨੂੰ ਹੈ, ਤਾਰਿਆਂ ਤੂਰਿਆਂ ਤੇ ਲੱਭਦਾ ਫਿਰਦਾ। ਲੱਭ ਜੂ ਕਿਤੇ ਦਫ਼ਤਰ ਬੰਦਾ ਨਾ ਇੱਥੇ ਹੈ ਉੱਪਰ ਕਿਤੇ।
ਉੱਥੇ ਤੱਕ ਤਾਂ ਸਾਡੇ ਆਪਣੇ ਮਨ ਦਾ ਵਜੂਦ ਹੈ, ਉੱਥੇ ਤੱਕ ਤਾਂ ਮਨ ਦੀ ਪਕੜ ਹੈ, ਮਨ ਜਾ ਸਕਦਾ ਹੈ, ਸਾਡੀ ਸੁਰਤ ਜਾ ਸਕਦੀ ਹੈ, ਮੰਗਲ ਤੱਕ ਅਸੀਂ ਪਹੁੰਚ ਗਏ, ਉਹ ਤੋਂ ਪਾਰ ਨਹੀਂ ਜਾ ਸਕਦੇ ਉੱਥੇ ਗਾਹ। ਵੈਸੇ ਜਦ ਤੱਕ ਹਵਾ ਪਾਣੀ ਉੱਥੇ ਤੱਕ ਜਾ ਸਕਦੇ ਹਾਂ ਅਸੀਂ ਸਰੀਰਕ ਤੌਰ ਤੇ, ਉਹ ਅਸੀਂ ਲੈ ਜਾਂਦੇ ਹਾਂ ਨਾਲ ਅੱਗੇ ਵੀ। ਇਹ ਤੋਂ ਪਰੇ ਜਿਹੜੀ ਦਾ ਗਿਆਨ ਹੈ ਜਿਹੜਾ ਨਾ ਪਰਲੋਕ ਦਾ, ਤਿੰਨ ਲੋਕ ਤੇ ਪਰੇ ਤੋਂ ਲਾਈਟ ਆਉਂਦੀ ਹੈ, ਫਿਰ ਉਹ ਬੁਲਾਉਂਦੀ ਆ ਜਦ, ਫਿਰ ਬੋਲਦਾ, ਫਿਰ ਸਾਰਿਆਂ ਦੀ ਬੋਲਤੀ ਬੰਦ ਹੁੰਦੀ ਹੈ। ਇਹ ਗੁਰਬਾਣੀ ਇਸ ਤਰੀਕੇ ਨਾਲ ਆਈ ਹੋਈ ਹੈ, ਇਹ ਬੋਲਤੀ ਬੰਦ ਕਰਾ ਦਿੰਦੀ ਹੈ ਸਾਰਿਆਂ ਦੀ, ਫਿਰ ਇਹਦੇ ਅਨਰਥ ਕਰ ਲੈਂਦੇ ਨੇ ਅਰਥਾਂ ਵਾਲੇ, ਇਹਦੇ ਅਨਰਥ ਕਰਕੇ ਪ੍ਰਚਾਰ ਲੱਗ ਜਾਂਦੇ ਨੇ, ਫਿਰ ਉਹ ਬੋਲਤੀ ਖੁੱਲ ਜਾਂਦੀ ਹੈ, ਆਪਣੀ ਆਪਣੀ ਧਰਮ ਫੇਰ ਪੈਦਾ ਹੋ ਜਾਂਦੇ ਨੇ। ਜਿੰਨਾ ਚਿਰ ਇਹਦੀ ਸਹੀ ਵਿਆਖਿਆ, ਉਹ ਦੂਜਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ, ਜਿਨ੍ਹਾਂ ਦੀ ਬੋਲਤੀ ਬੰਦ ਹੁੰਦੀ ਹੈ ਉਹਨਾਂ ਨੂੰ ਤਕਲੀਫ ਹੁੰਦੀ ਹੈ, ਉਹਨਾਂ ਚਿਰ ਚੁੱਪ ਰਹਿੰਦੇ ਨੇ, ਫੇਰ ਇਹਦੀ ਬੋਲਤੀ ਬਦਲ ਲੈਂਦੇ ਨੇ, ਆਪਣੀ ਬੋਲਤੀ ਨੂੰ ਇਹਦੇ ਨਾਲ ਆਵਾਜ਼ ਨਾਲ ਬਣਾ ਲੈਂਦੇ ਨੇ ਵੀ ਅਸੀਂ ਵੀ ਗੁਰਮਤ ਦਾ ਹੀ ਪ੍ਰਚਾਰ ਕਰਦੇ ਹਾਂ। ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਕੋਈ ਸੰਤ ਚਲੇ ਜਾਓ, ਕਿਤੇ ਚਲੇ ਜਾਓ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਹੈ ਪੰਜਾਬ ਚ, ਮਤ ਉਹਦੀ ਆਪਣੀ ਹੈ, ਦਿਖਾਵਾ ਮੂਹਰੇ ਹੋ ਰੱਖਿਆ, ਲੈ ਅਸੀਂ ਵੀ ਤਾਂ ਗੁਰੂ ਸਾਹਿਬ ਨੂੰ ਮਿਲਦੇ ਹਾਂ, ਮਤ ਦੇਈ ਜਾਵੇ ਜੋ ਮਰਜ਼ੀ, ਹੋ ਨਹੀਂ ਰਿਹਾ, ਕਿਉਂ ਹੋ ਰਿਹਾ? ਕਿਉਂਕਿ ਸ਼੍ਰੋਮਣੀ ਕਮੇਟੀ ਖੁਦ ਐਸੀ ਉਹ ਦੁਕਾਨ ਹੈ, ਇੱਕ ਬਹੁਤ ਵੱਡੇ ਸਕੇਲ ਤੇ ਉਹਨਾਂ ਨੇ ਕੀਤਾ ਹੋਇਆ ਕੰਮ ਬਿਜ਼ਨਸ, ਛੋਟੇ ਮੋਟੇ ਦੁਕਾਨਦਾਰ ਨੂੰ ਵਿਚਾਰੇ ਰੇਹੜੀ ਵਾਲੇ ਨੂੰ ਕਿਵੇਂ ਡੋਕ ਸਕਦੇ ਨੇ, ਜਾਂ ਆਪ ਐਡੇ ਐਡੇ ਝੂਠ ਵੇਚਦੇ ਨੇ, ਆਪਣੇ ਕੋਲ ਕੀ ਇਹਨਾਂ ਨੇ ਕੁਛ ਵੀ ਨਹੀਂ। ਇਹ ਜਿਹੜਾ ਵਿਰੋਧ ਕੀਤਾ, ਦੋਈ ਕਲੀ ਕੀਤਾ ਗਿਆ, ਪਲੈਨਡ ਪ੍ਰੋਗਰਾਮ ਨਾ ਕੀਤਾ, ਇਹਦੇ ਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ, ਹੈ ਉਹ ਨਹੀਂ, ਜਾਂ ਇਹ ਇੰਨੇ ਪੈਸੇ ਨਾਲ ਖੋਜ ਕਰਕੇ ਦੇਣ ਕਿ ਉਹ ਜਿਹੜੇ ਬੰਦੇ ਜਿਉਂਦੇ ਫੂਕੇ ਤੇ ਉਹ ਕਿਹੜੇ ਖਾਨਦਾਨ ਪਿੱਛੇ ਸੀ ਉਹਨਾਂ ਦੇ, ਜਾਂ ਜਿਹੜੇ ਅਸਲੀ ਸਿੱਖ ਜਿਹਨਾਂ ਤੋਂ ਤੁਸੀਂ ਇਤਿਹਾਸ ਕਹਿੰਦੇ ਹੋ, ਖੋਪੜੀਆਂ ਲਈਆਂ ਚਰ, ਉਹਨਾਂ ਖਾਤਰ ਤੁਸੀਂ ਕੀ ਕੀਤਾ? ਉਹਨਾਂ ਦਾ ਘਰ ਖੋਜਿਆ? ਉਹਨਾਂ ਦੇ ਪਿਛੋਕੜ ਖੋਜਿਆ? ਕਿਉਂ ਨਹੀਂ ਖੋਜਿਆ? ਖੋਜੇ ਕੌਣ ਬੰਦਾਬਾਦ? ਜਿਹੜਾ ਸਿੱਖੀ ਨੇ ਕੋਈ ਤਲਕ ਜਿਹੜਾ ਖਰਾ ਖਿਲਾਫ ਸੀ, ਖੋਜਿਆ ਕੌਣ? ਰਣਜੀਤ ਸਿੰਘ, ਜਿਹਨੇ ਚੌਥੀ ਕਰਹਿਤ ਕਰ ਲਈ, ਮੁਸਲਮਾਨੀ ਉਹ ਘਰ ਵਸਾ ਲਈ, ਕਿੱਡਾ ਸਟ੍ਰਿਕਟ ਆਰਡਰ ਹੈ ਕਰਹਿਤ ਦਾ ਚੌਥੀ ਦਾ, ਉਹ ਕਰਵਾਤੀ ਇਹਨਾਂ ਨੇ ਬੀੜਿਆ ਨੇ ਉਹਤੇ, ਦਸਮ ਪਾਤਸ਼ਾਹ ਅੰਦਰ ਉਹ ਲੱਗਦੇ ਸੀ ਨਾਲੇ ਚੰਦੂ ਐਂਡ ਕੰਪਨੀ ਇਹਨਾਂ ਨਾਲ, ਜਿਹਨਾਂ ਦੇ ਮਾਰੇ ਸੀ ਬੰਦੇ, ਫੂਕੇ ਸੀ ਦਸਮ, ਉਹਨਾਂ ਨੇ ਕਰਹਿਤ ਕਰਵਾਈ ਹੈ ਵੀ ਦਸਮ ਪਾਤਸ਼ਾਹ ਦੀ ਜਿਹੜੀ ਇੱਕ ਕਰਹਿਤ ਕਰਕੇ ਸਾਬਤ ਕਰਦੇ, ਮੈਂ ਦਸਮ ਪਾਤਸ਼ਾਹ ਨੂੰ ਨਹੀਂ ਬੋਲਦਾ।
ਵੀ ਇਹ ਮੈਂ ਰਹਿਤ ਪ੍ਰੈਤਾਂ ਤੁਹਾਡੀਆਂ ਨੂੰ ਨਹੀਂ ਮੰਨਦਾ, ਬਗਾਵਤ ਕਰਵਾਈ ਇਹ ਕਰਕੇ। ਉਹਨੂੰ ਮਹਾਰਾਜਾ ਕਹਿੰਦੇ ਨੇ, ਸਿੱਖ ਰਾਜ ਕਹਿੰਦੇ ਨੇ, ਖਾਲਸਾ ਰਾਜ ਕਹਿੰਦੇ ਨੇ, ਆਪ ਕੌਣ ਨੇ ਫਿਰ? ਇਹ ਆਪ ਕੌਣ? ਸਾਡੇ ਕੋਈ ਨਿਹੰਗ ਸਿੰਘ ਉਹਨੂੰ ਕਾਲੇ ਤੇ ਕੱਟ ਨਹੀਂ ਸੀ ਬੋਲਦਾ, ਕਾਲਾ ਕਹਿੰਦੇ ਸੀ ਸਭ। ਔਰੰਗਜ਼ੇਬ ਦੇ ਬਰਾਬਰ ਉਹਨੂੰ ਕਹਿੰਦੇ ਉਹ ਸੀ ਜਿਹਨੇ ਕੁਰਹਿਤ ਕਰ ਲਈ, ਅਵਗਿਆ ਕਰ ਲਈ ਸਭ ਕੁਛ। ਲੋਕ ਇਹਨਾਂ ਨੂੰ ਇੱਕ ਆਪਣਾ ਉੱਤਰਾਧਿਕਾਰੀ ਜਿਹੜਾ ਕਾਇਮ ਨਹੀਂ ਕਰ ਸਕਿਆ, ਮੇਰੇ ਬਾਅਦ ਮੇਰਾ ਕੌਣ ਬੱਚਾ, ਕੌਣ ਪੋਤਾ, ਕੌਣ ਰਾਜ ਕਰੂਗਾ? ਕਿੱਡਾ ਗੈਰ ਜ਼ੁੰਮੇਵਾਰ ਬੇਵਕੂਫ ਆਦਮੀ ਸੀ ਉਹ, ਸ਼ਰਾਬੀ ਆਦਮੀ ਆ ਉਹ, ਸਾਰਾ ਦਿਨ ਸ਼ਰਾਬ ਪੀ ਕੇ ਰੱਖਦਾ ਹੈ, ਤੁਸੀਂ ਉਹਦੀ ਵਡਿਆਈ ਕਰੀ ਜਾਂਦੇ ਹੋ, ਔਰਤਾਂ ਹੀ ਔਰਤਾਂ ਵਿਆਹੀ ਜਾਂਦਾ, ਤੁਸੀਂ ਉਹਦੀ ਵਡਿਆਈ ਕਰੀ ਜਾਂਦੇ ਹੋ। ਔਰਤਾਂ ਨੇ ਕਹੇ ਤੇ ਮੂਰਤੀਆਂ ਲਿਆ ਕੇ ਰੱਖਤੀਆਂ ਉੱਥੇ, ਤੁਸੀਂ ਉਹਦੀ ਵਡਿਆਈ ਕਰੀ ਜਾਂਦੇ ਹੋ। ਕਿਹੜਾ ਗੁਣ ਸੀ ਉਹਦੇ? ਸਿੱਖੀ ਸਿੱਖੀ ਤਹਿਸ ਨਹਿਸ ਕਰਤੀ ਉਹਨੇ, ਕਿਉਂ ਜਿਹੜੇ ਸਿੱਖੀ ਤੇ ਵਿਰੋਧੀ ਨੇ ਤਹਿਸ ਨਹਿਸ ਦੇ, ਉਹਨਾਂ ਦਾ ਉਹ ਮਹਾਰਾਜਾ ਉਹ ਤਾਂ ਕਹਿਣਗੇ ਹੀ। ਜਿਹੜੇ ਵਿਰੋਧੀ ਨੇ ਨਾ ਮੀਣੇ ਪਸੰਦ, ਉਹ ਤਾਂ ਕਹਿਣਗੇ ਹੀ, ਨਾਲੇ ਉਹ ਪਰੇ ਪਰੇ ਸਤਲੁਜ ਤੇ ਪਰੇ ਪਰੇ ਹੀ ਸੀ, ਇੱਧਰ ਤਾਂ ਥਾ ਹੀ ਨਹੀਂ, ਪਰੇ ਲਾਹੌਰ ਵਗੈਰਾ ਉਹ ਤਾਂ ਸਾਰੇ ਉਹਨਾਂ ਦੇ ਤਾਂ ਬੰਦੇ ਸਾਡੇ ਤੇ ਲਾਹੌਰ ਤੇ ਪਰੇ ਪਰੇ ਵਾਲਿਆਂ ਦੇ, ਆ ਤਾਂ ਇਲਾਕਾ ਹੀ ਹੈ, ਮੈਂ ਥੋੜ੍ਹਾ ਜਿਹਾ ਉਹਲਾ, ਪਰੇ ਹੀ ਸੀ ਉਹਦਾ ਰਾਜ, ਇੱਧਰ ਤਾਂ ਥਾ ਹੀ ਨਹੀਂ। ਉੱਧਰ ਮੁਸਲਮਾਨ ਦੀ ਆਬਾਦੀ ਦੇਖੋ ਕਿੰਨੀ ਹੈ, ਕਿੰਨੇ ਮੁਸਲਮਾਨ ਉਹਨੇ ਬਣਾਏ ਸੀ ਵਜ਼ੀਰ ਆਪਣੇ? ਇੱਕ, ਕਿਉਂ ਵੀ ਜ਼ਿਆਦਾ ਕਿਉਂ ਨਾ ਬਣਾਏ, ਕਿਉਂ ਨਾ ਬਣਾਏ, ਉਹਨਾਂ ਦੇ ਬੰਦੇ ਜ਼ਿਆਦਾ ਕਿਉਂ ਨਾ ਰੱਖੇ? ਇੱਥੋਂ ਪਤਾ ਲੱਗਦਾ ਅੰਦਰ ਹਿੰਦੂ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਦਸਮ ਪਾਤਸ਼ਾਹ ਦੀ ਇਹਨਾਂ ਦੇ ਖਿਲਾਫ, ਤਾਂ ਇਹਨਾਂ ਦੇ ਭਰੋਸਾ ਕੀਤਾ ਠਾਕਰਾਂ ਤੇ, ਜਿਹੜੇ ਦਸਮ ਪਾਤਸ਼ਾਹ ਨੂੰ ਘੇਰਾ ਪਾਇਆ ਸੀ ਇਹਨਾਂ ਨੇ ਕਸ਼ਮੀਰ ਵਾਲੇ ਡੋਗਰਿਆਂ ਤੇ, ਇਹ ਤਾਂ ਸਾਰੇ ਕੱਚੇ ਪਹਾੜੀ ਸੀ, ਦਸਮ ਪਾਤਸ਼ਾਹ ਦੇ ਖਿਲਾਫ ਰਹੇ, ਸਿੱਖੀ ਦੇ ਖਿਲਾਫ ਰਹੇ। ਜੇ ਉਦੋਂ ਇਹਨਾਂ ਨੇ ਮੰਨ ਵੀ ਲਿਆ ਆਪਣੀ ਸ਼ਾਸ ਖੇਡ ਲਈ, ਤੂੰ ਉਹਨਾਂ ਦੇ ਚੁੰਗਲ ਚ ਫਸ ਗਿਆ, ਤੇਰੀ ਅਕਲ ਫਿਰ ਕਿੱਥੇ ਸੀ? ਅੰਗਰੇਜ਼ਾਂ ਨਾਲ ਵੀ ਉਹਨਾਂ ਨੇ ਸੌਦਾ ਕਰ ਲਿਆ, 40 ਸਾਲ ਚ ਤੈਨੂੰ ਬੂਦਾ ਮਾਰਤਾ, ਫਿਰ ਮਹਾਰਾਜਾ ਸੀ ਕਿਹੜੇ ਅਕਲ ਵਾਲੇ ਮਹਾਰਾਜਾ ਬੋਲਦੇ? ਮਹਾਰਾਜਾ ਸੀ ਉਹ ਗੁਰੂ, ਤੁਸੀਂ ਮਹਾਰਾਜਾ ਸਾਰੇ ਗੁਰੂ ਛੱਡ ਕੇ, ਗੁਰੂ ਛੱਡਿਆ ਨਾ ਤੁਹਾਡਾ ਮਹਾਰਾਜਾ, ਰਾਜਪਾਲ ਦੇ ਗੁਰੂ ਛੱਡ ਕੇ ਇਹ ਪਰਮ, ਇਸ ਨੂੰ ਪਰਮ ਕਹਿੰਦੇ ਨੇ, ਪਰਮ ਪੈਦਾ ਹੋ ਗਿਆ ਸੀ ਸਿੱਖਾਂ, ਪਰਮ ਪੈਦਾ ਹੋ ਗਿਆ ਸੀ ਖਾਲਸਾ, ਖਾਲਸਾ ਪਰਮ ਘਰ ਹੀ ਸੀ, ਕਰੋ।
ਹੈ, ਤੁਸੀਂ ਸਵਾਰਥੀ ਹੋ, ਤੁਸੀਂ ਸਵਾਰਥੀ ਜ਼ਮਾਨੇ ਦੇ, ਉਹ ਭਰਪੁਕਾਰੀ ਖਾਲਸੇ ਵਾਲਾ ਤੁਸੀਂ ਹੱਕ ਪਾਲਦੇ ਹੋ, ਕੰਮ ਸਾਰੇ ਖਾਲਸੇ ਨੂੰ ਬਦਨਾਮ ਕਰਨ ਵਾਲੇ ਕਰਦੇ ਹੋ। ਕੰਮ ਤਾਂ ਖਾਲਸੇ ਸਿੱਖੀ ਨੂੰ ਬਦਨਾਮ ਕਰਨ ਵਾਲੇ ਕਰਦੇ ਹੋ, ਹੱਕ ਮੰਗਦੇ ਹੋ ਖਾਲਸੇ ਵਾਲੇ। ਸਿੱਖੀ ਨੂੰ ਬਦਨਾਮ ਕਰਨ ਖਾਤਰ ਤੁਸੀਂ ਭੇਖ ਪਾ ਕੇ ਆਏ ਤੇ, ਸੱਚ ਇਹ ਹੈ। ਉਹ ਬਦਨਾਮ ਤੁਸੀਂ ਕਰਤੀ, ਉਲਟ ਪ੍ਰਚਾਰ ਜਾਣ ਬੁੱਝ ਕੇ ਕਰਤਾ, ਸਭ ਕੁਛ ਜ਼ਹਿਰ ਹੈ। ਹੁਣ ਇਹ ਤਾਂ ਗੁਰਮਤਿ ਦਾ ਸਹੀ ਪ੍ਰਚਾਰ ਕਰੋ, ਨਹੀਂ ਗੁਰੂ ਗ੍ਰੰਥ ਸਾਹਿਬ ਉੱਤੋਂ ਸਾਨੂੰ ਵਾਪਸ ਕਰ ਦਿਓ ਭਾਈ, ਅਸੀਂ ਨਹੀਂ ਕਰ ਸਕਦੇ ਪ੍ਰਚਾਰ, ਨਾ ਕਰੋ। ਦੁਨੀਆ ਆਈ ਜਾਵੇ, ਅੰਮ੍ਰਿਤਸਰ ਜਾਈ ਜਾਵੇ, ਗੋਲਕ ਰੱਖੋ, ਮੱਥਾ ਟੇਕੀ ਜਾਓ, ਪ੍ਰਕਾਸ਼ ਨੂੰ ਕਰੋ। ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਗੋਲਕ ਰੱਖੋ, ਹੋਰ ਕਿਤੇ ਰੱਖ ਲਓ, ਬਸ ਉੱਥੇ ਗੋਲਕ ਰੱਖੋ, ਉੱਥੇ ਪੜ੍ਹੋ। ਲੋਕਾਂ ਨੂੰ ਜਾਇਆ ਜਾਵੇ, ਤੁਹਾਨੂੰ ਆਉਂਦਾ ਚਲੋ ਹੋ ਜਾ ਕਰੀ ਜਾਓ, ਅਰਥ ਆਪੇ ਲੋਕ ਸੁਧਾਰ ਲੈਣਗੇ, ਹੁਣ ਸਭ ਨੂੰ ਪਤਾ ਲੱਗ ਗਿਆ, ਗੋਲ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਗੋਲ ਰੱਖੇ ਤਾਂ ਇੱਕ ਨੁਕਸ ਪੈਂਦਾ ਸਾਡੇ ਉੱਤੇ, ਉਂਗਲੀ ਉੱਠਦੀ ਹੈ, ਗੁਰਬਾਣੀ ਉਂਗਲੀ ਉਠਾਉਂਦੀ ਹੈ। ਬਾਹਮਣੇ ਕੰਮ ਕਰਦਾ ਸੀ, ਗਿਆਨ ਵੇਚਦਾ ਸੀ ਔਰ ਵਿਦਿਆ ਵੇਚਦਾ ਸੀ। ਭਗਤ ਕਬੀਰ ਜੀ ਨੇ ਉਹਨੂੰ ਕਿਹਾ ਕਿ ਕੋਈ ਲੜਕਾ ਵੇਚੀ ਲੜਕੀ ਵੇਚੇ, ਕੋਈ ਆਪਣਾ ਲੜਕਾ ਜਾਂ ਲੜਕੀ ਵਿੱਚ ਵੇਚਦਾ ਜਿਹੜਾ ਗਿਆਨ ਔਰ ਵਿਦਿਆ ਵੇਚਦਾ। ਤੇ ਜਿੱਥੇ ਅਸੀਂ ਪ੍ਰਕਾਸ਼ ਕਰਦੇ ਹਾਂ, ਕਥਾ ਕਰਦੇ ਹਾਂ, ਉੱਥੇ ਗਿਆਨ ਵਿਕਦਾ, ਫਿਰ ਗਿਆਨ ਵਿਕ ਰਿਹਾ। ਜੇ ਅਸੀਂ ਕੀਰਤਨ ਕਰਾਉਣ ਵਾਲੇ ਨੂੰ ਤਨਖਾਹ ਦਿੰਦੇ ਹਾਂ ਫਿਰ ਨਹੀਂ ਵਿਕਦਾ, ਸੁਣਨ ਵਾਲੇ ਤੋਂ ਪੈਸੇ ਲੈਂਦੇ ਹਾਂ ਫਿਰ ਵਿਕਦਾ। ਜੇ ਅਸੀਂ ਕਰਾਉਣ ਵਾਲੇ ਨੂੰ ਫਿਰ ਅਸੀਂ ਖਰੀਦਦੇ ਹਾਂ, ਖਰੀਦ ਉਹਦੇ ਤੋਂ ਪੈਸੇ ਦਿੰਦੇ ਹਾਂ, ਖਰੀਦਦੇ ਹਾਂ ਉਹਦੇ, ਖਰੀਦ ਕੇ ਉਹ ਜਿਹੜਾ ਕਥਾ ਕਰਦਾ ਉਹ ਆਪਣਾ ਵੇਚਦਾ ਹੋਵੇ, ਅਸੀਂ ਤਾਂ ਖਰੀਦਦੇ ਹਾਂ ਨਾ, ਅਸੀਂ ਖਰੀਦ ਕੇ ਫਰੀ ਦਿੰਦੇ ਹਾਂ। ਗੁਰੂ ਘਰ ਖਰੀਦ ਕੇ ਫਰੀ ਦਿੰਦਾ ਸੀ, ਸੱਤੇ ਮਲਵਣ ਨੂੰ ਤਨਖਾਹ ਦਿੰਦੇ ਸੀ, ਆਪ ਉਹਦੀ ਕਥਾ ਕਰਦੇ ਸੀ, ਆਪ ਜਿਹੜੀ ਕਥਾ ਉਹ ਪੈਸਾ, ਕਥਾ ਦਾ ਪੈਸਾ ਕੋਈ ਨਹੀਂ ਸੀ ਲੈਂਦੇ, ਉਹ ਪੈਸਾ ਰੱਖਿਆ ਦਾ ਸੀ, ਹਰ ਹੁਕਮਨਾਮੇ ਵਿੱਚ ਰੱਖਿਆ ਲਿਖਿਆ ਹੈ, ਰੱਖਿਆ ਦਾ ਪੈਸਾ ਸੀ, ਉਹ ਰੱਖਿਆ ਹੁੰਦੀ ਹੈ ਪਰਲੋਕ, ਪਰਲੋਕ ਚ ਲਾਜ ਰੱਖਣਾ, ਉਹ ਪਰਮੇਸ਼ਰ ਨੇ ਰੱਖਣੀ ਹੈ। ਧਰਮ ਦੇ ਕੰਮ ਕਰੂ ਅਸਲੀ ਸਹੀ ਰੂਪ ਵਿੱਚ, ਉਹੀ ਭਗਤ ਹੈ, ਪੈਜ ਰੱਖਦਾ ਆਇਆ, ਰਾਮ ਰਾਜ ਕਿਹਾ ਹੋਇਆ ਹੀ ਹੈ। ਸਵਾਲ ਹੈ ਕਿ ਉਹ ਪੈਸਾ ਲੱਗਦਾ ਕਿੱਥੇ, ਕਿਵੇਂ ਲੱਗਦਾ, ਮੇਨ ਗੱਲ ਇਹ ਹੈ। ਗੁਰੂ ਘਰ ਧਰਮ ਦੇ ਵਿੱਚ ਲੱਗਦਾ ਸੀ ਪੈਸਾ, ਉਹ ਬਿਲਕੁਲ ਉਸੇ ਕਾਰਜ ਵਾਸਤੇ ਪੈਸਾ ਲੱਗਦਾ ਸੀ ਜਿੱਥੇ ਆਉਂਦਾ ਸੀ।
ਤੁਸੀਂ ਕਿਉਂ ਨਹੀਂ ਲਾਇਆ ਉੱਥੇ? ਤੁਹਾਡੇ ਰਾਜ ਕਿਉਂ ਬੰਦ ਹੋਇਆ ਉੱਥੇ ਲਗਾਉਣ ਤੇ? ਅਜੇ ਦਸਕਾਂ ਦਾ ਵੀ ਉਤਕਾਰ ਤੇ ਕਿਉਂ ਬੰਦ ਹੋਇਆ ਹੋਇਆ? ਸੰਤਾਂ ਦਾ ਵੀ ਉਸ ਕਾਰਜ ਤੇ ਪੈਸਾ ਨਹੀਂ ਲੱਗਦਾ, ਕਿਉਂ ਬੰਦ ਹੋਇਆ ਹੋਇਆ? ਜਾਂ ਪੈਸਾ ਲੈਣਾ ਬੰਦ ਕਰ ਦੋ, ਜਾਂ ਇਹਨੂੰ ਲਾਓ, ਲਾਓ ਸਰਕਾਰ ਨਾਲ ਮਿਲ ਕੇ ਪੈਸਾ ਟੋਟਲ ਸਰਕਾਰ ਨੂੰ ਦੇ ਦਿਓ, ਨਾਲ ਮਿਲ ਕੇ ਕੰਮ ਕਰੋ। ਤੁਹਾਡੇ ਦਾ ਇਤਵਾਰ ਨਹੀਂ ਕੀਤਾ ਜਾ ਸਕਦਾ ਕਿਸੇ ਤੇ ਵੀ। ਤੁਸੀਂ ਹੁਣ ਤੱਕ ਉਹ ਕਾਰਜ ਤੇ ਪੈਸਾ ਨਹੀਂ ਲਾਇਆ, ਜੇ ਤੁਹਾਨੂੰ ਕਹਿੰਦੇ ਤੁਸੀਂ ਆਪੇ ਲਾ ਦੋ, ਕਦੇ ਨਹੀਂ ਲਾਉਂਦੇ। ਲਾ ਵੀ ਦਿਓ ਸਾਨੂੰ ਇਤਵਾਰ ਨਹੀਂ, ਜੇ ਇਤਵਾਰ ਤੁਸੀਂ ਮਿਲ ਕੇ ਲਾਓ, ਸਰਕਾਰ ਨਾਲ ਮਿਲ ਕੇ ਰਹੋ, ਕੰਮ ਕਰੋ ਸਰਕਾਰ ਦਾ, ਨਾਲ ਮਿਲ ਕੇ ਉਸੀ ਚੇਵਲ ਕਰਦਾ ਹੀ ਆ, ਤੁਸੀਂ ਨਹੀਂ ਕਰ ਸਕਦੇ ਕੋਈ ਇਹੋ ਜਿਹਾ? ਤੁਸੀਂ ਕਰ ਲਓ, ਬਥੇਰਾ ਕੁਛ ਬਣਦਾ ਸਰਕਾਰ ਦੇ ਕੰਮ ਲਈ, ਸੰਗਤੇ ਲੈ ਜਾਓ ਨਾਲ, ਚਲੋ ਨਿਗਾਹ ਹੀ ਰੱਖ ਲਓ, ਅਫਸਰਾਂ ਦੀ ਨਿਗਾਹ ਰੱਖ ਲਓ, ਕੋਈ ਕਰਪਟ ਨਾ ਹੋਵੇ, ਕਰਪਸ਼ਨ ਨਾ ਕਰੇ, ਠੇਕੇਦਾਰੀ ਸਿਸਟਮ ਕੋਈ ਮਿਲਾਵਟ ਨਾ ਕਰੇ, ਸਮਝ ਡਿਊਟੀ ਕੋਈ। ਤੁਸੀਂ ਤਾਂ ਆਪ ਸਿਫਾਰਸਾਂ ਕਰਦੇ ਹੋ ਲੋਕਾਂ ਦੀਆਂ, ਕਰਪਸ਼ਨ ਕਰਦੇ ਹੋ, ਤੁਸੀਂ ਕੀ ਕਰ ਲਓਗੇ? ਸਭ ਅਫਸਰ ਤੁਹਾਨੂੰ ਜਾਣਦੇ ਨੇ, ਕਿਹੜੇ ਮੂੰਹ ਨਾਲ ਕਹੋਗੇ ਤੁਸੀਂ ਐਂ ਕਰੋ ਦੂਜੇ ਨੂੰ? ਜਿਹੜੇ ਕਹਿ ਸਕਦੇ ਨੇ ਚਲੋ ਉਹੀ ਕਰ ਲਓ, ਨਹੀਂ ਕਹਿ ਸਕਦੇ ਉਹ ਆਪਣਾ ਹੋਰ ਕੋਈ ਉਹ ਸੇਵਾ ਕਰ ਲੈਣਾ ਹੱਥਾਂ ਨੂੰ, ਜੇ ਤਲਣਾ ਸੇਵਾ ਕਰ ਲਓ, ਡੁੱਬੇ ਤਾਂ ਹੈਗੇ ਹੀ ਹੋ, ਹੁਣ ਤਾਂ ਕੋਈ ਦੋ ਰੰਗ ਹੋਈ ਨਹੀਂ। ਜਿਹੜਾ ਸੇਵਾ ਨਹੀਂ ਕਰਦਾ ਠੱਗ ਹੈ, ਉਹਨਾਂ ਅਰਸ ਕਰ ਠੱਗਾਂ ਦਾ ਕਹਾ ਕੀ ਹੁੰਦਾ ਹਾਲ, ਸਭ ਨੂੰ ਪਤਾ ਹੀ ਹੈ ਕੀ ਇੱਜ਼ਤ ਹੁੰਦੀ ਹੈ, ਦੁਨੀਆਂ 'ਚ ਵੀ ਪਤਾ ਹੀ ਹੈ, ਇੱਥੇ ਜਾਈ ਜਿੱਦਾਂ ਉਹੀ ਉੱਥੇ ਇੱਜ਼ਤ ਹੈ। ਠੱਗ ਸ਼ਬਦ ਹੈ ਇੱਕ, ਜੇ ਧਰਮ ਜੇ ਸੰਗਤ ਨੇ ਠੱਗੀ ਮਾਰੀ ਹੈ ਧਰਮ ਦੇ ਬੇਸ ਤੇ, ਇੱਥੇ ਵੀ ਇੱਜ਼ਤ ਉਹਨਾਂ ਦੀ ਹੋਈ ਹੈ, ਗਾਂ ਵੀ ਹੋਈ ਜੇ, ਗਾਂ ਤਾਂ ਖੈਰ ਮੁੱਲ ਜਾਵੇ, ਗਾਂ ਦਾ ਤਾਂ ਇੱਥੇ ਇੱਜ਼ਤ ਨਹੀਂ ਲੋਕਾਂ ਦੀ ਦਰਗਾਹ ਦੇ ਵਿੱਚ, ਲੋਕਾਂ ਦੇ ਹਿਰਦੇ ਵਿੱਚ ਇੱਜ਼ਤ ਨਹੀਂ ਹੈ, ਤਾਂ ਦਰਗਾਹ ਦੇ ਮੁੱਲ ਜਾਵੇ ਜੋ ਉਹਦੇ ਨਾਲ ਹੁੰਦੀ ਰਹੋ ਹੁੰਦੀ ਰਹੋ, ਉਹਨੂੰ ਖੁਦ ਵੀ ਪਤਾ, ਜੇ ਉਹਨੂੰ ਨੀ ਪਤਾ ਹੋਰ ਕਿਹਨੂੰ ਪਤਾ, ਉਹਦਾ ਲੋਕਾਂ ਨੂੰ ਦੱਸਦਾ। ਜਿਹੜਾ ਗੁਨਾਹ ਆਪ ਪੜ੍ਹਿਆ ਲਿਖਿਆ ਵਕੀਲ ਕਰਦਾ, ਉਹਨੂੰ ਤਾਂ ਪਤਾ ਹੀ ਹੈ ਵੀ ਗੁਨਾਹ ਦੀ ਸਜ਼ਾ ਕੀ ਹੈ, ਉਹ ਰੇਸ ਕਰ ਲੈਂਦਾ ਲਵੇ, ਆਪਾਂ ਨੂੰ ਕੀ ਹੈ? ਪਰ ਸੰਗਤ ਨੂੰ ਬਰਗਲਾ ਨਾ ਸਕੇ, ਸੰਗਤ ਨੂੰ ਕੁਰਾਹੇ ਨਾ ਪਾ ਸਕੇ ਧਰਮ ਦੇ ਵਿੱਚ, ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ। ਜੇ ਕਿਤੇ ਬੋਲਦਾ ਕੋਈ ਇਹੋ ਜਿਹੀ ਗੱਲ ਕਰਦਾ ਸੰਗਤ ਵਿੱਚ, ਉਹਨੂੰ ਕਿਹਾ ਵੀ ਆ ਤੂੰ ਗੱਲ ਧਰਮ ਦੇ ਨਾਂ ਤੇ ਕਹਿਣਾ, ਦੱਸ ਕਿਉਂ ਕਹਿਣਾ ਬਈ? ਜਦ ਗੁਰਬਾਣੀ ਦੇ ਉਲਟ ਗੱਲ ਤੂੰ ਕਿਉਂ ਪ੍ਰਚਾਰ ਕਰਦਾ, ਤੈਨੂੰ ਕੀ ਲਾਭ ਹੈ ਇਹ? ਪਰਸਨ ਦੱਸ ਤੈਨੂੰ ਇਹ ਗਰਾਜ ਹੈ, ਤੈਨੂੰ ਗੁਰਮਤ ਨੂੰ ਗੁਰੂ ਕਰਨਾ, ਤੈਨੂੰ ਆਪੇ ਠੀਕ ਹੋ ਜੂ, ਸਭ ਕੁਝ ਠੀਕ ਹੋ ਸਕਦਾ ਇਸਰਾ ਪੈਣ ਨਾਲ, ਆਪੇ ਆ ਜਾਣਗੇ ਬੋਲਣ ਤੇ, ਬੋਲਦੇ ਨਹੀਂ ਹੁੰਦੇ ਫਿਰ। ਸੰਤ ਕਦੇ ਨਹੀਂ ਬੋਲੇ, ਮੂਹਰੇ ਸੰਤ ਸੁਰਿੰਦਰ ਚੱਟ ਹੋ ਗਏ।
ਸਭ ਤੋਂ ਪਹਿਲਾਂ ਦੇਵਤੇ ਸਿਲੰਡਰ ਹੁੰਦੇ ਨੇ, ਜਦ ਦੇਵਤੇ ਅੱਤ ਦੇ ਦੁਖੀ ਹੋ ਜਾਂਦੇ ਨੇ ਨਾ, ਜਿਵੇਂ ਹੁਣ ਸਾਰੇ ਮੰਦਰਾਂ ਵਾਲੇ ਦੁਖੀ ਹੋ ਗਏ, ਹੋਰ ਦੁਖੀ ਹੋਣ ਵਾਲੇ ਨੇ ਧਰਮ ਵਾਲੇ, ਇਹਨਾਂ ਨੂੰ ਬਾਹਰ ਨਿਕਲ ਨਹੀਂ ਦੇਣਾ ਕਿਸੇ ਨੇ, ਫੇਰ ਇਹ ਸੱਚ ਧਰਮ ਨੂੰ ਮੰਨਣਗੇ। ਫਿਰ ਟੋਲਦੇ ਹੁੰਦੇ ਨੇ, ਪਹਿਲਾਂ ਤਾਂ ਚੰਡੀ ਨੂੰ ਟੋਲਦੇ ਹੁੰਦੇ ਨੇ, ਪਿਛਲੇ ਜੋ ਹੈ ਰਿਕਾਰਡ ਹੈ ਉਹਦੇ ਵਿੱਚ ਟੋਲਦੇ ਰਹੇ ਨੇ ਦੇਵਤੇ। ਉਸ ਅਕਲ ਨੂੰ, ਉਸ ਬੁੱਧ ਨੂੰ ਟੋਲਦੇ ਨੇ ਜਿਹੜੀ ਵਿਵੇਕ ਬੁੱਧ ਹੈ, ਉਹਦਾ ਫਿਰ ਰਾਕਸ਼ਸਾਂ ਨਾਲ ਗੱਲਬਾਤ ਹੁੰਦੀ ਹੈ ਬਾਅਦ ਚ। ਹੁਣ ਰਾਕਸ਼ ਚ ਉਹ ਨੇ ਜਿਹੜੇ ਬਾਅਦ ਚ ਬਣਦੇ ਨੇ, ਜਿਹੜੇ ਚਰਚਾ ਕਰਦੇ ਨੇ। ਚਰਚਾ ਕੌਣ ਕਰਦੇ ਨੇ? ਚਰਚਾ ਕਰਦੇ ਨੇ ਆਲਰੇਡੀ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਹੁੰਦੇ ਨੇ, ਉਹੀ ਚਰਚਾ ਕਰਦੇ ਹੁੰਦੇ ਨੇ। ਜਿਹੜੇ ਧਰਮ ਤੋਂ ਦੂਰ ਰਹਿੰਦੇ ਨੇ, ਲੋਕ ਨਹੀਂ ਪੜ੍ਹਦੇ, ਨਹੀਂ ਜਾਣਦੇ, ਧਰਮ ਦਾ ਗਿਆਨ ਨਹੀਂ ਰੱਖਦੇ, ਧਰਮ ਤੇ ਸ਼ਰਧਾ ਵੀ ਨਹੀਂ ਰੱਖਦੇ, ਉਹ ਮਿਸਾਲਾਂ ਦੀ ਲਿਸਟ ਵਿੱਚ ਆ ਜਾਂਦੇ ਨੇ। ਜਿਹੜੇ ਧਰਮ ਪੜ੍ਹਦੇ ਨੇ, ਜਾਣਦੇ ਨੇ, ਅਰਥਾਂ ਦੇ ਅਨਰਥ ਵੀ ਕਰਦੇ ਨੇ, ਜਾਣ ਕੇ ਵੀ ਉਲਟ ਕਰਦੇ ਨੇ, ਇਹ ਦੇਵਤਿਆਂ ਚ ਆਉਂਦੇ ਨੇ। ਹੰਕਾਰ ਇਹਨਾਂ ਚ ਜ਼ਿਆਦਾ ਹੁੰਦਾ, ਹੰਕਾਰ ਉਹ ਆ ਜਿਹੜਾ ਨਾਮ ਦੇ ਖਿਲਾਫ਼ ਖੜਾ ਹੋ ਜਾਵੇ, ਉਹਨੂੰ ਹੰਕਾਰ ਕਹਿੰਦੇ ਨੇ। ਜਿਹੜੇ ਨਾਮ ਦੇ ਖਿਲਾਫ਼ ਖੜੇ ਨੇ, ਖੜੇ ਰਹਿੰਦੇ ਨੇ, ਉਹਨਾਂ ਨੂੰ ਰਾਕਸ਼ਸ ਕਹਿੰਦੇ ਨੇ। ਉਹਨਾਂ ਨਾਲ ਹੀ ਚਰਚਾ ਹੁੰਦੀ ਹੁੰਦੀ ਹੈ। ਹੁਣ ਇਉਂ ਲੱਗਦਾ ਵੀ ਰਾਕਸ਼ਸ ਤਾਂ ਸਾਰੇ ਮੰਨੇ ਹੋਏ, ਜਿਹਨਾਂ ਨੂੰ ਇਹ ਰਾਕਸ਼ਸ ਕਹਿੰਦੇ ਨੇ ਉਹ ਤਾਂ ਮੰਨੇ ਹੋਏ ਨੇ, ਜਿਹੜੇ ਨਹੀਂ ਮੰਨ ਰਹੇ ਧਰਮ, ਧਰਮੀ ਬਣੇ ਬੈਠੇ ਨੇ, ਅਸਲ ਰਾਕਸ਼ਸ ਇਹ ਨੇ, ਇਹ ਹੁੰਦੇ ਨੇ ਪ੍ਰਚਾਰ ਦੇ ਦੂਆ ਨੂੰ। ਉਹ ਦੂਆ ਦੂਏ ਨੂੰ ਰੱਖ ਕਹਿੰਦਾ, ਦੂਆ ਦੂਏ ਨੂੰ ਕਹਿੰਦਾ, ਇਹੀ ਰਾਕਸ਼ਸ ਨੇ, ਕਿਉਂਕਿ ਰਾਕਸ਼ਸਾਂ ਨੇ ਕੰਮ ਨੇ ਇਹਨਾਂ ਦੇ। ਕਬੂਤਰ ਵਾਲੇ ਕੰਮ ਇਹੀ ਕਰਦੇ ਨੇ, ਜਾਏ ਆਪਣੇ ਹੀ ਕਹਿੰਦੇ ਨੇ ਇਹ ਮਤਾਂ ਦੇ। ਅਪਮਾਨ ਉਤਾਰਨ ਦੇਵਤਿਆਂ ਮੈਂ ਕਿਹਾ ਸਭ ਤੋਂ ਪਾਇਆ। ਦੂਏ ਜਿਹੜੇ ਵਿਦਵਾਨ ਹੋਰ ਚੀਜ਼ਾਂ ਪੈਦਾ ਕੀਤੀਆਂ ਨੇ ਪਰਮੇਸ਼ਰ ਨੇ, ਜੋ ਮੁੰਡਾ ਨੇ ਗੀਤ ਗਾਇਆ, ਗੀਤ ਲਿਖਿਆ ਜਿਹਨੇ, ਉਹ ਜਿਹੜੇ ਪੈਦਾ ਹੁੰਦੇ ਨੇ ਇਹਨਾਂ ਦੀ ਨਿਗਾਹ ਚੋਂ ਰਾਕਸ਼ਸ ਨੇ, ਦਰਅਸਲ ਰਾਕਸ਼ਸ ਹੈ ਆਪਣੇ। ਔਗਣ ਇਹਨਾਂ ਨੇ ਦੱਸੇ ਨੇ ਉਹਨੇ ਵੀ ਧਰਮ ਆ ਕਹਿੰਦਾ, ਹੁਣ ਆ ਕਿਉਂ ਨੀ ਹੁੰਦਾ, ਗਾਤਰੇ ਤੁਸੀਂ ਪਾ ਲਏ, ਜਨੇਊ ਪਾ ਲਏ, ਇਹ ਤੜਫ ਗਏ ਉਹ ਤੇ, ਕਿਉਂਕਿ ਕਬੀਰ ਤਾਂ ਕਹਿੰਦਾ ਨਿੰਦਕ ਨੀਅਰ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਮੇਰੇ ਚ ਕੋਈ ਨੁਕਸ ਦੱਸੋ, ਇਹ ਨੁਕਸ ਦੱਸੇ ਤੜਫ ਗਏ।
ਜੇ ਕਿਸੇ ਨੇ ਸਾਨੂੰ ਕੋਈ ਸਾਡੀ ਕਮੀ ਧਾਰਮਿਕ ਦੱਸੀ ਹੈ, ਤੜਫਣਾ ਕਿਹੜੀ ਗੱਲ ਦੀ ਆ? ਉਹਨੂੰ ਬੁਲਾ ਕੇ ਪੁੱਛੋ, ਭਾਈ ਦੱਸ ਤੂੰ ਇਹ ਗੱਲ ਕਿਹਦੇ ਚ ਹੈ, ਸਾਡੇ ਚ ਕਿਹੜੇ ਬੰਦੇ ਚ? ਇਹਦਾ ਮਤਲਬ ਕਮੀ ਤੁਹਾਡੇ ਚ ਹੈਗੀ ਹੈ, ਕਮੀ ਹੈਗੀ ਆ, ਕੋਈ ਬੋਲ ਨਹੀਂ ਸਕਦਾ। ਇਹ ਨਾ ਕੱਟੜਵਾਦ, ਇਹ ਹੈ ਧਾਰਮਿਕ ਕੱਟੜਵਾਦ। ਇਹ ਕੱਟੜਵਾਦੀਆਂ ਦੇ ਨੇ, ਧਾਰਮਿਕ ਕੱਟੜਵਾਦ ਦੇ ਨੇ ਲੀਡਰ, ਪੀੜਤੰਤਰ ਦੇ ਵੀ ਲੀਡਰ ਇਹੀ ਨੇ। ਇੱਥੋਂ ਨੱਪ ਲਓ ਇਹਨਾਂ ਦੀ ਪੈੜ। ਜਿਹੜਾ ਵੀ ਚਮਕੂ ਨਾ ਮੂਹਰੇ ਆਊਗਾ, ਉਹੀ ਕੱਟੜਵਾਦ ਅੰਦਰ, ਧਾਰਮਿਕ ਕੱਟੜਵਾਦ ਉਹਦੇ ਹੈ। ਕਿ ਧਾਰਮਿਕ ਸੁਧਾਰ ਮੈਨੂੰ ਮਨਜ਼ੂਰ ਨਹੀਂ, ਉਹ ਰਾਕਸ਼ਸ ਹੈ। ਕਿ ਜਿਹੜੇ ਲੱਛਣ ਰਾਕਸ਼ਸ ਦੇ ਇਹ ਦੱਸਦੇ ਨੇ, ਉਹ ਲੱਛਣ ਇਹਨਾਂ 'ਚ ਨੇ। ਧਰਮ ਦੇ ਵਿਰੋਧੀ ਹੁੰਦੇ ਰਾਕਸ਼ਸ, ਵਿਰੋਧ 'ਚ ਫਿਰ ਇਹ ਨੇ, ਉਹ ਤਾਂ ਵਿਰੋਧ 'ਚ ਹੈ ਨਹੀਂ। ਉਹ ਤਾਂ ਇਮਾਨਦਾਰੀ ਉਹਨਾਂ ਜ਼ਿਆਦਾ ਇਹਨਾਂ ਨੂੰ, ਰਾਕਸ਼ਸ ਸ਼ਰਾਬ ਪੀਣ ਵਾਲਿਆਂ 'ਚ। ਰਾਕਸ਼ਸ ਇਮਾਨਦਾਰ ਹੁੰਦਾ, ਬੇਈਮਾਨ ਹੁੰਦਾ? ਰਾਕਸ਼ਸ ਬੁੱਧੀ ਹੁੰਦੀ, ਆਦਮੀ ਨਹੀਂ ਹੁੰਦਾ ਰਾਕਸ਼ਸ। ਰਾਵਣ ਨੂੰ ਰਾਕਸ਼ਸ ਲੱਗਦਾ, ਉਹ ਚਾਰ ਵੇਦ ਦਾ ਕਿਆ ਤਾ। ਉਹਦਾ ਭਾਈ ਜਿਹੜਾ ਹੈਗਾ, ਉਹ ਇਹਨਾਂ ਨਾਲ ਰਲ ਗਿਆ, ਉਹਨੂੰ ਪਾੜ ਲਿਆ ਇਹਨਾਂ ਨੇ, ਉਹ ਦੇਵਤਾ ਲੱਗਦਾ, ਜਿਹੜੀ ਉਹਨੇ ਗੱਦਾਰੀ ਕੀਤੀ ਆ। ਭਾਈ ਨਾ ਉਹ ਘਰ ਪਾਟੇ ਦੇ ਸਰਾਂ ਮਾਰਿਆ, ਘਰ ਇਹਨਾਂ ਨੇ ਉਹਨਾਂ ਦਾ ਪਾਠ ਕੇ ਤਾਂ ਰਾਵਣ ਨੂੰ ਮਾਰ ਸਕੇ ਨੇ। ਤੇ ਰਾਵਣ ਨਹੀਂ ਸੀ ਇਹਨਾਂ ਦੇ ਜਿੱਤ ਹੁੰਦਾ। ਘਰ ਪਾਲਣਾ ਧਰਮ ਹੈ, ਜੋੜਨਾ ਧਰਮ ਹੈ ਜਾਂ ਪਾਠ ਪਾਉਣਾ ਧਰਮ? ਜੇ ਰਾਵਣ ਨੇ ਵੀ ਘਰ ਪਾਠ ਪਾਇਆ, ਇਹ ਧਰਮ ਸੀ? ਧਰਮ ਜੋੜਦਾ ਤੋੜਦਾ ਨਹੀਂ ਹੈ। ਤੁਸੀਂ ਰਾਵਣ ਨੂੰ ਰਾਵਣ ਦਾ ਭਾਈ ਤੋੜਿਆ, ਜੋੜਿਆ ਨਹੀਂ ਹੈ। ਲਾਲਚ ਦਿੱਤਾ ਤੈਨੂੰ ਰਾਜ ਦੇਵਾਂਗੇ, ਪਿੱਛੋਂ ਭਵਿਕਸ਼ਣ ਨੂੰ ਰਾਜ ਦੇ ਕੇ ਆਏ। ਪੜਿਆ ਨਾ ਘਰ, ਧਰਮ ਏਦਾਂ ਨਹੀਂ ਹੁੰਦਾ, ਪਾੜਦਾ ਨਹੀਂ ਹੁੰਦਾ, ਜੋੜਦਾ ਹੁੰਦਾ। ਰਾਵਣ ਨਾਲ ਤਾਂ ਲੜਾਈ ਹੋਣ ਦੀ ਕੋਈ ਲੋੜ ਹੀ ਨਹੀਂ ਸੀ, ਕਰਨ ਦੀ ਲੋੜ ਹੀ ਨਹੀਂ ਸੀ ਇਹਨਾਂ ਨੂੰ। ਸੀਤਾ ਤਾਂ ਆਪਣੀ ਮਰਜ਼ੀ ਨਾਲ ਹੀ ਕਹੀ ਹੋਈ ਸੀ, ਫਿਰ ਵੀ ਤਾਂ ਭੇਜੀ ਇਹਨਾਂ ਨੇ ਘਰੋਂ ਲਿਆ ਕੇ, ਫਿਰ ਕਾਹਦੀ ਭੇਜਤੀ? ਕਾਰਨ ਇਹ ਨਹੀਂ ਸੀ ਜਿਹੜੇ ਕਹਿੰਦੇ ਨੇ। ਸੀਤਾ ਸਤੀ ਸੀ, ਕੋਈ ਦੋ ਰਾਵਣ ਨਹੀਂ। ਰਾਵਣ ਨੇ ਉਹਦੀ ਸਤੀ ਵਜੋਂ ਕਦਰ ਕੀਤੀ, ਇੱਜ਼ਤ ਕੀਤੀ, ਇਹ 'ਚ ਵੀ ਦੋ ਰਾਵਾਂ ਨਹੀਂ। ਜਾਣਦਾ ਸੀ ਸੀਤਾ ਕਿੰਨੀ ਅੱਗੇ ਲੰਘ ਚੁੱਕੀ ਭਗਤੀ 'ਚ, ਜਸਾਂ ਦੇ ਵਿੱਚ, ਆਪਣੇ ਗਿਆਨ ਦੇ ਵਿੱਚ, ਕਿ ਉਹਦਾ ਬਾਪ ਕੌਣ ਹੈ? ਜਨਕ ਰਾਜਾ।
ਗੁਰਬਾਣੀ ਵਿੱਚ ਜਨ ਕੌਣ ਹੈ? ਜਨ ਕਸੋਈ ਜਨ ਜਾਣਿਆ, ਬ੍ਰਹਮ ਗਿਆਨੀ ਦਾ ਨਾਂ ਜਨ ਕਾ, ਬ੍ਰਹਮ ਗਿਆਨੀ ਦੀ ਕੁੜੀ ਸੀ ਉਹ। ਉਹਨੂੰ ਮਨ ਰਸ ਧਰਿਆ, ਪਰ ਜੋ ਰਾਮ ਚੰਦਰ ਕੰਮ ਕਰ ਰਿਹਾ ਸੀ ਉਸ ਵਕਤ ਵੇਦ ਤੋਂ ਖਿਲਾਫ, ਉਹਦੇ ਨਾਲ ਸਹਿਮਤ ਨਹੀਂ ਸੀ, ਪਰ ਇੱਥੇ ਰੌਲਾ ਸੀ, ਵਿਚਾਰ ਤਰਕ ਫਰਕ ਸੀ। ਉਹਨਾਂ ਦੇ ਕਹਿਣੇ ਸੀ, ਪਰ ਸੀਤਾ ਦੇ ਬਾਪ ਦੀ ਇਹ ਸਿੱਖਿਆ ਨਹੀਂ ਸੀ। ਉਹਨੂੰ ਪਤਾ ਸੀ ਇਹ ਧਰਮ ਠੀਕ ਨਹੀਂ ਹੈ, ਅਸਲੀ ਨਹੀਂ ਹੈ। ਰਾਮ ਚੰਦਰ ਸਿਰਫ ਇੱਕ ਅਵਤਾਰ ਬਣਨ ਦੇ ਲਾਲਚ ਨੂੰ, ਸ਼ਰੀਕ ਖੁਦਾ ਬਣਨ ਦੇ ਲਾਲਚ ਨੂੰ, ਤੈਨੂੰ ਬਣਾ ਦਾਂਗੇ ਰਿਸ਼ੀ ਮੁਨੀ ਨੇ, ਉਹਨਾਂ ਨੇ ਵਾਅਦਾ ਕਰ ਲਿਆ, ਇਹ ਕੰਮ ਕਰ ਰਿਹਾ ਸੀ। ਅਵਤਾਰ ਡਿਕਲੇਅਰ ਕਰਤਾ ਉਹਨਾਂ ਨੇ, ਉਹਦੇ ਬਾਪ ਨੂੰ ਨਾ ਕਰਤਾ, ਉਹਦੇ ਬਾਬੇ ਦਾ ਦਾਦੇ ਦਾ ਨਾਮ ਗੁਰਬਾਣੀ 'ਚ ਹੈ। ਰਾਮ ਨੂੰ ਜ਼ਿਆਦਾ ਇੱਜ਼ਤ ਹੈ ਉਹਨਾਂ ਦੀ, ਗੁਰਬਾਣੀ 'ਚ ਰਾਮ ਦੀ ਇੱਜ਼ਤ ਹੈ ਨਹੀਂ ਗੁਰਬਾਣੀ 'ਚ ਹੈ ਕਿਤੇ। ਉਹਨਾਂ ਨੂੰ ਕਿਉਂ ਨਾ ਡਿਕਲੇਅਰ ਕੀਤਾ ਇਹਨਾਂ ਨੇ? ਕਿਉਂ? ਉਹ ਬ੍ਰਹਮ ਗਿਆਨੀ ਸੀ, ਵੇਦ ਵਾਲੇ ਸੀ। ਰਾਮ ਚੰਦਰ ਪਹਿਲਾਂ ਥੱਲੇ ਕਰਿਆ, ਪਹਿਲਾ ਰਾਜਾ, ਮਰਿਆਦਾ ਪੁਰਸ਼ੋਤਮ ਕਹਿੰਦੇ ਨੇ, ਮਰਿਆਦਾ ਚੱਲੀ ਰਾਮ ਚੰਦਰ ਤੇ, ਪਹਿਲਾਂ ਕੱਲੀ ਰਹਿਤ ਹੈ, ਪਹਿਲਾਂ ਕੱਲਾ ਵੇਦ ਹੈ। ਜਦੋਂ ਮਰਿਆਦਾ ਵੇਦ ਦੇ ਨਾਲ ਆਈ ਹੈ, ਰਹਿਤ ਦੇ ਨਾਲ ਜਦੋਂ ਮਰਿਆਦਾ ਆਈ ਹੈ, ਉਹ ਰਾਮ ਚੰਦਰ ਲੈ ਕੇ ਆਇਆ, ਮਰਿਆਦਾ ਪੁਰਸ਼ੋਤਮ ਉਹਦਾ ਨਾਂ ਹੈ। ਇਹ ਰੱਖ ਕੇ ਫਸ ਗਏ, ਨਾਂ ਤਾਂ ਰੱਖ ਬੈਠੇ, ਪ੍ਰਚਾਰ ਵੀ ਕਰ ਬੈਠੇ, ਹੁਣ ਫਸ ਗਏ, ਮੁਕਰ ਨਹੀਂ ਸਕਦੇ। ਜਿੰਨਾ ਪ੍ਰਚਾਰ ਕਰਦੇ ਹੁੰਦੇ, ਮੈਂ ਕਹਿੰਦਾ ਫਿਰ ਇਹਨਾਂ ਮੁਕਰ ਜਾਣਾ, ਅਸੀਂ ਤਾਂ ਬੰਦੇ ਹੀ ਨਹੀਂ। ਮਰਿਆਦਾ ਕੀ ਹੈ? ਮਰਿਆਦਾ ਸੱਚ ਤੋਂ ਘੇਰਨ ਵਾਲੀ ਚੀਜ਼ ਹੈ। ਮਰਿਆਦਾ ਨੇ ਤਾਂ ਖੇਰੂ ਖੇਰੂ ਕੀਤਾ, ਮਰਿਆਦਾ ਪਾੜਦੀ ਹੈ ਆਪਣੀ ਆਪਣੀ ਮਤ, ਆਪਣੀ ਆਪਣੀ ਮਰਿਆਦਾ, ਆਪਣੀ ਆਪਣੀ ਮਰਜ਼ੀ। ਤੁਸੀਂ ਜਿੰਨਾ ਕੁ ਮਰਜ਼ੀ ਧਰਮ ਨੂੰ ਆਪਣਾ ਨਰਮ ਕਰ ਲਓ, ਜਿਹੋ ਜਿਹਾ ਮਰਜ਼ੀ ਤਰੀਕਾ ਅਪਣਾ ਲਓ, ਤੁਹਾਨੂੰ ਛੂਟ ਹੈ ਮਰਿਆਦਾ ਵਿੱਚ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰ ਲਓ। ਜੇ ਧਰਮ ਦੇ ਵਿੱਚ ਤੁਹਾਨੂੰ ਚੰਗਾ ਲੱਗਣ ਵਾਲੇ ਦੀ ਛੂਟ ਹੋ ਗਈ, ਫਿਰ ਆਪਣੀ ਆਪਣੀ ਮਰਜ਼ੀ, ਉਹ ਖੇਰੂ ਖੇਰੂ ਹੋ ਗਿਆ। ਇਸ ਕਰਕੇ ਸੰਤ ਸਮੂਹ ਅਨੇਕਮਤੀ, ਅਨੇਕਾਂ ਮਤਾਂ ਹੋਣ ਗਈਆਂ, ਇੱਕ ਤੇ ਇੱਕ ਮਤ ਰਹੇ ਹੀ ਨਾ, ਜਾਂ ਮਤ ਇੱਕ ਨਹੀਂ ਰਿਹਾ, ਓਪੀਨੀਅਨ ਇੱਕ ਨਹੀਂ ਰਹੀ, ਖੇਰੂ ਖੇਰੂ ਹਿੰਦੁਸਤਾਨ ਗੁਲਾਮ ਹੋਇਆ। ਉਹਦਾ ਨਤੀਜਾ ਸੀ ਇੰਡੀਆ ਦਾ ਗੁਲਾਮ ਹੋਣਾ। ਵੇਦ ਤੋਂ ਥੱਲੇ ਆ ਗਏ, ਸਿਮਰਤ ਸ਼ਾਸਤਰ ਲੈ ਲਏ, ਰਿਸ਼ੀ ਮੁਨੀ ਦੀ ਗੱਲ ਮੰਨ ਲਈ, ਰਿਸ਼ੀ ਮੁਨੀ ਆਪ ਇੱਕ ਦੂਏ ਨਾਲ ਖਿਲਾਫ ਨੇ, ਲੜਦੇ ਨੇ, ਪੁਰਾਣ ਲਿਖੇ, ਸ਼ਿਵ ਪੁਰਾਣ ਉਹਨਾਂ ਨੂੰ ਪੜ੍ਹਦਾ, ਉਹ ਉਹਨਾਂ ਨੂੰ ਪੜ੍ਹਦੇ ਨੇ, ਬੁਰਾ ਕਹਿੰਦੇ ਨੇ। 1200 ਸਾਲ ਤੇ ਸੁਲਾਹ ਕੀਤੀ, ਤੇ ਮੁਸਲਮਾਨ ਆ ਗਏ, ਮੁਸਲਮਾਨ ਤਾਂ ਇਹਨਾਂ ਤੇ ਆਪ ਹੈ, ਆਪਸ ਵਿੱਚ ਲੜਾਈ ਸੀ ਇਹਨਾਂ ਦੀ। ਖੱਟਿਆ ਕੀ? ਗੁਲਾਮੀ, ਉਹ ਚੋਂ ਗੁਲਾਮੀ ਖੱਟੀ, ਬਹੁਤ ਦੇਰ ਗੁਲਾਮ ਰਹੇ ਅੰਗਰੇਜ਼ਾਂ ਨੇ ਕਰ ਲਏ ਮੁਸਲਮਾਨਾਂ ਤੇ, ਉਹਦੇ ਬਾਅਦ ਪਰਮੇਸ਼ਰ ਨੇ ਫਿਰ ਕਰਵਟ ਮਿਹਰ ਕੀਤੀ, ਗੁਰੂ ਨਾਨਕ ਨੂੰ ਭੇਜਿਆ, ਕਬੀਰਾਂ ਨੂੰ ਭੇਜਿਆ ਇਹਨਾਂ ਨੇ, ਖਤਮ। ਗੁਲਾਮੀ ਕਬੂਲ ਕਰ ਲਈ, ਵੇਦ ਤੇ ਉਹਨੇ ਕਬੂਲ ਨਹੀਂ ਕੀਤਾ,
ਆਪਣੀ ਚੌਧਰ ਨਹੀਂ ਛੱਡੀ, ਏਕਤਾ ਨਹੀਂ ਕੀਤੀ। ਕੱਲੇ ਕੱਲੇ ਮੰਦਰ ਚ ਗਏ, ਸਾਰਿਆਂ ਨੂੰ ਸਮਝਾਇਆ, ਨਹੀਂ ਮੰਨੇ, ਸਗੋਂ ਵਿਰੋਧ ਚ ਖੜੇ ਹੋ ਗਏ। ਸ੍ਰੀ ਚੰਦ ਪਾੜ ਲਿਆ ਜੋਗੀਆਂ ਨੇ, ਜੱਟਾਂ ਨੇ ਖਾਤੀ ਵੀ ਅੱਗਾ ਬੰਦ ਕਰ ਦਾਂਗੇ। ਚਲੋ ਅੰਗਦ ਦੇਵ ਜੀ ਆ ਗਏ, ਦੂਏ ਆ ਗਏ, ਧੀਏ ਸਭ ਵਿਰੋਧ ਕੀਤਾ, ਜੰਗਾਂ ਹੋਈਆਂ। ਪਿੱਛੇ ਕੀ ਹੋਇਆ ਸਭ ਪਤਾ ਕਿ ਇਹ ਧਰਮ ਅਸੀਂ ਗਾਹਾਂ ਸੱਚ ਧਰਮ ਪੈਦਾ ਹੀ ਨਹੀਂ ਹੋਣ ਦੇਣਾ, ਬੇਧਰਮ ਨਹੀਂ ਹੋਣ ਦੇਣਾ। ਹੁਣ ਤੱਕ ਦੀ ਲੜਾਈ ਦਾ ਸਿੱਟਾ ਇਹ ਸੀ। ਫਿਰ ਗੁਰਦੁਆਰਿਆਂ ਦੇ ਵਿੱਚ ਵੜ ਕੇ ਇਹਨਾਂ ਨੇ ਆਪਣੇ ਆਪ ਹੀ ਵੜ ਕੇ ਧਰਮ ਹੀ ਮਿਟਾ ਦਿੱਤਾ। ਹੁਣ ਫਿਰ ਪਰਮੇਸ਼ਰ ਨੇ ਪ੍ਰਗਟ ਕਰਤਾ, ਹੁਣ ਇੱਤੀ ਮਾਰ ਪਈ ਕੁਰਲਾ ਨੇ, ਤੈਂ ਕੀ ਦਰਦ ਨਾ ਆਇਆ। ਮਾਰ ਫਿਰ ਸ਼ੁਰੂ ਹੋ ਗਈ। ਡੰਗ ਪਹਿਲਾਂ ਵੀ ਬਹੁਤ ਚੱਲੀ ਸੀ ਇਹਨਾਂ ਤੇ, ਬੜੇ ਤੀਰ ਚੱਲੇ ਸੀ, ਬਾਣੀ ਦੇ ਬਾਣ ਚੱਲੇ ਸੀ, ਕਾਇਲ ਕਰਕੇ ਰੱਖਦੇ ਸੀ। ਚੱਡੀ ਦੀ ਵਾਰ ਚ ਇਹੀ ਕੁਛ ਹੋਇਆ ਸੀ, ਇਹੀ ਕੁਛ ਹੁੰਦਾ ਹੁੰਦਾ। ਗਗਨ ਦਾ ਮਾਮਾ ਵੱਜਦਾ, ਫਿਰ ਉਹ ਕਹਿੰਦੇ ਨੇ ਜੇ ਸਾਡੇ ਆਉਣਾ ਨਾ ਸਾਡੇ ਨੇੜੇ, ਸਿਰ ਤਾਂ ਤਲੀ ਗਲੀ ਮੋਰੀ ਆਓ। ਇਹ ਤੇ ਅਹੰਕਾਰੀਆਂ ਨਾਲ ਦੋ ਦੋ ਹੱਥ ਕਰਨੇ ਨੇ, ਜਿਹਨੂੰ ਡਰ ਲੱਗਦਾ ਆਪਣੇ ਘਰੇ ਬੈਠੋ। ਇੱਥੇ ਜੰਮਣ ਵਾਲਣ ਦਾ ਭਰਮ ਦੂਰ ਹੋਣਾ, ਜਿਹਨ ਕਰਨਾ ਆ ਜਾਓ, ਨਹੀਂ ਕਰਨਾ ਆਪਣੇ ਘਰੇ ਬੈਠੋ। ਇੱਥੇ ਜੀਵਨ ਮੁਕਤੀ ਮਿਲਣੀ ਹੈ, ਜਿਹਨੇ ਲੈਣੀ ਆ ਜਾਓ, ਜਿਹਨੂੰ ਲੋੜ ਨਹੀਂ ਆਪਣੇ ਘਰੇ ਬੈਠੋ। ਇਹ ਜੀਵਨ ਮੁਕਤੀ ਕੋਈ ਦਿੰਦਾ? ਜੀਵਨ ਮੁਕਤੀ ਦੀਆਂ ਗੱਲਾਂ ਕਰਦੇ ਨੇ, ਦੱਸੋ ਕਿਤੇ ਕੋਈ ਜੀਵਨ ਮੁਕਤੀ ਹੈ? ਜਿਹੜੇ ਖਾਲਸਾ ਜੀਵਨ ਮੁਕਤ ਹੁੰਦਾ, ਜਿਹੜੇ ਖਾਲਸਾ ਨੂੰ ਜੀਵਨ ਮੁਕਤੀ ਸਾਬਤ ਕਰੇ ਕਿਹਦੇ ਕੋਲ? ਨਵਾਂ ਰਾਈਫਲ ਤੋਂ ਖਾਲਸਾ ਹਰੇਕ ਦੇ, ਕੋਈ ਮਜ਼ਾਕ ਦੀ ਗੱਲ ਹੈ? ਵਿਸ਼ਵਾਸ ਗੁਰਬਾਣੀ ਤਾਂ ਤੁਹਾਨੂੰ ਹੈ ਨਹੀਂ, ਭਰੋਸਾ ਹੁਕਮ ਤੇ ਹੈ ਨਹੀਂ। ਕਿਹੜੇ ਹਿਸਾਬ ਨਾਲ ਤੁਸੀਂ ਕਹੀ ਜਾਂਦੇ ਖਾਲਸਾ? ਹੁਕਮ ਦੀ ਪਤਾ ਹੀ ਨਹੀਂ, ਗੁਰਬਾਣੀ ਦੀ ਸੋਚੀ ਨਹੀਂ, ਕੰਮ ਕੋਈ ਸਿੱਖੀ ਵਾਲਾ ਨਹੀਂ, ਬੋਲਣਾ ਤਾਂ ਖਾਲਸੇ ਦਾ। ਖਾਲਿਸਤਾਨ ਬਣਾਉਣਾ ਅਸੀਂ, ਲੈ ਦੱਸ, ਪਹਿਲਾਂ ਆਪਣੇ ਅੰਦਰ ਤਾਂ ਬਣਾ ਲਓ, ਖਾਲਿਸਤਾਨ ਬਾਹਰ ਫੇਰ ਬਣਾ ਲਿਓ। ਆਪਣੇ ਅੰਦਰ ਪਹਿਲਾਂ ਬਣਾ ਲਓ, ਸੱਚ ਪਾਕ ਪਹਿਲਾਂ ਅੰਦਰ ਨੂੰ ਬਣਾ ਲਓ, ਪਾਕਿਸਤਾਨ ਫੇਰ ਬਣਾ ਲਿਓ, ਖਾਲਸਾ ਅੰਦਰ ਬਣਾ ਲਓ ਪਹਿਲਾਂ। ਸੁੱਚੇ ਹੋ ਜਾਓ, ਆਪ ਸੁੱਚਾ ਹੋਏ ਬੈਠੇ, ਪਹਿਲਾਂ ਅੰਦਰ ਤਾਂ ਸ਼ੁੱਧ ਕਰ ਲਓ, ਖਾਲਿਸਤਾਨ ਆਪੇ ਬਣ ਜਾਓ। ਅੰਦਰ ਸ਼ੁੱਧ ਹੋ ਗਿਆ, ਖਾਲਿਸਤਾਨ ਪਹਿਲਾਂ ਅੰਦਰ ਬਣੂ, ਫਿਰ ਬਾਹਰ ਦੀ ਗੱਲ ਕਰ ਲਿਓ। ਬਾਹਰ ਬਣਾਉਣਾ, ਬਾਹਰ ਲਿਆਂ ਦੀ ਮਰਜ਼ੀ ਨਾਲ ਬਣੂਗਾ, ਤੁਹਾਡੀ ਮਰਜ਼ੀ ਨਾਲ ਨਹੀਂ ਬਣਦਾ। ਬਾਹਰ ਕਿਹੋ ਜਿਹਾ ਬਣਾਉਣਾ, ਬਾਹਰ ਲਿਆਂ ਦੀ ਮਰਜ਼ੀ ਹੁੰਦੀ ਹੈ, ਤੇਰੀ ਮਰਜ਼ੀ ਨਾਲ ਨਹੀਂ ਬਣਨਾ। ਜੇ ਤੇਰੀ ਉਹਦੀ ਮਰਜ਼ੀ ਨਾਲ ਬਣਦਾ, ਗੁਰੂ ਨਾਨਕ ਬਣਾ ਜਾਂਦਾ, ਕਬੀਰ ਇਕੱਲਾ ਹੀ ਬਣਾ ਜਾਂਦਾ ਖਾਲਿਸਤਾਨ।
ਜੇ ਉਹਨਾਂ ਦੇ ਨਹੀਂ ਬਣੇ ਤੁਸੀਂ ਬਣਾ ਦਿਓ, ਦਸਮ ਪਾਤਸ਼ਾਹ ਬਣਾ ਜਾਂਦੇ ਖਾਲਿਸਤਾਨ, ਇਹ ਬਣਾ ਦੇਣਗੇ। ਗੱਲਾਂ ਕੀ ਕਰਦੇ ਨੇ, ਧਰਮ ਦਾ ਪਤਾ ਹੀ ਨਹੀਂ ਕੀ ਹੁੰਦਾ, ਕੋਈ ਸਟੱਡੀ ਨਹੀਂ, ਧਰਮ ਦਾ ਗਿਆਨ ਨਹੀਂ, ਕੁਛ ਲੈਣ ਨਹੀਂ, ਕੁਛ ਦੇਣ ਨਹੀਂ, ਡੇੜੇ ਦੀ ਵੀ ਨਹੀਂ ਲੰਘੇ ਹੋਏ ਧਰਮ ਦੇ, ਦਾੜੀ ਰੱਖ ਲਈ ਕਿਸ ਤਰ੍ਹਾਂ ਹੋ ਗਏ ਸਿੱਖ, ਚਾਰ ਜੇ ਕਾਤਰਾ ਪਾ ਲਿਆ ਫਿਰ ਤਾਂ ਗੱਲ ਹੀ ਕੁਛ ਨਹੀਂ। ਮਜ਼ਾਕ ਬਣਾ ਲਿਆ ਤੁਸੀਂ, ਖੇਰੂ ਖੇਰੂ ਸਭ ਕਿਉਂ, ਮਰਿਆਦਾ ਆ ਗਈ, ਮਰਿਆਦਾ ਪੁਰਸ਼ੋਤਮ ਨੇ, ਜਿਵੇਂ ਹਿੰਦੂ ਖੇਰੂ ਖੇਰੂ ਕੀਤਾ ਤੇ ਐਵੇਂ ਸੰਗਤ ਖੇਰੂ ਖੇਰੂ ਕਰਤੀ ਗੁਰੂ ਗੁਰੂ ਵਾਲੀ, ਐਸੀ ਰਹਿਤ ਦੇ ਨਾਲ ਮਰਿਆਦਾ ਲਾਈ, ਗੁਰਦੁਆਰੇ ਬਣਾਏ, ਜਿਵੇਂ ਉਹ ਖੇਰੂ ਖੇਰੂ ਹੋਏ ਤਾਂ ਹਿੰਦੂ ਐ ਇਹ ਖੜਾ ਉੱਤੇ, ਉਹ ਕਹਿੰਦੇ ਇਹਨਾਂ ਦੀ ਏਕਤਾ ਸਾਡੀ ਹੈ ਨਹੀਂ, ਕਦੇ ਸਾਰਿਆਂ ਨੂੰ ਸਿੱਖ ਨਾ ਬਣਾ ਲੈਣ, ਉਹਨਾਂ ਨੂੰ ਇਹ ਖਤਰਾ ਸੀ। ਹਿੰਦੂ ਜਾ ਬਣੋ ਇਹਨਾਂ ਚ, ਇਹਨਾਂ ਨੂੰ ਹਿੰਦੂ ਬਣਾ ਦੋ, ਸਾਰੇ ਪਲਾਨ ਬਣਾ ਕੇ ਜਿਹੜੇ ਸ੍ਰੀ ਚੰਦ ਨਾਲ ਸੀ, ਗੁਰੂ ਘਰ ਤੋਂ ਖਿਲਾਫ ਸੀ, ਅੱਧ ਵਿਚਾਲੇ ਆ ਗਏ ਤੇ ਨਾ ਸਿੱਖ ਨਾ ਹਿੰਦੂ ਨਾ ਮੁਸਲਮਾਨ, ਤੇ ਉਹ ਮੁਸਲਮਾਨ ਤਾਂ ਮੁਸਲਮਾਨ ਸੀ ਨਾ ਜੋਗੀ, ਉਹ ਸਾਰਿਆਂ ਨੇ ਮਿਲ ਕੇ ਦੋਏ ਧੜਿਆਂ ਨੇ, ਇੱਕ ਯੋਗੀਆਂ ਦਾ ਜੋ ਧਰਮ ਨੇ, ਦੋ ਗੁਰੂ ਨੇ, ਇੱਕ ਮੀਣਿਆਂ ਦਾ, ਇੱਕ ਜੋ ਇੱਕ ਬੇਦੀਆਂ ਦਾ, ਇੱਕ ਸੋਢੀਆਂ ਦਾ, ਦੋਹਾਂ ਦੇ ਕਹਿ ਲਓ, ਇੱਕ ਬੇਦੀਆਂ ਦਾ, ਇੱਕ ਸੋਢੀਆਂ ਦਾ, ਦੋਹਾਂ ਧੜਿਆਂ ਦੇ ਬੰਦਿਆਂ ਜਿਹੜੇ ਚੇਲੇ ਸੀ ਉਹਨੇ ਆਈ ਸੀ ਪਬਲਿਕ ਦੇ ਵਿੱਚ, ਸੋਢੀ ਜਿਹੜੇ ਘਰੋਂ ਗੁੱਸੇ ਹੋਏ ਉਹਨਾਂ ਨੇ ਜੁੜੇ ਸੋਢੀਆਂ ਨੇ ਬੰਦੇ ਸੰਗਤ ਬਾਅਦ ਵਾਲੀ, ਗੁਰੂ ਵਾਲੀ ਤਾਂ ਚਲੀ ਗਈ ਨਾ, ਗੁਰੂਆਂ ਨੂੰ ਗੁੱਸੇ ਜਿਹੜੀ ਸੰਗਤ ਸੀ ਉਹ ਤੁਹਾਡੇ ਉਹ ਸੋਹਣੀਆਂ ਦੀ ਸੰਗਤ ਕਹਾਉਂਦੀ ਸੀ ਸਾਰੀ, ਇੱਥੇ ਵੀ ਸੰਗਤ ਪੁਰਾਣਾ ਸੋਹਣੀਆਂ ਹੈਗਾ, ਆ ਉਹ ਜਿਹੜੀ ਸੰਗਤ ਹੈ ਸਾਰੀ, ਉਹ ਤਾਂ ਉਹਦੇ ਵੱਲੋਂ ਤਾਂ ਲਿਖਿਆ ਹੋਇਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਾਣਨ ਹੋ, ਉਹਨਾਂ ਵੱਲੋਂ ਲਿਖਿਆ ਹੋਇਆ ਰੇਤ ਹਰ ਘਰ ਰੋੜਾਂ ਦੀ ਗੁਰਗਰੀ ਵਿਛਾਈ, ਉਹ ਜੋਗੀਆਂ ਵੱਲੋਂ ਹੈ, ਗੁਰੂ ਨਾਨਕ ਦੇਵ ਕਹਿੰਦੇ ਇਹੋ ਜਿਹਾ ਸੀ, ਉਹ ਕਹਿੰਦੇ ਇਹੋ ਜਿਹਾ ਸੀ, ਚੱਲ ਦੋਹਾਂ ਦਾ ਹੀ ਮਨਜ਼ੂਰ ਹੈ, ਠੀਕ ਹੈ, ਦੋਏ ਨਿਸ਼ਾਨ ਨੇ ਉੱਥੇ, ਇੱਕ ਬੇਦੀਆਂ ਦਾ, ਇੱਕ ਸੋਢੀਆਂ ਦਾ, ਲਾਉਂਦੇ ਨੇ ਦੋ ਨਿਸ਼ਾਨ ਦਸਮ ਛੇਵੇਂ ਪਾਤਸ਼ਾਹ ਦੇ ਨਾਲ, ਕਿਉਂ ਬਈ ਛੇਵੇਂ ਪਾਤਸ਼ਾਹ ਦੇ ਜੇ ਦੋ ਨਿਸ਼ਾਨ ਹੁੰਦੇ ਸਾਰੇ ਗੁਰਦੁਆਰੇ ਦੋਏ ਦੋ ਹੁੰਦੇ, ਇੱਥੇ ਹੀ ਕਹਿੰਦੇ ਨੇ ਦੋ, ਹੋਰ ਜਗ੍ਹਾ ਦੋ ਕਿਉਂ ਨਹੀਂ, ਤਾਂ ਮੀਰੀ ਪੀਰੀ ਇੱਥੇ ਹੀ ਆ, ਹੋਰ ਕਿਤੇ ਨਹੀਂ, ਹੋਰ ਨਹੀਂ ਕਿਤੇ ਕਿਸੇ ਗੁਰਦੁਆਰੇ ਨਾਲ ਸੰਬੰਧ ਨਹੀਂ ਮੀਰੀ ਪੀਰੀ ਦਾ, ਇਸੇ ਨਾਲ ਇਕੱਲੇ ਨਾਲ ਫਰੋਡ ਕਰਨ ਵੇਲੇ ਜਿਹੜਾ ਆਲੇ ਦੁਆਲੇ ਦੇਖ ਲਈਦਾ ਹੁੰਦਾ, ਇੱਕ ਹੋਰ ਵੀ ਅਕਲ ਵਾਲਾ ਬੰਦਾ ਹੈਗਾ ਜਿਹੜਾ ਫਰੋਡ ਫੜ ਲੂਗਾ, ਨਿਸ਼ਾਨ ਨੇ ਬੇਦੀਆਂ ਦੇ ਗੁਰੂ ਨਾਨਕ ਦੇ ਨੂੰ ਤਾਂ ਇੱਕ ਤਾਂ ਗੁਰੂ ਨਾਨਕ ਦਾ ਨਿਸ਼ਾਨ ਵੱਡਾ ਹੈ, ਉੱਚਾ ਹੈ, ਤੇ ਉਹ ਤੋਂ ਗੱਦੀ ਸੋਢੀਆਂ ਨੂੰ ਮਿਲੀ, ਇਹਨਾਂ ਦਾ ਥੋੜ੍ਹਾ ਜਿਹਾ ਨਹੀਂ,
ਇਸ ਕਰਕੇ ਉਹਦੇ ਸ੍ਰੀ ਚੰਦ ਨੂੰ ਕਬਜ਼ਾ ਮਿਲਿਆ ਉਹਦਾ, ਜਿਹੜਾ ਉੱਥੇ ਬੈਠਾ ਹੈ ਲਿਆਂਦਾ ਸਾਹਿਬ ਸੰਬੇਦੀ, ਉਹਨੇ ਆਪਣਾ ਨਿਸ਼ਾਨ ਉੱਚਾ ਲੋਇਆ। ਅਸੀਂ ਬੜੇ ਹਾਂ ਨਾਨਕ ਪਹਿਲਾਂ, ਮੈਂ ਚੱਲ ਲਾ ਲਓ, ਉਹ ਵੀ ਤਾਂ ਨਾਨਕ ਨੂੰ ਮੰਨਦੇ ਹੀ ਨੇ, ਸਾਰੇ ਗੁਰੂ ਨਾਨਕ ਨੂੰ ਮੰਨਦੇ ਨੇ, ਤੁਹਾਡੇ ਜਿੰਨੀ ਬਾਣੀ ਹੈ, ਤੁਹਾਡਾ ਨਿਸ਼ਾਨ ਸਾਡੇ ਨਾਨਕ ਦਾ ਨਾਮ ਬੜਾ ਉੱਚਾ, ਉਹ ਨਾਨਕ ਦਾ ਦੂਆ ਥੋੜ੍ਹੀ ਆਉਂਦਾ। ਨਿਸ਼ਾਨ ਤਾਂ ਨੇ ਦੋ, ਇਹ ਵਿਚਾਰਧਾਰਾ ਵੀ ਦੋ ਨੇ, ਰੇ ਤਾਂ ਕਾਹਰ ਵਾਲੀ ਹੈ ਵੱਡੇ ਵਾਲੀ, ਉਹ ਦੂਜੀ ਹੈਗੀ ਸਤਿਗੁਰ ਨਾਨਕ ਪੜ ਗਿਆ ਮਿੱਟੀ ਤੋਂ ਜਗ ਚਾਲੂ। ਹੁਣ ਉਹਦਾ ਜਵਾਬ ਹੈ ਨੀ ਇਹਨਾਂ ਕੋਲ, ਉਹ ਜੀ ਦੋਵੇਂ ਨਿਸ਼ਾਨ ਲਾਏ ਛੇਵੇਂ ਪਾਤਸ਼ਾਹ ਨੇ, ਵਾਹ ਬਈ ਵਾਹ, ਅਨੰਦਪੁਰ ਸਾਹਿਬ ਕਿਉਂ ਨੀ ਦੋ? ਉਹ ਨਾਨਕ ਨੂੰ ਨੀ ਮੰਨਦੇ, ਉਹ ਨਾਨਕ ਨੂੰ ਮੰਨਦੇ ਨੀ, ਜਾਂ ਮੇਰੀ ਉਹ ਉੱਥੇ ਦਾ ਖਾਲਸਾ ਸਜਾਇਆ ਉੱਥੇ, ਫਿਰ ਛੱਡਤਾ, ਫਿਰ ਖਾਲਿਸਤਾਨ ਕਾਹਦੇ ਬਣਾਉਣੇ, ਉੱਥੇ ਪੀਰੀ ਮੀਰੀ ਛੱਡਤੀ। ਦੂਈ ਤਲਵਾਰ ਕਦ ਲਾਹੀ, ਕਿਹਨੇ ਲਾਹੀ, ਕਿਵੇਂ ਲਾਹੀ, ਕਿਉਂ ਲਾਹੀ, ਹਰੇਕ ਗੁਰੂ ਦੇ ਦੋ ਕਿਉਂ ਨੀ ਤਲਵਾਰਾਂ? ਇਹਦਾ ਮਤਲਬ ਪੀਰੀ ਮੀਰੀ ਉਹਨਾਂ ਦਾ ਮਿਸ਼ਨ ਸੀ, ਬਾਕੀ ਛੱਡਤਾ। ਨਹੀਂ ਹੁਣ ਤੱਕ ਵੀ ਦੋਏ ਹੁੰਦੀਆਂ, ਦੋਈ ਕਿੱਥੇ ਗਈ? ਕਿਉਂ ਲਾਹੀ? ਜੇ ਲਾਹੀ ਤਾਂ ਇੱਕ ਚੀਜ਼ ਛੱਡਤੀ, ਪੀਲੀ ਛੱਡਤੀ, ਅਮੀਰੀ ਛੱਡਤੀ। ਪੀਲੀ ਦੀ ਤਲਵਾਰ ਤਾਂ ਪਾਈ ਛੱਡੀ ਜਾ ਨਹੀਂ ਸਕਦੀ, ਥੋੜੀ ਛੱਡੀ ਹੋਈ ਹੈ, ਮੀਰੀ ਦੀ ਛੱਡੀ ਜਾ ਸਕਦੀ ਹੈ। ਪੀਲੀ ਦੀ ਤਲਵਾਰ ਗੁਰੂ ਨਾਨਕ ਨੇ ਲੈਣੇ ਨੂੰ ਦਿੱਤੀ ਹੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾ ਕੋਈ ਜੀਤ ਹੈ, ਦਿੱਤੀਆਂ ਨਾ ਲੈਣੇ ਨੂੰ ਗਾਹ ਦਿੱਤੀਆਂ, ਗਿਆਨ ਖੜਗ ਜਿਹਨੇ ਮਨ ਜਿੱਤਿਆ ਲੈ ਮਨ ਸੁਰੂ ਜਾ, ਤੇ 6 ਮਹੀਨੇ ਖੋਲ ਹੋਈ ਪਾਲੀ, ਦੂਈ ਦੋ ਹੋ ਗਈਆਂ, ਇੱਕ ਬਾਹਰ ਲਈ ਇੱਕ ਅੰਦਰ ਲਈ, ਇੱਕ ਪ੍ਰਲੋਕ ਸਮਾਨ ਵਾਲੀ ਕਾ ਲੋਕ ਸਮਾਨ ਵਾਲੀ, ਲੋਕ ਪ੍ਰਲੋਕ ਦੀਆਂ ਤਲਵਾਰਾਂ ਨੇ ਦੋ, ਉਹ ਤਾਂ ਲੋਕ ਪ੍ਰਲੋਕ ਦੀਆਂ ਨੇ, ਨਿਸ਼ਾਨ ਲੋਕ ਪ੍ਰਲੋਕ ਦੇ ਨੇ ਦੋਏ, ਇਹ ਦੱਸੋ ਪਰਲੋਕ ਦਾ ਬੜਾ ਕਿ ਇਸ ਲੋਕ ਦਾ ਬੜਾ, ਫਿਰ ਇਹ ਦੱਸੋ ਨਿਸ਼ਾਨ ਪਰਲੋਕ ਦਾ ਬੜਾ ਇਸ ਲੋਕ ਦਾ ਬੜਾ? ਫਿਰ ਲੋਕ ਪਰਲੋਕ ਨਾਨਕ ਬਣਦਾ ਸੀ, ਬਾਕੀ ਛੱਡਦਾ ਸੀ 10 ਪਾਤਸ਼ਾਹ ਨੇ, ਉੱਥੇ ਇੱਕ ਨਿਸ਼ਾਨ ਕਿਉਂ ਰਹਿ ਗਿਆ? ਬਾਕੀ ਗੁਰਦੁਆਰੇ ਚ ਪਰਲੋਕ ਬਿਰਫ ਕੀਤਾ ਹੋਇਆ, ਉੱਥੇ ਨੀ ਹੈ? ਜੇ ਉੱਥੇ ਹੈ ਨੀ ਤਾਂ ਇਹਦਾ ਕੋਈ ਕਨੈਕਸ਼ਨ ਨੀ ਉਹਨਾਂ ਨਾਲ, ਉੱਪਰ ਸਰਦਾ ਕੋਈ ਕਨੈਕਸ਼ਨ ਨੀ ਦੋਆਂ ਨਾਲ, ਉੱਥੇ ਇੱਕ ਨਿਸ਼ਾਨ ਇੱਥੇ ਦੋ ਨੇ, ਕਨੈਕਸ਼ਨ ਸਾਬਤ ਕਰੋ। ਨਹੀਂ ਮੈਂ ਕਹਿੰਦਾ ਕੋਈ ਕਨੈਕਸ਼ਨ ਨੀ ਸਿੱਖੀ ਨਾ, ਦੋ ਨਿਸ਼ਾਨ ਕਿਉਂ ਨੇ ਇੱਥੇ? ਜਿਹੜੇ ਅੰਮ੍ਰਿਤਸਰ ਨਾਲ ਅਟੈਚ ਨੇ, ਅਕਾਲ ਤਖ਼ਤ ਮੰਨਦੇ ਨੇ, ਉਹ ਜਵਾਬ ਦੇਣ ਦੋ ਨਿਸ਼ਾਨ ਕਿਉਂ ਨੇ, ਹੋਰ ਜਗ੍ਹਾ ਦੋ ਕਿਉਂ ਨੀ? ਬੀੜੀ ਬੀੜੀ ਤਲਵਾਰ ਕਦ ਲਾਹੀ, ਕਿਉਂ ਲਾਹੀ ਦੂਈ? ਕੀ ਬੀੜੀ ਬੀੜੀ ਤਿਆਗਤੀ ਵੀ ਇਕੱਠੀਆਂ ਦੇਖਣੀਆਂ? ਉੱਥੇ
ਇਹਦਾ ਸਪਸ਼ਟੀਕਰਨ ਦੇ ਕੇ ਫਿਰ ਖਾਲਿਸਤਾਨ ਦੀ ਗੱਲ ਕਰਿਓ, ਫਿਰ ਮੀਰੀ ਪੀਰੀ ਦੀ ਗੱਲ ਕਰਿਓ, ਪਹਿਲਾਂ ਤਾਂ ਸਪਸ਼ਟੀਕਰਨ ਦਿਓ। ਸਪਸ਼ਟੀਕਰਨ ਤੁਸੀਂ ਕਹਿੰਦੇ ਰਹੋ ਨਾ ਸਾਡੀਆਂ ਮੀਰੀ ਪੀਰੀ ਇਕੱਠੀਆਂ ਨੇ, ਕੋਰਟਾਂ ਨੂੰ ਤੁਹਾਨੂੰ ਸਾਡੇ ਤੇ ਲਾਗੂ ਨਹੀਂ, ਤੁਹਾਡੇ ਤੇ ਲਾਗੂ ਕਿਉਂ ਨਹੀਂ, ਕਿਉਂ ਨਹੀਂ ਲਾਗੂ? ਤਬੋ ਰਾਜ ਰਾਜ ਉਹਨਾਂ ਕੋਲ ਬੋਲੀ ਕਹਿੰਦੀ ਹੈ, ਕੋਈ ਧਰਮ ਨਹੀਂ ਕਹਿੰਦਾ। ਦੂਏ ਧਰਮ ਗਏ ਨੇ ਰਾਜ ਵੱਲ ਨੂੰ ਸਾਰੇ ਸਾਰੇ, ਉਹ ਤਾਂ ਮਾਇਆ ਧਾਰੀ ਧਰਮ ਨੇ ਖੋਟੇ ਨੇ, ਦਿਸ਼ਾਹੀਨ ਹੋਏ ਨੇ। ਉਹਨਾਂ ਨੇ ਮਾਇਆ ਦੇ ਜ਼ੋਰ ਨਾਲ, ਤਲਵਾਰ ਦੇ ਜ਼ੋਰ ਨਾਲ ਲੋਕਾਂ ਨੂੰ ਕਨਵਰਟ ਕਰਨਾ ਚਾਹਿਆ। ਇੱਕ ਤਾਂ ਕਨਵਰਟ ਕਰੀਦਾ ਹੁੰਦਾ, ਇੱਕ ਧਰਮੀ ਬਣਾਈਦਾ ਹੁੰਦਾ। ਇਹ ਕਨਵਰਟ ਕਰਦੇ ਨੇ ਮਤਾਂ ਵਾਲੇ, ਮੁਸਲਮਾਨ ਨਹੀਂ ਬਣਾਏ ਉਹਨਾਂ ਨੇ, ਕਨਵਰਟ ਕੀਤੇ ਨੇ। ਇਹਨੂੰ ਨਾ ਮੰਨੋ, ਇਹਨੂੰ ਮੰਨੋ, ਬਸ ਉਹਦੇ ਮੋਟਾ ਕੀ ਹੈ? ਮੋਟਾ ਕੀ ਹੈ? ਮੂਰਤੀ ਪੂਜਾ ਨਹੀਂ ਕਰਨਾ, ਜਾਤ ਪਾਤ ਨਹੀਂ ਮੰਨਣਾ, ਇਕੱਠੇ ਬੈਠ ਕੇ ਖਾਣਾ, ਉਹ ਕਰਨਾ ਉਹ ਕਰਨਾ, ਤੁਸੀਂ ਫੇਰੇ ਨਹੀਂ ਕਰਨੇ, ਨਿਕਾਹ ਕਰਨੇ ਨੇ, ਆਹ ਨਹੀਂ ਪੜ੍ਹਨਾ ਤੁਸੀਂ, ਇਹਨਾਂ ਵਾਲੀ ਤੁਸੀਂ ਆਪਣਾ ਪੂਜਾ ਨਹੀਂ ਕਰਨੀ, ਨਮਾਜ਼ ਪੜ੍ਹਨੀ ਹੈ। ਕਨਵਰਟ ਹੈ ਤਾਂ ਕੋਈ ਨਹੀਂ, ਮੁਸਲਮਾਨ ਨਹੀਂ ਬਣਾਏ, ਕਨਵਰਟ ਕੀਤੇ ਨੇ ਸਿਰਫ। ਇਹ ਵੀ ਗੋਡਿਆਂ ਤੱਕ ਧੋ ਕੇ ਕਨਵਰਟ ਕਰ ਲੈਂਦੇ ਨੇ, ਹੁਣ ਤੁਹਾਡਾ ਮੁਸਲਮਾਨ ਪੜ੍ਹਨ ਲਾ ਤਾ। ਇੱਧਰ ਸਿਰਫ ਕੀ ਹੈ? ਗਿਣਤੀ, ਭੇਡਾਂ ਚਾਹ ਲੈ ਜਾ ਕੀ, ਭੇਡਾਂ ਦੀ ਗਿਣਤੀ ਟਿੱਕੇ ਵੀ ਸਾਡੇ ਇੰਨੀਆਂ ਭੇਡਾਂ ਨੇ, ਸਾਨੂੰ ਕੋਈ ਖਤਰਾ ਨਹੀਂ, ਸਾਡੇ ਧਰਮ ਨੂੰ ਸਾਡਾ ਰਾਜ ਹੋਊਗਾ, ਸਾਡਾ ਉਹ ਹੋਊਗਾ। ਧਰਮ ਨੇ ਚੀਜ਼ਾਂ ਦਾ ਕੋਈ ਵਾਸਤਾ ਨਹੀਂ। ਧਰਮ ਜਦੋਂ ਥੱਲੇ ਰਾਜਪਨਾ ਉਤਰਿਆ ਤਾਂ ਉੱਥੇ ਕਰਪਸ਼ਨ ਸਭ ਲੋਕ ਰਾਜ ਨੂੰ ਨਹੀਂ ਸਰਦਾ, ਰਾਜ ਨੂੰ ਪਬਲਿਕ ਦੀ ਮਦਦ ਲੈਣੀ, ਸਭ ਨੇ ਸਹਿਯੋਗ ਲੈਣਾ, ਰਾਜ ਪ੍ਰਬੰਧ ਤਾਂ ਚਾਹੁੰਦਾ ਹੁੰਦਾ। ਇਹਦਾ ਮਤਲਬ ਡਿਪੈਂਡੈਂਟ ਹੈ ਉਹ ਪਬਲਿਕ 'ਤੇ, ਜਿਹੜਾ ਰਾਜ ਕਰਨਾ ਪਬਲਿਕ 'ਤੇ ਡਿਪੈਂਡੈਂਟ ਹੈ, ਜਿਹੜਾ ਪਬਲਿਕ 'ਤੇ ਡਿਪੈਂਡੈਂਟ ਹੈ ਉਹ ਪਬਲਿਕ ਨੂੰ ਇਹ ਬੋਲੀ ਨਹੀਂ ਬੋਲ ਸਕਦਾ ਜਿਹੜੀ ਗੁਰਬਾਣੀ ਬੋਲਦੀ ਹੈ। ਮੂਰਖਾਂ ਦੀ ਹੋਰ ਨਹੀਂ ਕਹਿ ਸਕਦਾ, ਚੋਰ ਹਰਾਮ ਕੋਰ ਨਹੀਂ ਕਹਿ ਸਕਦਾ, ਉਹ ਨਹੀਂ ਕਹਿ ਸਕਦਾ ਇਹ ਗੱਲ। ਕੋਈ ਬੋਲੀ ਕਿੱਥੋਂ ਬੋਲੂ, ਮੈਂ ਨਹੀਂ ਕਿਸੇ ਦੀ ਰਿਆਇਤ ਕਰਨੀ, ਮੈਂ ਨਹੀਂ ਉਹ ਕਰਨਾ, ਪਬਲਿਕ ਨਹੀਂ ਚਾਹੁੰਦੀ। ਇਹ ਤਾਂ ਸਾਰੇ ਉੱਥੋਂ ਆਏ ਨੇ ਧੱਕੇ ਕੱਢੇ, ਉੱਥੋਂ ਬੇਈਮਾਨੀ ਬੇਈਮਾਨੀ ਕਰਕੇ ਤਾਂ ਸੱਚਖੰਡ ਨੂੰ ਕੱਢੇ ਹੋਏ ਨੇ, ਪਾਪੀ ਨੇ ਸਾਰੇ, ਹੁਕਮ ਦਾ ਵਿਰੋਧ ਕਰਨ ਵਾਲੇ ਨੇ ਪਾਪੀ ਜੀਰਾ ਥਿਰਨਾ ਰਹਿਤਾ ਚਾਰੇ ਕੁੰਟਾ ਪਾਲੇ, ਮੰਨਿਆ ਤਾਂ ਹੋਇਆ ਗੁਰਬਾਣੀ ਚ, ਜੀਰਾ ਪਾਪੀ ਹੈ, ਪੁੰਨੀ ਤਾਂ ਇਹਨੂੰ ਬਣਾਉਣਾ, ਕੂੜਿਆਰਾ ਹੈ, ਸਚਿਆਰਾ ਤਾਂ ਇਹਨੇ ਬਣਨਾ, ਇਹ ਬਣੇ ਬਣੇ ਸਚਿਆਰੇ ਪੈਦਾ ਹੋ ਗਏ। ਕੂੜਿਆਰੇ ਤੋਂ ਸਚਿਆਰਾ ਕਿਵੇਂ, ਕੌਣ ਬਣਿਆ, ਕਿਵੇਂ ਸਚਿਆਰਾ ਹੋਈ ਕਿਹਾ ਸੀ, ਕੌਣ ਬਣਿਆ ਸਚਿਆਰਾ? ਕੋਈ ਬਣਨਾ ਸੌਖੀ ਗੱਲ ਹੈ? ਦੋ ਨਿਸ਼ਾਨ ਨੇ, ਦੋ ਤਲਵਾਰਾਂ ਨੇ, ਤਲਵਾਰਾਂ ਨਹੀਂ ਦੋ ਅਸਲ ਚ ਸੀ, ਨਿਸ਼ਾਨ ਦੋ ਸੀਗੇ ਉੱਥੇ।
ਤੇ ਕੋ ਵਿਚਾਰ ਦਾ ਰੱਡ ਹੈ, ਉਹ ਸੰਬੰਧੀ ਲਾਉਂਦੇ ਨੇ, ਉਹ ਲਾਉਂਦੇ ਨਹੀਂ ਦੂਏ। ਉਹ ਤਾਂ ਪਾਠ ਪੜ੍ਹੇ, ਇੱਕ ਤਾਂ ਪਾਠ ਪੜ੍ਹੇ ਵਾਲੇ ਨੇ, ਫੇਰ ਵਿਚਾਰੇ ਵਾਲੇ, ਉਹ ਤਾਂ ਸੋਢੀ ਨੇ, ਜੋ ਕਿ ਉਹ ਸੰਬੰਧੀ ਲਾਉਂਦਾ। ਪਾਠ ਪੜ੍ਹੇ ਪੜ੍ਹੇ ਔਰ ਵੇਦ ਵਿਚਾਰੇ ਵਾਲਾ ਹੀ ਆਪਣਾ ਬੇਦੀ ਸੀ ਅਸਲ ਚ, ਪਰ ਉਹ ਜੋ ਕਨਵਰਟ ਹੋ ਗਿਆ ਦੂਏ ਪਾਸੇ, ਆਪਣਾ ਸਿੱਕਾ ਜਮਾ ਲਿਆ ਉਹਨੇ ਵੀ, ਮੇਰਾ ਗੁਰੂ ਘਰ ਚ ਹਿੱਸਾ ਹੈ, ਆ ਇਹਨਾਂ ਨੇ ਤਸਲੀਮ ਕਰ ਲਿਆ ਸ੍ਰੀ ਚੰਦ ਦਾ ਹਿੱਸਾ। ਸ੍ਰੀ ਚੰਦ ਦਾ ਕਿਹੜੀ ਗੱਲ ਦਾ ਹਿੱਸਾ ਹੈ? ਸਾਡੇ ਘਰ ਕਿਉਂਕਿ ਦਿਮਾਗ ਦੇ ਵਿੱਚ ਸਮਾਧੀ ਹੈ, ਜਿਹੜੀ ਦਿਮਾਗ ਜਿਹੜਾ ਹੈਗਾ ਦਸਵੀਂ ਦੁਆਰ, ਸ੍ਰੀ ਚੰਦ ਕਹਿੰਦਾ, ਗੁਰਬਾਣੀ ਤਾਂ ਕਹਿੰਦੀ ਨਹੀਂ, ਪ੍ਰਚਾਰ ਸਾਰਾ ਉਹਦੇ ਵਾਲਾ ਕਰ ਲਿਆ, ਬੜਾ ਨਿਸ਼ਾਨ ਉਹਦਾ ਨਾ। ਪ੍ਰਚਾਰ ਉਹਦੇ ਵਾਲਾ ਕਰ ਲਿਆ। ਬਹੁਤ ਸੀ ਇਹਨਾਂ ਦੀ ਆਬਾਦੀ ਯੂਪੀ ਸੀ, ਸ੍ਰੀ ਚੰਦ ਕਹਿੰਦੀ ਉਹਦੇ ਲਾਲਚ ਨੂੰ, ਜਦ ਉਹਨਾਂ ਨੇ ਦੇਖਿਆ ਵੀ ਇਹ ਇਹਨਾਂ ਦਾ ਸਿੱਖਾਂ ਦਾ ਵਤੀਰਾ, ਵੀ ਇਹ ਤਾਂ ਉਹ ਤਾਂ ਜੋ ਜਿਹੜੇ 80 ਸਾਲ ਨੇ ਉਹਨਾਂ ਦਾ ਜੀਵਨ ਹੈ, ਇਹਨਾਂ ਦਾ ਜੀਵਨ ਹੀ ਨਹੀਂ ਕਿਸੇ ਦਾ ਸੀਗਾ, ਸ੍ਰੀ ਚੰਦ ਦਾ ਜੀਵਨ ਹੈ, ਜਿਹੜੇ ਸੰਤ ਨੇ ਜਿਹਨਾਂ ਕੋਲ ਡੇਰੇ ਨੇ। ਤੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰੇ ਹੀ ਇੱਕ ਤੇ ਇੱਕ ਗਾਹਾਂ ਹੀ ਨੇ, ਸਿੱਖੀ ਹੈ ਹੀ ਨਹੀਂ ਇਹਨਾਂ ਕੋਲ, ਇਹ ਤਾਂ ਮੀਣੇ ਨੇ, ਵਿਰੋਧੀ ਨੇ ਸਿੱਖੀ ਦੇ। ਸ੍ਰੀ ਚੰਦ ਕੇ ਪਿੱਛੇ ਹਟ ਗਏ ਉਹਨਾਂ, ਕਹਿੰਦੇ ਨੇ ਅਸੀਂ ਸਿੱਖਾਂ ਤਾਂ ਸਾਡੇ ਨਾਲ ਵੀ ਗਿਰੇ ਹੋਏ ਨੇ। ਉਹ ਕਹਿੰਦੇ ਸਾਡੇ ਡੇਰੀ ਠੀਕ ਨੇ, ਅਸੀਂ ਗੁਰਦੁਆਰੇ ਨਹੀਂ ਬਣਾਉਣੇ। ਫਿਰ ਹਿੰਦੂਆਂ ਨਾਲ ਟਕਰਾਉਂਦੇ ਸੀ, ਵੈਰ ਕਰਦੇ ਸੀ, ਉਹ ਕਰਦੇ ਨਹੀਂ ਸੀ। ਉਹ ਕਹਿੰਦੇ ਹਿੰਦੂ ਸਾਡੀ ਕੱਚੀ ਫਸਲ ਹੈ, ਇਹ ਚੋਂ ਅਸੀਂ ਸਿੱਖ ਬਣਾਉਣੇ ਨੇ। ਬਿਲਕੁਲ ਠੀਕ ਹੈ, ਕੱਚਾ ਮਾਲ ਹੈ ਸਾਡਾ ਹਿੰਦੂ, ਇੱਥੋਂ ਹੀ ਸਿੱਖ ਬਣਨੇ ਨੇ। ਬਈ ਇੱਕ ਸਾਡਾ ਫੌਜ ਹੈ, ਸਿਵਲ ਹੈ ਸਾਡੀ, ਸਿਵਲ ਦੇ ਵਿੱਚ ਆ ਅਸੀਂ ਸਾਰੇ, ਸਿਵਲ ਦੇ ਵਿੱਚੋਂ ਹੀ ਫੌਜ 'ਚ ਭਰਤੀ ਹੁੰਦੇ ਨੇ ਬੰਦੇ, ਸਿਵਲ ਦੇ ਵਿੱਚੋਂ ਹੀ ਥੱਲੇ ਜਿਹੜਾ ਥੱਲੇ ਰੂਲ ਕਰਨ ਵਾਲੇ ਜ਼ਮੀਨੀ ਆਪਣਾ ਅੰਦਰਲਾ ਸਰਕਾਰ DC ਵਗੈਰਾ ਜੋ ਥਾਣੇਦਾਰ ਵਗੈਰਾ, ਉਹ ਵੀ ਥੱਲੇ ਵਾਲੇ ਹੀ ਨੇ। ਗ੍ਰਹਿ ਮੰਤਰਾਲਿਆ ਕੋਲ ਜਿੰਨਾ ਵੀ ਹੈ ਸਿਸਟਮ, ਉਹ ਵੀ ਰੂਲਿੰਗ ਪਾਰਟੀ ਹੈ, ਕੁਝ ਪੁਲਿਸ ਵੀ ਹੈ, ਫੌਜ ਉੱਪਰ ਹੈ। ਫੌਜ ਦੂਏ ਦੇ ਵਿਦੇਸ਼ ਵਾਸਤੇ, ਫੌਜ ਤਾਂ ਜਿਹੜਾ ਸਾਡਾ ਦੇਸ਼ ਹੈ, ਫੌਜ ਦਾ ਸੰਬੰਧ ਲੋਕ ਪਰਲੋਕ ਦੇ ਵਿਚਾਲੇ ਹੈ, ਅਲੋਕ ਔਰ ਪਰਲੋਕ। ਜਿਹੜੇ ਸਿਵਲ ਹੈ ਉਹਦਾ ਪ੍ਰਬੰਧ ਹੈ ਪੜ੍ਹਾਉਣਾ, ਆ ਲੋਕਾਂ ਨੂੰ ਸਿੱਖਿਆ, ਸੰਤੋਖ ਤੱਕ ਦੀ ਸਿੱਖਿਆ ਦੇਣਾ, ਸਾਰੀ ਦੇ ਸਕਦੇ ਨੇ, ਸਾਰੀ ਧਰਮ ਦੇ ਸਕਦੇ ਨੇ, ਬਿਨਾਂ ਸਿੱਖਿਆ ਦੇ ਵੀ ਸੰਤੋਖੀ ਸਾਰੇ ਬਣ ਸਕਦੇ ਨੇ ਇੱਕ ਦੂਜੇ ਨੂੰ ਦੇਖ ਕੇ। ਕੋਈ ਵੀ ਹੋ ਸਕਦਾ, ਉਹਦੇ ਬਾਣੀ ਦੀ ਕੀ ਗੱਲ ਹੈ, ਗ੍ਰੰਥ ਦੀ ਕੀ ਗੱਲ ਹੈ, ਪੜ੍ਹਾਈ ਦੀ ਕੀ ਗੱਲ ਹੈ, ਨਿਤਨੇਮ ਦੀ ਕੀ ਗੱਲ ਹੈ,
ਉਹਦਾ ਦਿਆ ਕਪਾਹ ਸੰਤੋਖ ਸੂਤ ਜਦ ਗੰਢੀ ਸਤਵੱਟ ਹੈ। ਬਸ ਚੜ ਕਰ ਲੋ ਹੈ ਉਹ ਬੜਾ ਸੀ ਉਹਦੇ ਵਾਲਾ ਕਰਤਾ। ਪ੍ਰਚਾਰ ਉਹਦੇ ਵਾਲਾ ਕਰਤਾ ਸਾਰਾ ਸ੍ਰੀ ਜਾਂਦੀ ਵਜ੍ਹਾ ਨਾਲ, ਕਿਉਂਕਿ ਧਰਮ ਤਾਂ ਉਹੀ ਹੈ। ਕਹਿੰਦੇ ਪ੍ਰਚਾਰ ਤਾਂ ਅਸੀਂ ਹਾਂ ਧਰਮ, ਤੁਹਾਡਾ ਤੁਸੀਂ ਤਾਂ ਧਰਮ ਹੈ ਹੀ ਨਹੀਂ, ਤੁਹਾਡੇ ਕੋਲ ਤਾਂ ਸਾਡੇ ਕੋਲੋਂ ਗਿਆ ਤੁਹਾਡਾ ਧਰਮ, ਗੁਰੂ ਨਾਨਕ ਕੋਲੋਂ ਆਇਆ ਹੋਇਆ ਨਾ, ਗੁਰੂ ਨਾਨਕ ਦੇ ਮੁੰਡੇ ਵਾਲਾ ਧਰਮ ਚੱਲੂਗਾ। ਉਹੀ ਪਹਿਲਾਂ ਚਲਾਉਂਦੇ ਤੇ, ਪਹਿਲਾਂ ਵੀ ਉਹੀ ਚਲਾਉਂਦੇ ਤੇ, ਵੀੜੇ ਵੀ ਉਹੀ ਬੰਦੇ ਸੀ। ਠੀਕ ਹੈ, ਉਹਨਾਂ ਨਾਲ ਰਲੇ ਹੋਏ ਤੇ ਇੱਕੋ ਹੀ ਸੀ, ਪਰ ਉਹ ਗੁਰੂ ਨਾਨਕ ਦੇ ਰੂਪ ਬਾਰੇ ਉਹ ਨਹੀਂ ਬੰਦੇ, ਉਹ ਰੂਪ ਸਾਡੇ ਗੁਰੂਆਂ ਦਾ ਨਹੀਂ ਹੈ। ਫਿਰ ਉੱਤਰਾਧਿਕਾਰੀ ਕੱਲ ਨੂੰ ਇਹ ਕਹਿ ਦੇਣਗੇ ਹੈ ਨਹੀਂ, ਸਾਨੂੰ ਕਹਿ ਦੇਣਗੇ, ਸੋਨੀਆਂ ਨੂੰ ਕਹਿ ਦੇਣਗੇ ਵੀ ਉੱਤਰਾਧਿਕਾਰੀ ਹੋਈ ਨਹੀਂ, ਬੇਦੀ ਉੱਤਰਾਧਿਕਾਰੀ ਨੇ, ਇਹ ਫਰਜ਼ੀ ਨੇ। ਉਹਦਾ ਰੂਪ ਤਾਂ ਸ੍ਰੀ ਚੰਦ ਹੈ, ਸ੍ਰੀ ਚੰਦ ਦਾ ਰੂਪ ਮਿਲਦਾ ਜੁਲਦਾ ਜਾਊ ਉੱਤਰਾਧਿਕਾਰੀਆਂ ਦਾ, ਚੌਧਰ ਇਹਨਾਂ ਕੋਲ ਆ ਜਾਊਗੀ। ਅਸਲ ਸ੍ਰੀ ਚੰਦ ਕਹਿੰਦੇ ਚੌਧਰ ਲੈ ਲਈ ਸੀ, ਤੇਰਾ ਬਾਬਾ ਨਾਨਕ ਉਹਨਾਂ ਕੋਲ ਸੀ ਉੱਥੇ। ਪ੍ਰਚਾਰ ਝੂਠ ਵੀ ਚੌਧਰ ਹੋਣ ਦੀ, ਨਿਰਮਲੇ ਨੇ ਕਿਹਾ ਚੱਲ ਕੋਈ ਗੱਲ ਨੀ ਸਾਨੂੰ, ਇੱਧਰ ਨਿਰਮਲੇ ਆ ਗਏ ਦੂਏ ਪਾਸੇ, ਉੱਧਰ ਸ੍ਰੀ ਚੰਦ ਕੇ ਆ ਗਏ, ਦੋਵੇਂ ਕਾਸ਼ੀ ਚੋਂ ਆਏ ਨੇ, ਇੱਕੋ ਹੀ ਗੱਲ ਹੈ, ਅੰਦਰੋਂ ਅੰਦਰੋਂ ਇਕੱਠੇ ਹੀ ਨੇ। ਪਟਿਆਲੇ ਵਾਲਾ ਨਿਰਮਲੇ ਲੈ ਆਇਆ ਹਰਿਦੁਆਰ ਤੇ, ਉਹਨਾਂ ਕੋਲੋਂ ਕਾਸ਼ੀ ਵਾਲੇ ਉਹ ਸੀ, ਉੱਧਰ ਵੀ ਉਹੀ ਉੱਧਰ ਵੀ ਉਹੀ, ਗੁਰਮਤਿ ਦੋਵੇਂ ਖਿਲਾਫ ਨੇ। ਪਟਿਆਲੇ ਵਿੱਚੋਂ ਰਾਸ਼ਟਰੀ ਸਿੱਖ ਸੰਗਤ ਹੈ ਹੁਣ ਸੈਂਟਰ ਪਟਿਆਲੇ, ਪਟਿਆਲੇ ਹੈਗੇ ਨੇ ਹੁਣ, ਉਹਨਾਂ ਨੂੰ ਪਤਾ ਲੱਗ ਗਿਆ, ਇਹਨੂੰ ਪਤਾ ਲੱਗ ਗਿਆ, ਪਹਿਲਾਂ ਪਤਾ ਲੱਗ ਗਿਆ 96 ਚ ਤੇ ਬਾਅਦ, ਵੀ ਇਹ ਸਾਡੇ ਹੱਥੋਂ ਸਿੱਖ ਗਏ ਹੁਣ, ਵੀ ਸਿੱਖ ਗਏ, ਵੀ ਮੇਰੇ ਵਾਲੀ ਗੱਲ ਲੀਕ ਆਊਟ ਹੋਣ ਲੱਗ ਗਈ ਨਾ, 96 ਚ ਕਿਤਾਬ ਲਿਖੀ ਸੀ ਆਪਾਂ ਨੇ, ਇਹ ਗਏ ਹੁਣ, ਇੱਕ ਬੰਦਾ ਪੈਦਾ ਹੋ ਗਿਆ, ਇਹਨਾਂ ਨੇ 99 ਚ ਰਾਸ਼ਟਰੀ ਸਿੱਖ ਸੰਗਤ ਬਣਾਤੀ ਬਰਾਬਰ ਆ ਜਾਓ। ਇਹ ਸਿੱਖ ਸ਼ਾਇਦ ਸਾਨੂੰ ਧੋਖਾ ਦੇ ਜਾਣਗੇ, ਇਸ ਆਦਮੀ ਦੀ ਗੱਲ ਮੰਨ ਜਾਣਗੇ, ਆਪਾਂ ਜਦੇ ਰਾਸ਼ਟਰੀ ਸਿੱਖਿਆ ਨੂੰ ਇੱਕ ਨਾਲ ਬਣਾ ਲਓ। ਹੁਣ ਉਹਨਾਂ ਨੇ ਕਿਹਾ ਤਾਂ ਗਲਤੀ ਨਾਲ ਪ੍ਰਚਾਰ ਹੋਇਆ, ਇਹ ਜਿਹੜੇ ਮਿਸ਼ਨਰੀ ਵਾਲੇ ਨੇ ਰਾਸ਼ਟਰੀ ਸਿੱਖਿਆ ਨਾਲ ਰਲ ਗਏ, ਪਟਾਡੀ ਨਾਲ ਰਲ ਲਿਆ, ਵੀ ਜੇ ਇਹ ਰਲ ਗਏ ਤਾਂ ਆਪਾਂ ਖੜੇ ਰਹੋਗੇ, ਖੜੇ ਰਹਿਣ, ਤਾਂ ਮੈਂ ਕਿਹਾ ਜ਼ਿਆਦਾ ਖਤਰਨਾਕ ਨੇ, ਇਹ ਖੜੇ ਰਹਿਣਗੇ, ਇਹ ਮਰ ਜਾਣਗੇ, ਬੰਨੇ ਹੋਏ ਨਾ ਉਹ ਤਾਂ, ਜੋ ਗਲਤ ਪ੍ਰਚਾਰ ਕਹਿੰਦੇ ਨੇ। ਹੁਣ ਤਾਂ ਸਵਾਲ ਇਹਨੇ ਵੀ ਭਾਈ ਠੀਕ ਹੀ ਹੈ, ਚਲੋ ਕਹਿੰਦੇ ਪਹਿਲਾਂ ਗਲਤ ਹੈ, ਠੀਕ ਹੀ ਆ, ਚਲੋ ਠੀਕ ਹੈ ਉਹ ਕਰ ਲੈਂਦੇ, ਉਹ ਤਾਂ ਕੋਈ ਰੌਲਾ ਨਹੀਂ ਹੈ ਉਹਨਾਂ ਨਾਲ, ਉਹਨਾਂ ਨੇ ਇਹੀ ਰੌਲਾ ਵੀ ਦੇਰ ਕਿਉਂ ਕਰਦੇ ਹੋ, ਫਿਰ ਤੁਹਾਨੂੰ ਇਹਦਾ ਨੁਕਸਾਨ ਹੋਊਗਾ, ਬਾਹਰਲੀ ਨਿਗਾਹ 'ਚ ਕਰਦੇ ਹੋ
ਕਮਜ਼ੋਰ ਸਿੱਖੀ ਆ ਤੁਹਾਡੇ ਅੰਦਰ, ਕਮਜ਼ੋਰੀ ਹੈ ਇਹ। ਕਾਹਦੇ ਵਾਸਤੇ? ਸੱਚੀ ਲਾਹੇ ਵਾਸਤੇ ਕਮਜ਼ੋਰੀ, ਸਿੱਖੀ ਨਹੀਂ ਹੈ, ਉਹ ਸਿੱਖੀ ਨਹੀਂ ਹੈ ਤੁਹਾਡੇ ਅੰਦਰ, ਫਿਰ ਉਹ ਪੈਦਾ ਹੋਣੀ। ਜੇ ਤੁਸੀਂ ਥੋੜ੍ਹਾ ਜਿਹਾ ਵੀ ਲਾਲਚ ਦੇਖਿਆ, ਫਿਰ ਉਹ ਜੜ ਸਿੱਖੀ ਨੇ ਫੜੀ ਹੋਣੀ ਤੁਹਾਡੇ ਅੰਦਰ। ਗੁਰੂ ਨੇ ਤੁਹਾਡੇ 'ਤੇ ਭਰੋਸਾ ਕਰਨਾ ਹੀ ਨਹੀਂ। ਹੁਣ ਪਤਾ ਲੱਗ ਕੇ ਫਿਰ ਖੜਾ ਰਹੇ ਆਦਮੀ, ਵਿਆਕੁਲਤਾ ਨਾ ਹੋਵੇ। ਗੁਰੂ ਅਮਰਦਾਸ ਨੂੰ ਜਦ ਪਤਾ ਲੱਗਿਆ ਵਿਆਕੁਲ ਹੋ ਗਿਆ, ਕਹਿੰਦਾ ਹੁਣ ਇਹ ਘੋੜੀ ਮੁਕਾਓ, ਬੀਬੀ ਨੂੰ ਕਹਿੰਦਾ ਵੀ ਬੈਠ ਚੱਲੀਏ। ਕਿੱਥੇ ਪਹੁੰਚ ਗਿਆ? ਨਾਨਕੇ ਬਣ ਗਿਆ। ਟੁਕਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾਏ, ਤੇ ਝਟਕਾ ਹੀ ਨਾ ਜਦ ਮਾਰ ਕੇ ਵੱਢ ਕੇ ਪਰੇ ਮਾਰਿਆ, ਸਿੱਖੀ ਨਹੀਂ ਆ ਫਿਰ ਉਹ। ਦੁਚਿੱਤੀ ਚ ਫਸੇ, ਕਰੀਏ ਤਾਂ ਨਾ ਕਰੀਏ, ਮੰਨੀਏ ਤਾਂ ਨਾ ਮੰਨੀਏ, ਸਿੱਖੀ ਨਹੀਂ ਆਇਆ ਅੰਦਰ। ਅਸਲ ਮਜਬੂਰੀ ਹੈ ਤੁਹਾਡੀ, ਇੰਨੀ ਗੱਲ ਵੀ ਮੰਨ ਲਈ, ਸਿੱਖੀ ਕਰਕੇ ਨਹੀਂ ਮੰਨੇ, ਬਾ ਲਾਣਤਾ ਮਲਾਮਤਾ ਕਰਕੇ ਇੰਨੀ ਗੱਲ ਮੰਨੇ। ਪਤਾ ਲੱਗ ਗਿਆ ਸਾਰਿਆਂ ਨੂੰ, ਸਿਆਣੇ ਬੰਦਿਆਂ ਨੂੰ, ਕਿੱਥੇ ਤੱਕ ਵਕੀਲ ਨੇ ਬੜੇ ਬੜੇ, ਹੋਰ ਬੋਲੀ ਬੋਲਦੇ ਨੇ ਬੰਦੇ ਬੋਲਣ ਲੱਗ ਗਏ, ਉਹ ਲਾਣਤਾ ਕਰਕੇ ਇੰਨੀ ਗੱਲ ਮੰਨ ਗਏ। ਵੀ ਚਲੋ ਇੱਕ ਗੱਲ, ਦੂਜੀ ਗੱਲ ਇਹ ਹੈ ਵੀ ਚਲੋ ਅਸੀਂ ਤਾਂ ਪ੍ਰਚਾਰ ਮੰਨ ਲਿਆ ਸੀ, ਕਹਿੰਦਾ ਵੀ ਅਸੀਂ ਤਾਂ ਭਾਈ ਬੋਲਿਆ ਸੀ, ਨਾਲ ਦੇ ਨਹੀਂ ਮੰਨਦੇ। ਨਾਲ ਦੇ ਕੌਣ ਨੇ? ਲੋਕਾਂ ਨੂੰ ਪਤਾ ਹੀ ਆ ਜਿਹੜੇ ਖਿਲਾਫ ਨੇ, ਉਹ ਇਸ ਗੱਲੋਂ ਵੀ ਨਾਰਾਜ਼ ਨੇ ਵੀ ਤੁਸੀਂ ਕਿਉਂ ਮੰਨਦੇ ਹੋ, ਉਹ ਇਸ ਗੱਲੋਂ ਵੀ ਨਾਰਾਜ਼ ਨੇ ਵੀ ਅੰਮ੍ਰਿਤਸਰ ਅਨੰਦਪੁਰ ਸਾਹਿਬ ਦੀਆਂ ਦੋ ਵਿਚਾਰਧਾਰਾਵਾਂ ਨੇ ਕਿਉਂ ਮੰਨੀ ਹੋ। ਚਲੋ ਅੰਮ੍ਰਿਤਸਰ ਦੀ ਵਿਚਾਰਧਾਰਾ, ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਅੱਡੋ ਅੱਡ ਨੇ, ਇਹ ਕਿਉਂ ਮੰਨੀਆਂ? ਇਹ ਗੱਲ ਬਹੁਤ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੀ ਹੈ। ਉਹ ਦੋ ਵਿਚਾਰਧਾਰਾਵਾਂ ਨੇ, ਉਹ ਉਹੀ ਦੋ ਨਿਸ਼ਾਨ ਨੇ। ਇੱਕ ਤਾਂ ਮੀਣਿਆਂ ਦਾ ਜਿਹੜਾ ਸੀ ਝੁਕਾਓ ਗੁਰਮਤ ਵੱਲ ਸੀ, ਸ੍ਰੀ ਚੰਦ ਦਾ ਝੁਕਾਓ ਜੋਗਮਤ ਵੱਲ ਸੀ, ਜੋਗੀਆਂ ਵੱਲ ਸੀ। ਰੇ ਤੱਕ ਉਹਨੇ ਤਾਂ ਲਿਖਿਆ, ਉਹ ਤਪੱਸਿਆ ਚੋਂ ਪਾਇਆ, ਗਿਆਨ ਮਾਰਗ ਨਹੀਂ ਉਹ, ਤਪੱਸਿਆ ਮਾਰਗ ਬਣ ਗਿਆ। ਮਿੱਟੀ ਤੋਂ ਜਗ ਚਾਨਣ ਹੋਇਆ, ਇਹਨਾਂ ਨੇ ਗੋਲ ਮੋਲ ਗੱਲ ਕਰਤੀ, ਕਿਹਾ ਕੁਛ ਵੀ ਨਹੀਂ, ਮੈਂ ਇੰਨੀ ਗੱਲ ਕਹਿਤੀ, ਗੋਲ ਮੋਲ ਹੈ, ਗਿਆਨ ਮਾਰਗ ਨਹੀਂ ਕਿਹਾ, ਗਿਆਨ ਮਾਰਗ ਹੈ, ਮਤਲਬ ਇਹੀ ਨਿਕਲਦਾ ਬਈ ਸਤਿਗੁਰ ਨਾਨਕ ਨੇ ਜੇ ਪ੍ਰਗਟ ਹੋ ਕੇ ਗਿਆਨ ਪ੍ਰਗਟ ਕੀਤਾ ਬੋਲਣ ਲੱਗਿਆ, ਤਾਂ ਲੋਕਾਂ ਦੇ ਜਿਹੜੀ ਧੁੱਤ ਜੰਮੀ ਹੋਈ ਸੀ, ਭੁਲੇਖੇ ਪਾਏ ਸੀ, ਅਰਥਾਂ ਦੇ ਨਾਸ ਕੀਤੇ ਸੀ, ਜਿਹੜੀ ਮਤ ਸੀ ਇਹ ਭਗਤਾਂ ਨੇ ਜਿਹੜੀ ਦਿੱਤੀ ਪਹਿਲਾਂ ਗੁਰਮਤ, ਉਹ ਦੂਰ ਹੋ ਗਏ, ਉਹ ਤਾਂ ਰੋਸ਼ਨੀ ਪਾਤੀ।
ਕਹਿਣ ਦਾ ਮਤਲਬ ਇਹ ਆ, ਪੈਦਾ ਹੋਣ ਦੀ ਗੱਲ ਨਹੀਂ ਹੈ, ਸਤਿਗੁਰੂ ਨਾਨਕ ਪ੍ਰਗਟਿਆ ਲਿਖਿਆ, ਜੰਮਿਆ ਨਹੀਂ ਲਿਖਿਆ ਹੋਇਆ, ਉਸ ਵੇਲੇ ਪੈਦਾ ਹੋਇਆ ਨਹੀਂ ਸੀ ਲਿਖਦੇ, ਜਨਮਿਆ ਲਿਖਦੇ ਸੀ, ਕਿਉਂਕਿ ਮਹਾਨ ਕੋਸ਼ ਵਿੱਚ ਜਿਹੜੀ ਉਹ ਫੋਟੋ ਦਰਜ ਹੈ ਨਾਨਕ ਦੀ ਜਨਮ ਤਿਥੀ ਦੀ, ਉੱਥੇ ਬਾਬਾ ਨਾਨਕ ਜਨਮਿਆ ਲਿਖਿਆ, ਪ੍ਰਗਟ ਹੋਇਆ ਨਹੀਂ ਲਿਖਿਆ ਹੋਇਆ, ਬਾਅਦ ਚ ਪ੍ਰਗਟਿਆ ਲਿਖਿਆ। ਪ੍ਰਗਟਿਆ ਸਰੀਰ ਕਰਕੇ ਨਹੀਂ ਹੁੰਦਾ, ਅਰਥ ਸਰੀਰ ਕਰਕੇ ਕਰਦੇ ਨੇ, ਬੋਲੀ ਤਾਂ ਜਨਮਿਆ ਉੱਥੇ ਲਿਖਿਆ ਹੋਇਆ, ਤੂੰ ਪ੍ਰਗਟ ਹੈ ਕਿਵੇਂ ਜਾਣਿਓ? ਪ੍ਰਗਟ ਉਹ ਦਾਦਾ ਜਿਹੜਾ ਪਹਿਲਾਂ ਹੋਵੇ, ਛੁਪਿਆ ਹੋਇਆ ਸੀ, ਛੁਪਿਆ ਹੋਇਆ ਸਾਹਮਣੇ ਆਇਆ, ਜਨਮਿਆ ਉਹ ਜਿਹੜਾ ਹੈ ਨਹੀਂ ਸੀ, ਵਜੂਦ ਵਿੱਚ ਆਇਆ, ਸਰੀਰ ਨਵਾਂ ਵਜੂਦ ਵਿੱਚ ਆਇਆ ਨਾ, ਉਹ ਜਨਮੇ, ਨਵਾਂ ਰੂਪ ਨੇ ਜਨਮ ਲਿਆ ਕਿਸੇ ਨੇ, ਪ੍ਰਗਟਿਆ ਹੋਰ ਹੈ, ਜਨਮਿਆ ਹੋਰ ਹੈ, ਜਿਹੜਾ ਸਤਿਗੁਰ ਕੇ ਜਨਮੇ ਗਮਨ ਬਿਠਾਇਆ, ਉਹ ਵੀ ਨਵਾਂ ਰੂਪ ਹੈ ਗਿਆਨ ਦਾ, ਉਹ ਜਨਮ ਹੈ, ਉਹ ਗਿਆਨ ਦਾ ਜਨਮ ਹੈ, ਸਾਹਿਬ ਰਾਜੀ ਸਰਵ, ਉਹ ਨਵਾਂ ਜਨਮ ਹੋਇਆ, ਗਿਆਨ ਹੈ, ਗਿਆਨ ਦਾ ਹੋਰ ਰੂਪ ਹੈ, ਰੂਪ ਨਾਲ ਸੰਬੰਧ ਜਨਮ ਹੈ।